ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਕਸੈਸ ਟ੍ਰਿਪ ਪੰਜਾਬ ਦੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭਾਈ ਇੰਨੀ ਕੁ ਗੱਲ ਆਪਾਂ ਸਾਰੇ ਜਾਣਦੇ ਆ ਪਿਛਲੇ ਮਹੀਨੇ ਦੇ ਹਾਈ ਕੋਰਟ ਦੇ ਆਰਡਰ ਨਿਕਲੇ ਹੋਏ ਨੇ ਕਿ ਜੋ ਪਿਛਲੇ ਸਾਲ ਪੀਪੀਐਸਸੀ ਨੇ ਨੈਪ ਤਹਿਸੀਲਦਾਰ ਦਾ ਪੇਪਰ ਲਿਆ ਸੀ ਉਹ ਨਕਲ ਦੇ ਚੱਲਦੇ ਆ ਕੁਝ ਹੋਰ ਮਾਮਲਿਆਂ ਦੇ ਚੱਲਦੇ ਆ ਪੇਪਰ ਕੈਨਸਲ ਕੀਤਾ ਗਿਆ ਤੇ ਉਸ ਪੇਪਰ ਨੂੰ ਦੁਬਾਰਾ ਲੈਣ ਦੀ ਇੱਕ ਤਰੀਕ ਜਾਰੀ ਕੀਤੀ ਗਈ ਹੈ 18 ਜੂਨ ਨੂੰ ਹੁਣ ਤੋਂ 2 ਟਾਈਮ ਹੀ ਮਹੀਨਿਆਂ ਬਾਅਦ ਆਪਾਂ ਉਹ ਪੇਪਰ ਦੁਬਾਰਾ ਹੁੰਦਾ ਦੇਖਣਾ ਹੈਗਾ ਤਾਂ ਇੱਕ ਗੱਲ ਕਲੀਅਰ ਹੈ ਕਿ ਜੋ ਵਿਦਿਆਰਥੀ ਪਿਛਲੇ ਸਾਲ ਉਸ ਪੇਪਰ ਦੇ ਵਿੱਚ ਬੈਠੇ ਸੀ ਦੁਬਾਰਾ ਉਹਨਾਂ ਨੂੰ ਹੀ ਮੌਕਾ ਮਿਲ ਰਿਹਾ ਹੈਗਾ ਇਸ ਪੇਪਰ ਦੇ ਵਿੱਚ ਬੈਠਣ ਦਾ ਤਾਂ ਉਹ ਪੇਪਰ ਇਸ ਵਾਰ ਬਿਨਾਂ ਕਿਸੇ ਕੱਪੜੇ ਬਿਨਾਂ ਕਿਸੇ ਤਾਂਦਲੀ ਤੋਂ ਨੇਪਰੇ ਚੜ ਸਕੇ ਤੇ ਜਿਹੜੇ ਕੁਝ ਮਿਹਨਤੀ ਵਿਦਿਆਰਥੀ ਨੇ ਡਿਜ਼ਰਵਿੰਗ ਕੈਂਡੀਡੇਟ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਆਪ ਦਾ ਸਮਾਂ ਲਾਇਆ ਆਪ ਦੀ એનર્ਜੀ ਤੇ ਹੋਰ ਰਿਸੋਰਸਸ ਲਾਏ ਨੇ ਇਸ ਪੇਪਰ ਦੀ ਤਿਆਰੀ ਦੇ ਲਈ ਆਪਾਂ ਇਸ ਵਾਰ ਉਹਨਾਂ ਨੂੰ ਪੇਪਰ ਕਲੀਅਰ ਕਰਵਾ ਸਕੀਏ ਉਹਨਾਂ ਦੀ ਸੀਟ ਕਨਫਰਮ ਕਰ ਸਕੀਏ ਤਾਂ ਉਹਦੇ ਲਈ YouTube ਤੇ ਲਗਾਤਾਰ ਆਪਾਂ ਇਸ ਪੇਪਰ ਦੀ ਤਿਆਰੀ ਦੇ ਲਈ ਸੈਸ਼ਨਸ ਲਾਉਂਦੇ ਰਹੇ ਹਾਂਗੇ ਹਰ ਰੋਜ਼ ਦੁਪਹਿਰੇ 1 ਵਜੇ ਵਾਲਾ ਸੈਸ਼ਨ ਹਲੇ ਵੀ ਆਪਣਾ ਚੱਲ ਰਿਹਾ ਹੈਗਾ ਉਹਦੇ ਵਿੱਚ ਤੁਸੀਂ ਜਿਹੜੇ ਸਾਡੇ ਪੇਪਰ ਦੇ ਵਿੱਚ ਸਬਜੈਕਟਸ ਹੋਣੇ ਨੇ ਜੀਐਸ ਦੇ ਕੁਝ ਵੱਖਰੇ ਸਬਜੈਕਟਸ ਨੇ ਮੈਥ ਤੇ ਰੀਜ਼ਨਿੰਗ ਵੱਖਰੇ ਸਬਜੈਕਟ ਨੇ ਉਹਨਾਂ ਦੀਆਂ ਕਲਾਸਿਸ ਤੁਸੀਂ ਹਰ ਰੋਜ਼ ਦੁਪਹਿਰੇ 1 ਵਜੇ ਦੇਖ ਰਹੇ ਹੋ ਇਹਦੇ ਨਾਲ ਨਾਲ ਜਿਵੇਂ ਕਿ ਤੁਹਾਡੇ ਨਾਲ ਵਾਦਾ ਵੀ ਕੀਤਾ ਗਿਆ ਸੀ ਕਿ ਕੁਝ ਵਿਦਿਆਰਥੀਆਂ ਨੇ ਲਗਾਤਾਰ ਸਾਡੇ ਨਾਲ ਇਸੇ ਗੱਲ ਕਰਕੇ ਸੰਪਰਕ ਕੀਤਾ ਸੀ ਕਿ ਪੇਪਰ ਦੀ ਤਿਆਰੀ ਦੇ ਲਈ ਜਿਵੇਂ ਪਿਛਲੇ ਸਾਲ ਨੈਬ ਦੇ ਪੇਪਰ ਤੋਂ ਪਹਿਲਾਂ ਕੋਆਪਰੇਟਿਵ ਇਨਸਪੈਕਟਰ ਦੇ ਪੇਪਰ ਤੋਂ ਪਹਿਲਾਂ ਕ੍ਰੈਸ਼ ਕੋਰਸ ਚਲਾਏ ਗਏ ਸੀ ਇਸ ਵਾਰ ਵੀ ਨੈਬ ਤਹਿਸੀਲਦਾਰ ਦੇ ਪੇਪਰ ਦਾ ਇੱਕ ਕ੍ਰੈਸ਼ ਕੋਰਸ ਚਲਾਇਆ ਜਾਵੇ ਇਸ ਵਾਰ ਆਪਾਂ ਇਹ ਵੀ ਉਮੀਦ ਕਰਦੇ ਹਾਂ ਕਿ ਇਸ ਵਾਰ ਕਿਸੇ ਕਿਸਮ ਦਾ ਘਪਲਾ ਨਹੀਂ ਹੋਊਗਾ ਤਾਂ ਜਿਹੜੇ ਮਿਹਨਤੀ ਵਿਦਿਆਰਥੀ ਨੇ ਉਹਨਾਂ ਨੂੰ ਇਸ ਵਾਰ ਮੌਕ ਤੁਹਾਡੇ ਸਾਹਮਣੇ ਇੰਟਰੋਡਿਊਸ ਕੀਤਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਉਹ YouTube ਤੇ ਦੇਖ ਚੁੱਕੇ ਹੋ ਤਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਬਹੁਤੀ ਲੰਬੀ ਗੱਲ ਨਾ ਖਿੱਚਦੇ ਹੋਏ ਮੈਂ ਮੋٹے ਰੂਪ ਦੇ ਵਿੱਚ ਇੰਨੀ ਕੁ ਗੱਲ ਸਮਝਾਉਂਗਾ ਕਿ ਇਸ ਪੂਰੇ ਕ੍ਰੈਸ਼ ਕੋਰਸ ਦੇ ਵਿੱਚ ਤੁਹਾਡੇ ਅੱਗੇ 60 ਦਿਨਾਂ ਦਾ ਇਹ ਕ੍ਰੈਸ਼ ਕੋਰਸ ਲਿਆਂਦਾ ਹੈਗਾ ਤਾਂ ਉਹਨਾਂ 60 ਦਿਨਾਂ ਦੇ ਵਿੱਚ ਵੈਸੇ ਤਾਂ ਹਰ ਇੱਕ ਸਬਜੈਕਟ ਦਾ ਟੀਚਰ ਹੈ ਜਿਹੜਾ ਉਹ ਆਪਣੇ ਆਪਣੇ ਸਬਜੈਕਟ ਦੀ ਤੁਹਾਡੇ ਨਾਲ ਵਿਉਂਤਬੰਦੀ ਸਾਂਝੀ ਕਰੂਗਾ ਕਿ ਅਸੀਂ ਕਿਵੇਂ ਤਿਆਰੀ ਕਰਨੀ ਹੈਗੀ ਮੈਂ ਇਸ ਜ਼ਿੰਮੇਵਾਰੀ ਦੇ ਨਾਲ ਕਿ ਤੁਹਾਨੂੰ ਸਾਰੇ ਦਾ ਸਾਰਾ ਮੈਥ ਪੜਾਉਣਾ ਹੈ ਤੇ ਕੱਲਾ ਮੈਥ ਨਹੀਂ ਪੜਾਉਣਾ ਪੀਪੀਐਸਸੀ ਦੇ ਪੇਪਰਾਂ ਦੇ ਵਿੱਚ ਖਾਸ ਕਰਕੇ ਨਾਇਬ ਦੇ ਪੇਪਰ ਦੇ ਵਿੱਚ ਨਾਲ ਡੀਆਈ ਵੀ ਪੁੱਛੀ ਜਾਣੀ ਹੈ ਤਾਂ ਮੈਥ ਤੇ ਡੀਆਈ ਦਾ ਜੋ ਸਾਰੇ ਦਾ ਸਾਰਾ ਸਿਲੇਬਸ ਮੈਂ ਤੁਹਾਨੂੰ ਤਿਆਰ ਕਰਵਾਉਣਾ ਤਾਂ ਇਸ ਵੀਡੀਓ ਦੇ ذریعے ਮੈਂ ਤੁਹਾਡੇ ਨਾਲ ਉਹ ਸਾਰੀ ਦੀ ਸਾਰੀ ਸਟਰੈਟਜੀ ਸਾਂਝੀ ਕਰੂੰਗਾ ਕਿ ਆਪਾਂ ਅੰਦੇ ਦਿਨਾਂ ਦੇ ਵਿੱਚ 5 April ਤੋਂ ਇਹ ਆਪਣਾ ਕ੍ਰੈਸ਼ ਕੋਰਸ ਸਟਾਰਟ ਹੋ ਰਿਹਾ ਹੈਗਾ ਫੀਸ ਸਭ ਨੂੰ ਪਤਾ ਹੈ ਸਮਾਂ ਸਭ ਨੂੰ ਪਤਾ ਹੈ ਆਨਲਾਈਨ ਕਲਾਸਿਸ ਹੋਣਗੀਆਂ ਇਹਦੀ ਸਾਰਿਆਂ ਨੂੰ ਜਾਣਕਾਰੀ ਹੈਗੀ ਆ ਤਾਂ ਮੈਂ ਮੋٹے ਰੂਪ ਦੇ ਵਿੱਚ ਇਹਦੇ ਵਿੱਚ ਅੱਪ ਤੁਹਾਨੂੰ ਮੈਥ ਕਿਵੇਂ ਪੜਾਉਣਾ ਹੈਗਾ ਕਿਸ ਲੈਵਲ ਦਾ ਪੜਾਉਣਾ ਹੈ ਕਿਹੜੀ ਚੀਜ਼ ਤੇ ਕਿੰਨਾ ਜ਼ੋਰ ਦੇਣਾ ਹੈ ਕਿਸ ਕਿਸਮ ਦੇ ਸਵਾਲ ਕਿੱਥੋਂ ਕਰਨੇ ਨੇਗੇ ਉਹ ਸਾਰੇ ਦਾ ਸਾਰਾ ਇਸ ਸੈਸ਼ਨ ਦੇ ਵਿੱਚ ਆਪਾਂ ਡਿਟੇਲ ਚ ਡਿਸਕਸ ਕਰਦੇ ਆਂ ਕਿਉਂਕਿ ਇਹ ਪੇਪਰ ਉਹਨਾਂ ਹੀ ਵਿਦਿਆਰਥੀਆਂ ਨੇ ਦੇਣਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਇਹ ਨੈਬ ਦਾ ਪੇਪਰ ਨੈਬ ਤਹਿਸੀਲਦਾਰ ਦਾ ਪੇਪਰ ਦਿੱਤਾ ਸੀ ਤਾਂ ਇਸ ਕਰਕੇ ਆਪਾਂ ਸਿਲੇਬਸ ਡਿਸਕਸ ਕਰਨ ਤੇ ਕੋਈ ਜ਼ਿਆਦਾ એનર્ਜੀ ਨਹੀਂ ਵੇਸਟ ਕਰਾਂਗੇ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ ਸਿਲੇਬਸ ਲਗਭਗ ਸਾਰੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਮੈਥ ਦਾ ਜਿਹੜਾ ਤੁਹਾਡਾ ਸਾਰੇ ਦਾ ਸਾਰਾ ਸਿਲੇਬਸ ਰਹਿਣਾ ਹੈਗਾ ਉਹਦੇ ਵਿੱਚ ਹਾਲਾਂਕਿ ਮੈਂ ਪਰਸੈਂਟੇਜ ਤੇ ਰੇਸ਼ਿਓ ਤੋਂ ਗੱਲ ਸ਼ੁਰੂ ਕਰਦਾ ਹੁੰਨਾ ਕਿ ਪਰਸੈਂਟ ਰੇਸ਼ਿਓ ਤੁਹਾਡੇ ਸਭ ਤੋਂ ਅਹਿਮ ਸਭ ਤੋਂ ਇੰਪੋਰਟੈਂਟ ਸਬਜੈਕਟ ਇੰਪੋਰਟੈਂਟ ਚੈਪਟਰ ਨੇ ਕਿਉਂਕਿ ਇਸ ਤੋਂ ਬਾਅਦ ਤੁਹਾਡਾ ਸਾਰੇ ਦਾ ਸਾਰਾ ਸਿਲੇਬਸ ਪਰਸੈਂਟ ਰੇਸ਼ਿਓ ਦੇ ਉੱਤੇ ਬੇਸਡ ਹੁੰਦਾ ਹੈਗਾ ਪਰ ਪਰਸੈਂਟ ਰੇਸ਼ਿਓ ਤੋਂ ਜ਼ਿਆਦਾ ਨਹੀਂ ਤਾਂ ਪਰਸੈਂਟ ਰੇਸ਼ਿਓ ਤੋਂ ਘੱਟ ਵੀ ਨਹੀਂ ਪਰਸੈਂਟ ਰੇਸ਼ਿਓ ਦੇ ਬਰਾਬਰ ਦੀ ਅਹਿਮੀਅਤ ਵਾਲਾ ਇੱਕ ਤੁਹਾਡਾ ਟੌਪਿਕ ਜਿਹੜਾ ਪੀਪੀਐਸਸੀ ਨੇ ਵੈਸੇ ਜੇ ਥੋੜਾ ਜ਼ਿਆਦਾ ਐਨਾਲਿਸਿਸ ਕਰੀਏ ਤਾਂ ਬਾਕੀ ਸੂਬਿਆਂ ਦੇ ਜਿਹੜੇ ਸਿਵਲ ਬੋਰਡਸ ਨੇ ਤੁਹਾਡੇ ਕਮਿਸ਼ਨਸ ਨੇਗੇ ਤੇ ਯੂਪੀਐਸਸੀ ਜਿਹੜਾ ਉਹਨਾਂ ਨੇ ਵੀ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਖਾਸ ਕਰਕੇ ਕਰੋਨਾ ਤੋਂ ਬਾਅਦ 2020 ਤੋਂ ਬਾਅਦ ਜਿਹੜੇ ਇਮਤਿਹ ਉਨ੍ਹਾਂ ਦੇ ਵਿੱਚ ਨੰਬਰ ਸਿਸਟਮ ਦੇ ਸਵਾਲਾਂ ਦੀ ਗਿਣਤੀ ਥੋੜੀ ਜਿਹੀ ਵਧਾਈ ਹੈ ਅਸੀਂ ਪਿਛਲੇ ਸਾਲ ਨੈਪ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਦੇਖਿਆ ਹਾਲਾਂਕਿ ਪੀਟ੍ਰਿਪਲੱਸਬੀ ਨੇ ਵੀ ਥੋੜਾ ਜਿਹਾ ਹੱਥ ਪੱਲਾ ਮਾਰਨਾ ਸ਼ੁਰੂ ਕੀਤਾ ਕਿ ਨੰਬਰ ਸਿਸਟਮ ਦੇ ਕੁਐਸਚਨਸ ਵਧਾਏ ਨੇ ਯੂਪੀਐਸਸੀ ਨੇ ਆਈਏਐਸ ਦੇ ਪੇਪਰ ਦੇ ਵਿੱਚ ਸੀ ਸੈੱਟ ਦਾ ਜਿਹੜਾ ਪੇਪਰ ਪੁੱਛਿਆ ਜਾਂਦਾ ਉਹਦੇ ਵਿੱਚ ਨੰਬਰ ਸਿਸਟਮ ਦੇ ਸਵਾਲਾਂ ਦੀ ਗਿਣਤੀ ਵਧਾਈ ਹੈ ਤਾਂ ਅਸੀਂ ਪੀਪੀਐਸਸੀ ਦੇ ਵਿੱਚ ਜਿਹੜਾ ਨੈਪ ਦਾ ਪਿਛਲੇ ਸਾਲ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਨੰਬਰ ਸਿਸਟਮ ਦੇ ਉੱਤੇ ਜਿਹੜੇ ਬੇਸਡ ਕੁਝ ਕੁਐਸਚਨਸ ਬਣਦੇ ਨੇ ਨੰਬਰ ਸਿਸ ਥਿਊਰਮ ਹੁੰਦੀ ਹੈਗੀ ਬੋਡਮਾਸ ਹੁੰਦਾ ਹੈਗਾ ਕੁਝ ਇਹ ਤਾਂ ਟਾਈਪਸ ਬਣਦੇ ਨੇ ਤੁਹਾਡੇ ਇਸ ਤੋਂ ਬਿਨਾ ਕੁਝ ਨੰਬਰਸ ਦੇ ਉੱਤੇ ਜਿਹੜੀ ਬੇਸਡ ਤੁਹਾਡੀ ਇਨਫੋਰਮੇਸ਼ਨ ਹੈ ਜੋ ਤੁਹਾਡੀ ਨੰਬਰਾਂ ਨੂੰ ਲੈ ਕੇ ਸਮਝ ਆ ਜੇ ਬੇਸਿਕ ਤੋਂ ਬੇਸਿਕ ਗੱਲ ਕਰੀਏ ਤੁਹਾਨੂੰ ਪਤਾ ਕਿ ਨੰਬਰ 1 2 3 ਤੋਂ ਸ਼ੁਰੂ ਹੁੰਦੇ ਨੇ ਕੁਝ ਬੱਚੇ ਕਹਿਣਗੇ ਸਰ ਜ਼ੀਰੋ ਵੀ ਹੁੰਦਾ ਹੈਗਾ ਕੁਝ ਬੱਚੇ ਕਹਿਣਗੇ ਸਰ ਮਾਈਨਸ ਵਾਲੇ ਨੰਬਰ ਵੀ ਹੁੰਦੇ ਨੇ ਕੁਝ ਕਹਿਣਗੇ ਸਰ ਆਰਡ ਨੰਬਰ ਈਵਨ ਨੰਬਰ ਹੁੰਦੇ ਨੇ ਨੰਬਰਾਂ ਨੂੰ ਲੈ ਕੇ ਜਿਹੜੀ ਤੁਹਾਡੀ ਸਮਝ ਹੈ ਇਹ ਤਾਂ ਆਪਾਂ ਹਾਲਾਂਕਿ ਬੜੀ ਬੇਸਿਕ ਗੱਲ ਕੀਤੀ ਆ ਨੰਬਰਾਂ ਨੂੰ ਲੈ ਕੇ ਜੇ ਤੁਹਾਡੀ ਸਮਝ ਹੈ ਉਸ ਅੰਡਰਸਟੈਂਡਿੰਗ ਦੇ ਉੱਤੇ ਬੇਸਡ ਕੁਝ ਕੁਐਸਚਨਸ ਡਿਜ਼ਾਈਨ ਹੋਣੇ ਸ਼ੁਰੂ ਹੋਏ ਨੇ ਤਾਂ ਨੰਬਰ ਸਿਸਟਮ ਦੇ ਵਿੱਚ ਜਿਹੜੇ ਕੁਝ ਅੱਜਕੱਲ ਮਿਸਲੀਨੀਅਸ ਕੁਐਸਚਨਸ ਪੁੱਛੇ ਜਾਣੇ ਸ਼ੁਰੂ ਕੀਤੇ ਨੇਗੇ ਉਹਨਾਂ ਸਵਾਲਾਂ ਤੇ ਸਾਡ ਪਿਆਨ ਹੋਣਾ ਚਾਹੀਦਾ ਹੈਗਾ ਐਲਸੀਐਮ ਐਸਫ ਡਿਵੀਜ਼ਿਬਿਲਟੀ ਰੂਲ ਪਰਸੈਂਟ ਰੇਸ਼ਿਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅਗਲਾ ਸਾਰਾ ਸਿਲੇਬਸ ਤੁਹਾਡਾ ਪਰਸੈਂਟ ਰੇਸ਼ਿਓ ਦੇ ਉੱਤੇ ਬੇਸਡ ਹੈ ਏਜਸ ਪਾਰਟਨਰਸ਼ਿਪ ਸਾਰੇ ਦਾ ਸਾਰਾ ਚੈਪਟਰ ਤੁਹਾਡਾ ਰੇਸ਼ਿਓ ਦੇ ਉੱਤੇ ਚੱਲੂਗਾ ਸਿੰਪਲ ਤੇ ਕੰਪਾਊਂਡ ਇੰਟਰਸਟ ਦੋਨੇ ਤਰ੍ਹਾਂ ਦੇ ਇੰਟਰਸਟ ਤੁਸੀਂ ਹਾਲਾਂਕਿ ਸਕੂਲ 'ਚ ਪੜ੍ਹੇ ਹੋਣਗੇ ਸਿੰਪਲ ਇੰਟਰਸਟ ਦਾ ਨਾਮ ਸੁਣਦੇ ਹੀ ਤੁਹਾਡੇ ਦਿਮਾਗ 'ਚ ਪੀਆਰਟੀ ਓਵਰ 100 ਆ ਜਾਂਦਾ ਹੋਊਗਾ ਪਰ ਅਸੀਂ ਪੂਰੇ ਦਾ ਪੂਰਾ ਆਪਣਾ ਜਿਹੜਾ ਆਪਣਾ ਸਿੰਪਲ ਇੰਟਰਸਟ ਚੈਪਟਰ ਹੈ ਚਾਹੇ ਫੁੱਲ ਸ ਚ ਮੈਂ ਤੁਹਾਨੂੰ ਸਾਰੇ ਦੀ ਸਾਰੀ ਤਿਆਰੀ ਕਰਾਉਂਗਾ ਸੌਖੇ ਤੋਂ ਮੋਡਰੇਟ ਤੋਂ ਔਖੇ ਸਵਾਲਾਂ ਦੀ ਤਿਆਰੀ ਕਰਵਾਉਂਗਾ ਪੀਬਾਈ ਕਿਹਾ ਉਹ ਆਪਾਂ ਡਿਸਕਸ ਕਰਾਂਗੇ ਉਹਦੇ ਵਿੱਚ ਆਪਾਂ ਕਿਤੇ ਵੀ ਪੀਆਰਟੀ ਦਾ ਨਾਮ ਨਹੀਂ ਲੈਂਦੇ ਹੈਗੇ ਕੰਪਾਊਂਡ ਇੰਟਰਸਟ ਉਹਨੇ ਚੰਗੇ ਤਰੀਕੇ ਨਾਲ ਕਰਾਂਗੇ ਟਾਈਮ ਐਂਡ ਵਰਕ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਟਾਈਮ ਐਂਡ ਵਰਕ ਦੇ ਨਾਲ ਨਾਲ ਚੇਨ ਰੂਲ ਦੇ ਵਿੱਚੋਂ ਕੁਐਸਚਨਸ ਜ਼ਿਆਦਾ ਪੁੱਛੇ ਜਾਣ ਲੱਗ ਗਏ ਕੁਝ ਪਿਛਲੇ ਸਮੇਂ ਦੇ ਵਿੱਚ ਪਿਛਲੇ ਤਿੰਨਾਂ ਕਸਾਲਾਂ ਦੇ ਵਿੱਚ ਵੈਸੇ 2 ਜਾਂ 3 ਸਾਲਾਂ ਦੀ ਹੀ ਜ਼ਿਆਦਾ ਮੈਂ ਗੱਲ ਕਰੂੰਗਾ ਪਿਛਲੇ 2-3 ਸਾਲਾਂ ਦੇ ਵਿੱਚ ਕੁਝ ਵੱਡੇ ਇਮਤਿਹਾਨ ਚਾਹੇ ਪੰਜਾਬ ਦੇ ਚਾਹੇ ਕੇਂਦਰ ਦੇ ਜਾਂ ਕਿਸੇ ਹੋਰ ਸੂਬੇ ਦੇ ਹੋਏ ਨੇ ਉਹਨਾਂ ਦੇ ਵਿੱਚ ਦੇਖਿਆ ਗਿਆ ਕਿ ਟਾਈਮ ਐਂਡ ਵਰਕ ਦੇ ਸਵਾਲ ਘਟ ਗਏ ਚੇਨ ਰੂਲ ਦੇ ਵਿੱਚ ਸਵਾਲ ਪੁੱਛੇ ਜਾਣ ਲੱਗ ਗਏ ਪਾਈਪਸ ਐਂਡ ਸਿਸਟਮ ਦੇ ਵਿੱਚੋਂ ਕਦੇ-ਕਦੇ ਸਵਾਲ ਦੇਖਿਆ ਜਾਂਦਾ ਐਵਰੇਜ ਤੁਹਾਡਾ ਇੰਪੋਰਟੈਂਟ ਚੈਪਟਰ ਹੈ ਮਿਕਸਚਰ ਐਲੀਗੇਸ਼ਨ ਸਾਰੇ ਦਾ ਸਾਰਾ ਰੇਸ਼ੀਓ ਦੇ ਉੱਤੇ ਬੇਸਡ ਚੈਪਟਰ ਹੈ ਪ੍ਰੋਫਿਟ ਲਾਸ ਵੱਡਾ ਚੈਪਟਰ ਹੈ ਹਾਲਾਂਕਿ ਸਵਾਲ ਇੱਕ ਅੱਦੇ ਹੀ ਪੁੱਛਿਆ ਜਾਂਦਾ ਸੀਗਾ ਪਰ ਨੈਬ ਦੇ ਪੇਪਰ ਦੇ ਵਿੱਚ ਕੁਝ ਜ਼ਿਆਦਾ ਸਵਾਲ ਦੇਖੇ ਗਏ ਸੀ ਤੇ ਔਖੇ ਵੀ ਦੇਖੇ ਗਏ ਸੀ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਤੁਸੀਂ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਜਿੰਨੇ ਤੁਹਾਡੇ ਟਾਈਪਸ ਬਣਦੇ ਨੇ ਜਿੰਨੇ ਤੁਹਾਡੇ ਵੈਰਾਈਟੀ ਆਫ ਸਵਾਲ ਵੈਰਾਈਟੀ ਆਫ ਕੁਐਸ਼ਨਸ ਡਿਜ਼ਾਈਨ ਹੁੰਦੇ ਨੇਗੇ ਉਹ ਤਾਂ ਕਰਨੀ ਹੀ ਕਰਨੇ ਆ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਜੋ PPS ਦੇ ਵਿੱਚ ਜੋ PTSB ਦੇ ਵਿੱਚ ਦੇਖਿਆ ਗਿਆ ਕਿ ਟ੍ਰੇਨਸ ਦੇ ਉੱਤੇ ਬੇਸਡ ਵੀ ਕੁਐਸ਼ਨ ਬਣਨ ਲੱਗ ਗਏ ਬੋਰਡਸ ਐਂਡ ਸਟਰੀਮਸ ਦਾ ਕੁਐਸ਼ਨ ਡੈਫੀਨੇਟਲੀ ਇੱਕ ਇੱਕ ਕੁਐਸ਼ਨ ਆਪਾਂ ਹਰ ਪੇਪਰ 'ਚ ਦੇਖਣ ਲੱਗ ਗਏ ਤਾਂ ਟਾਈਮ ਸਪੀਡ ਡਿਸਟੈਂਸ ਦਾ ਉਹ ਸਾਰਾ ਪਾਰਟ ਚੰਗੀ ਤਰ੍ਹਾਂ ਕਵਰ ਕਰਨਾ ਪ੍ਰੋਬੈਬਿਲਟੀ ਤੇ ਪਰਮਿਊਟੇਸ਼ਨ ਕੰਬੀਨੇਸ਼ਨ ਮੈਂ ਪਿਛਲੇ ਕੁਝ ਵੱਡੇ ਇਮਤਿਹਾਨਾਂ ਦੇ ਐਨਾਲਿਸਿਸ ਦੇ ਵਿੱਚ ਇੱਕ ਗੱਲ ਆਬਜ਼ਰਵ ਕੀਤੀ ਸੀ ਕਿ ਪ੍ਰੋਬੈਬਿਲਟੀ ਮੈਂ ਪਰਮਿਊਟੇਸ਼ਨ ਕੰਬੀਨੇਸ਼ਨ ਦੀ ਗੱਲ ਨਹੀਂ ਕਰ ਰਿਹਾ ਪ੍ਰੋਬੈਬਿਲਿਟੀ ਇਹੋ ਜਾਂ ਚੈਪਟਰ ਹੈ ਜਿਹਦੇ ਵਿੱਚੋਂ ਕਾਫੀ ਵੱਡੇ ਇਮਤਿਹਾਨ ਜਿਹੜੇ ਸਾਡੇ ਹੋਏ ਨੇ ਕੁਝ ਚੰਗੇ ਲੈਵਲ ਦੇ ਪੇਪਰ ਸਾਡੇ ਹੋਏ ਨੇ ਉਹਨਾਂ ਦੇ ਵਿੱਚ ਪ੍ਰੋਬੈਬਿਲਿਟੀ ਦਾ ਕੋਈ ਕੁਐਸਚਨ ਨਹੀਂ ਪੁੱਛਿਆ ਗਿਆ ਪਰ ਪਿਛਲੇ ਸਾਲ ਨੈਬ ਦੇ ਪੇਪਰ 'ਚ ਇੱਕ ਕੁਐਸਚਨ ਦੇਖਿਆ ਗਿਆ ਤਾਂ ਪ੍ਰੋਬੈਬਿਲਿਟੀ ਇਸ ਕਰਕੇ ਵੀ ਸਾਨੂੰ ਚੰਗੀ ਤਰ੍ਹਾਂ ਕਰਨਾ ਪਊ ਹਾਲਾਂਕਿ ਕੋਈ ਕੁਐਸਚਨ ਨਾ ਵੀ ਦੇਖਿਆ ਜਾਵੇ ਪਾਰਟਨਰਸ਼ਿਪ ਦਾ ਕੋਈ ਕੁਐਸਚਨ ਨਹੀਂ ਦੇਖਿਆ ਗਿਆ ਨੈਬ ਦੇ ਵਿੱਚ ਨਹੀਂ ਦੇਖਿਆ ਗਿਆ ਕੋਆਪਰੇਟਿਵ ਇਨਸਪੈਕਟਰ ਚ ਨਹੀਂ ਦੇਖਿਆ ਗਿਆ ਪਿਛਲੇ ਤੋਂ ਪਿਛਲੇ ਸਾਲ ਪਟਵਾਰੀ ਦੇ ਦੋ ਪੇਪਰ ਹੋਏ ਸੀਗੇ ਦੋਨਾਂ ਚ ਨਹੀਂ ਸੀ ਦੇਖਿਆ ਗਿਆ ਟਾਈਮ ਆਪਣਾ ਜਿਹੜਾ ਪੰਜਾਬ ਪੁਲਿਸ ਦਾ ਟੀਐਸਐਸ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਨਹੀਂ ਸੀ ਦੇਖਿਆ ਗਿਆ 3 ਅਕਤੂਬਰ 2021 ਨੂੰ ਐਕਸਾਈਜ਼ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਨਹੀਂ ਸੀ ਦੇਖਿਆ ਗਿਆ ਪਾਰਟਨਰਸ਼ਿਪ ਪੰਜਾਬ ਦੇ ਪਿਛਲੇ ਸੱਤਾ ਅੱਠਾ ਐਗਜ਼ਾਮਸ ਦੇ ਵਿੱਚ ਕਿਸੇ ਪੇਪਰ ਚ ਕੋਈ ਸਵਾਲ ਨਹੀਂ ਦੇਖਿਆ ਗਿਆ ਤਾਂ ਵੀ ਆਪਾਂ ਚੰਗੀ ਤਰ੍ਹਾਂ ਕਰਾਂਗੇ ਤਾਂ ਇਹ ਸਾਡਾ ਸਾਰਿਆਂ ਦਾ ਸਾਰਾ ਸਿਲੇਬਸ ਹੈ ਅਖੀਰ ਤੇ ਸਾਡੀ ਮੈਂਸੂਰੇਸ਼ਨ ਤੁਸੀਂ ਸਾਰੇ ਜਾਣੂ ਹੋਵੋਗੇ ਆਪਾਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਪਰ ਸਿਲੇਬਸ ਸਿਰਫ ਇੰਨਾ ਨਹੀਂ ਹੈਗਾ ਕਿਉਂਕਿ ਮੈਂ ਪਿੱਛੇ ਵੀ ਤੁਹਾਨੂੰ ਡਿਟੇਲ ਦੇ ਵਿੱਚ ਇੱਕ ਗੱਲ ਦੱਸੀ ਹੈ ਕਿ ਭਾਈ ਪੀਪੀਐਸਸੀ ਦੀ ਜਦੋਂ ਗੱਲ ਹੋ ਰਹੀ ਹੈ ਚਾਹੇ ਨੈਪ ਤਹਿਸੀਲਦਾਰ ਦੀ ਖਾਸ ਗੱਲ ਕਰ ਲਈਏ ਚਾਹੇ ਅਦਰਵਾਇਜ਼ ਪੀਪੀਐਸਸੀ ਦੀ ਗੱਲ ਕਰ ਲਈਏ 2021 ਦਾ ਪੀਸੀਐਸ ਦਾ ਪੇਪਰ ਦੇਖ ਲਈਏ 2022 ਦਾ ਨੈਪ ਤਹਿਸੀਲਦਾਰ ਜਾਂ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਦੇਖ ਲਈਏ ਜਿੰਨੀ ਮੈਥ ਦੀ ਇੰਪੋਰਟੈਂਸ ਹੈ ਉੰਨੀ ਹੀ ਤੁਹਾਡੀ ਡੀਆਈ ਦੀ ਵੀ ਇੰਪੋਰਟੈਂਸ ਹੈ ਡੀਆਈ ਦੇ 6 6 7 7 ਸਵਾਲ ਪੁੱਛੇ ਜਾ ਰਹੇ ਨੇ ਪੀਪੀਐਸਸੀ ਖਾਸ ਕਰਕੇ ਪੁੱਛਦਾ ਪੀ ਟ੍ਰਿਪਲ ਐਸਬੀ ਨੇ ਹਲੇ ਡੀਆਈ ਨੂੰ ਇਨਾ ਹੱਥ ਨਹੀਂ ਪਾਇਆ ਹੈਗਾ ਪਰ ਪੀਪੀਐਸਸੀ ਖਾਸ ਕਰਕੇ ਡੀਆਈ ਦੇ ਸਵਾਲ ਪੁੱਛਦਾ ਤਾਂ ਡੀਆਈ ਦਾ ਮੋٹے ਰੂਪ ਦੇ ਵਿੱਚ ਜੋ ਸਾਰੇ ਦਾ ਸਾਰਾ ਤੁਹਾਡਾ ਸਿਲੇਬਸ ਹੈ ਕਿ ਉਹਦੇ ਵਿੱਚ ਤੁਸੀਂ ਡਾਟਾ ਟੇਬਲ ਬਾਰ ਗ੍ਰਾਫ ਚੰਗੀ ਤਰ੍ਹਾਂ ਕਰਨਾ ਹੈ ਡਾਟਾ ਟੇਬਲ ਤੇ ਬਾਰ ਗ੍ਰਾਫ ਤੋਂ ਤੁਸੀਂ ਡੀਆਈ ਦੀ ਇੱਕ ਸਮਝ ਬਣਾਉਣੀ ਹੈਗੀ ਡੀਆਈ ਦੇ ਸਵਾਲ ਕਿਹੋ ਜਿਹੇ ਮਤਲਬ ਡੀਆਈ ਦੇ ਵਿੱਚ ਜਿੰਨੇ ਵੀ ਤੁਹਾਡੇ ਟਾਈਪਸ ਨੇਗੇ ਮੈਂ ਲਿਖੇ ਹੋਏ ਨੇ ਹਲੇ ਇਕੱਲੇ ਇਕੱਲੇ ਦੀ ਮੈਂ ਗੱਲ ਵੀ ਕਰੂੰਗਾ ਜਿੰਨੇ ਵੀ ਤੁਹਾਡੇ ਟਾਈਪਸ ਨੇ ਉਹਦੇ ਵਿੱਚ ਬੇਸਿਕਲੀ ਹੋਣਾ ਕੀ ਹੈ ਕਿ ਤੁਹਾਨੂੰ ਇੱਕ ਫਿਗਰ ਦੀ ਫਾਰਮ ਦੇ ਵਿੱਚ ਕੋਈ ਇਨਫੋਰਮੇਸ਼ਨ ਦਿੱਤੀ ਜਾਣੀ ਹੈ ਤੇ ਤੁਸੀਂ ਉਹ ਸਾਰੀ ਜਿਹੜੀ ਫਿਗਰ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਹੈ ਉਹ ਫਿਗਰ ਤੁਹਾਡਾ ਚਾਰਟ ਵੀ ਹੋ ਸਕਦਾ ਟੇਬਲ ਵੀ ਹੋ ਸਕਦਾ ਗ੍ਰਾਫ ਵੀ ਹੋ ਸਕਦਾ ਉਹ ਸਾਰੀ ਇਨਫੋਰਮੇਸ਼ਨ ਦਾ ਮੋਟਾ ਜਿਹਾ ਐਨਾਲਿਸਿਸ ਕਰਨਾ ਹੈ ਫਿਰ ਉਸ ਸਾਰੇ ਇਨਫੋਰਮੇਸ਼ਨ ਚ ਜਿਹੜੇ 2 ਜਾਂ 4 ਜਾਂ 5 ਸਵਾਲ ਪੁੱਛੇ ਜਾਣੇ ਨੇ ਉਹਨਾਂ ਦਾ ਤੁਸੀਂ ਅਨਸਰ ਕਰਨਾ ਜਿਵੇਂ ਰੀਜ਼ਨਿੰਗ ਦੇ ਵਿੱਚ ਪਜ਼ਲ ਆ ਗਿਆ ਪਜ਼ਲ ਦਾ ਜਿਹੜਾ ਸਾਰੇ ਦਾ ਸਾਰਾ ਡਾਟਾ ਸਾਰੀ ਦੀ ਸਾਰੀ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਗੇਠ ਲੰਬਾ ਪੈਰਾਗ੍ਰਾਫ ਲਿਖ ਦਿੰਦੇ ਨੇ ਉਹਦਾ ਤੁਸੀਂ ਐਨਾਲਿਸਿਸ ਜਿਆ ਕਰਦੇ ਹੋ ਮੋٹے ਰੂਪ ਚ ਜਿਹੜੀਆਂ ਚੀਜ਼ਾਂ ਨੋਟ ਜਿਆ ਕਰਨੀਆਂ ਨੋਟ ਜਿਆ ਕਰਕੇ ਫਿਰ ਉਹ ਚ ਤਿੰਨ ਜਾਂ ਚਾਰ ਸਵਾਲ ਪੰਜ ਸਵਾਲ ਪੁੱਛੇ ਜਾਂਦੇ ਨੇ ਉਵੇਂ ਹੀ ਡੀਆਈ ਚ ਕਰਨਾ ਹੈ ਕਿ ਸਾਨੂੰ ਇਨਫੋਰਮੇਸ਼ਨ ਕਿਸੇ ਫਿਗਰ ਦੀ ਫਾਰਮ ਦੇ ਵਿੱਚ ਦਿੱਤੀ ਹੋਊਗੀ ਉਹ ਚਾਹੇ ਕੋਈ ਚਾਰਟ ਬਣਾਇਆ ਹੋਵੇ ਟੇਬਲ ਜਾਂ ਗ੍ਰ ਪੰਜ ਸਵਾਲ ਪੁੱਛੇ ਗਏ ਨੇ ਉਹ ਅਨਸਰ ਕਰਨਾ ਹੈ ਤਾਂ ਉਹਦੇ ਵਿੱਚ ਸਾਡੀ ਇੱਕ ਸਮਝ ਬਣੂਗੀ ਜੋ ਕਿ ਮੈਂ ਹੈਲਪ ਕਰੂੰਗਾ ਮੈਂ ਮੋٹے ਰੂਪ ਚ ਜਿਹੜੀ ਗੱਲ ਕਰ ਰਿਹਾ ਐਬਸਟ੍ਰੈਕਟ ਚ ਕਰ ਰਿਹਾ ਪਰ ਕੰਕਰੀਟ ਗੱਲ ਇਹ ਹੈ ਕਿ ਮੈਂ ਅਧਿਆਪਕ ਹੋਣ ਦੇ ਨਾਤੇ ਜ਼ਿੰਮੇਵਾਰੀ ਚੱਕੂੰਗਾ ਕਿ ਜਦੋਂ ਮੇਰੇ ਪੇਡ ਬੈਚ ਵਾਲੇ ਵਿਦਿਆਰਥੀ ਮੇਰੇ ਕੋਲ ਪੜਦੇ ਨੇ ਜਾਂ ਹੁਣ ਕ੍ਰੈਸ਼ ਕੋਰਸ ਦੇ ਵਿੱਚ ਜਿਹੜੇ ਵਿਦਿਆਰਥੀ ਮੇਰੇ ਕੋਲ ਪੜਨਗੇ ਜਾਂ YouTube ਤੇ ਜੋ ਅਸੀਂ ਮਾੜਾ ਮੋਟਾ ਮਾੜਾ ਮੋਟਾ ਮਾੜਾ ਮੋਟਾ ਲਗਾਤਾਰ ਪੜਾਉਂਦੇ ਆਂਗੇ ਤਾਂ ਉੱਥੇ ਟੀਚਰ ਦੀ ਹੀ ਰਿਸਪੌਂਸਿਬਿਲਟੀ ਹੁੰਦੀ ਹੈ ਮੈਂ ਇਹ ਨਹੀਂ ਕਹਿ ਦੂੰਗਾ ਕਿ ਤੁਸੀਂ ਐਂ ਜ ਜਿਹੜੇ ਥੋੜੇ ਜਿਹਾ ਜ਼ਿਆਦਾ ਸ਼ਾਰਪ ਹੁੰਦੇ ਨੇ ਜਿਨ੍ਹਾਂ ਦਾ ਓਵਰঅল ਜਾਂ ਕੋਈ ਇੱਕ ਦੋ ਸਬਜੈਕਟ ਤੇ ਚੰਗਾ ਹੋਲਡ ਹੁੰਦਾ ਹੈਗਾ ਜਾਂ ਜਿਨ੍ਹਾਂ ਨੂੰ ਇੰਨਾ ਕੁ ਤਜਰਬਾ ਹੋ ਗਿਆ ਹੁੰਦਾ ਕਿ ਉਹ ਆਪ ਦੇ ਦਮ ਤੇ ਸਾਰੀ ਤਿਆਰੀ ਕਰਨ ਦੀ ਕਾਬਲੀਅਤ ਰੱਖਦੇ ਆ ਉਹ ਵਿਦਿਆਰਥੀਆਂ ਨੂੰ ਮੈਂ ਕਹਿ ਸਕਦਾ ਵੀ ਐ ਜੇ ਕਰ ਲਿਓ ਓਵੇਂ ਜੇ ਕਰ ਲਿਓ ਪਰ ਮੋٹے ਰੂਪ ਚ ਸਾਰੇ ਵਿਦਿਆਰਥੀਆਂ ਨੂੰ ਮੇਰਾ ਇਹੀ ਐਡਰੈਸ ਹੈ ਮੈਂ ਇਹੀ ਬੇਨਤੀ ਕਰਦਾ ਕਿ ਜੇ ਮੇਰੇ ਕੋਲੋਂ ਪੜੋਂਗੇ ਤਾਂ ਉਹ ਮੇਰੀ ਜ਼ਿੰਮੇਵਾਰੀ ਹੈ ਜੇ ਦੂਜੇ ਟੀਚਰ ਕੋਲੋਂ ਪੜੋਂਗੇ ਤਾਂ ਉਸ ਟੀਚਰ ਦੀ ਜ਼ਿੰਮੇਵਾਰੀ ਹੈ ਅਧਿਆਪਕ ਦੀ ਹੀ ਜ਼ਿੰਮੇਵਾਰੀ ਰਹੂਗੀ ਕਿ ਤੁਹਾਨੂੰ ਚੀਜ਼ਾਂ ਖਾਨੇ ਤੁਹਾਡੇ ਖਾਨੇ ਚ ਪਾਉਣੀਆਂ ਜਾਣਗੀਆਂ ਤਾਂ ਬੱਚੇ ਇਹ ਸਾਰੀ ਦੀ ਸਾਰੀ ਡੀਆਈ ਤੱਕ ਕਰਾਂਗੇ ਪਰ ਡੀਆਈ ਦੇ ਵਿੱਚ ਪਿਛਲੇ ਸਾਲ ਨੈਪ ਤਹਿਸੀਲਦਾਰ ਦਾ ਪੇਪਰ ਹੋਇਆ ਸੀਗਾ ਉਹਦੇ ਵਿੱਚ ਤੁਸੀਂ ਕੇਸ ਸਟੱਡੀਜ਼ ਦਾ ਕੁਐਸਚਨ ਦੇਖਿਆ ਸੀਗਾ ਕੇਸ ਸਟੱਡੀਜ਼ ਦਾ ਕੋਈ ਕੁਐਸਚਨ ਉਹ ਕੋਈ ਸੌਖਾ ਸਵਾਲ ਨਹੀਂ ਸੀ ਹੈਗਾ ਜੇ ਤੁਹਾਡੇ ਵਿੱਚੋਂ ਕੁਝ ਵਿਦਿਆਰਥੀ ਮੇਰੇ ਨਾਲ ਪਿਛਲੇ ਸਾਲ ਡੇਢ ਤੋਂ ਜੁੜੇ ਹੋਏ ਨੇ ਜਾਂ ਮੇਰੇ ਨਾਲ ਨਹੀਂ ਜੁੜੇ ਹੋਏ ਇਹ ਸੈਸ਼ਨ ਦੇਖਣ ਵਾਲੇ ਵਿਦਿਆਰਥੀਆਂ 'ਚੋਂ ਕੁਝ ਵਿਦਿਆਰਥੀ ਵੈਸੇ ਪਿਛਲੇ 4-5 ਸਾਲਾਂ ਦੇ ਐਗਜ਼ਾਮਸ ਦਾ ਐਨਾਲਿਸਿਸ ਕਰਕੇ ਬੈਠੇ ਨੇ ਜਾਂ ਇਧਰ ਉਧਰ ਕੋਈ ਤਿਆਰੀ ਕਰਦੇ ਰਹੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ 2018 ਦੇ ਵਿੱਚ ਜਿਹੜਾ ਕੋਆਪਰੇਟਿਵ ਇਨਸਪੈਕਟਰ ਦਾ ਪੀਪੀਐਸਸੀ ਨੇ ਹੀ ਪੇਪਰ ਲਿਆ ਸੀ ਉਹਦੇ ਵਿੱਚ ਕੇਸ ਸਟੱਡੀਜ਼ ਦਾ ਵੈਨ ਡਾਇਗਰਾਮ ਦੇ ਉੱਤੇ ਬੇਸਡ ਕੁਐਸਚਨ ਪਾਇਆ ਸੀਗਾ ਤਾਂ 2018 ਦੇ ਕੋਆਪਰੇਟਿਵ ਇਨਸਪੈਕਟਰ ਦੇ ਪੇਪਰ ਦੇ ਵਿੱਚ ਵੀ 2022 ਦੇ ਨੈਪ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਵੀ ਜਿਹੜਾ ਕੈਨਸਲ ਹੋ ਗਿਆ ਤੇ ਹੁਣ ਦੁਬਾਰਾ ਹੋ ਰਿਹਾ ਹੈਗਾ ਬੈਂਡ ਡਾਇਗਰਾਮ ਦੇ ਉੱਤੇ ਬੇਸਡ ਕੁਐਸਚਨ ਬਣਿਆ ਸੀ ਤੇ ਕੋਈ ਸੌਖਾ ਕੁਐਸਚਨ ਨਹੀਂ ਸੀ ਹੈਗਾ ਇਹ ਕੋਈ ਆਇਆ ਨਹੀਂ ਸੀ ਹੈਗਾ ਚਲੋ ਪੁੱਛ ਲਿਆ ਤਾਂ ਕਰ ਲਾਂਗੇ ਇਹਨੇ ਧੂਆਂ ਕੱਢਿਆ ਸੀ ਚੰਗੇ ਭਲੇ ਵਿਦਿਆਰਥੀਆਂ ਦਾ ਜਿਹੜੇ ਵਿਦਿਆਰਥੀਆਂ ਨੇ ਕੇਸ ਸਟੱਡੀਜ਼ ਵੱਲ ਮੂੰਹ ਨਹੀਂ ਕੀਤਾ ਇਹ ਸਵਾਲ ਨੇ ਉਹਨਾਂ ਨੂੰ ਅੱਖਾਂ ਦਿਖਾਈਆਂ ਹੀ ਦਿਖਾਈਆਂ ਨੇ ਤਿੰਨ ਸਵਾਲ ਪੁੱਛੇ ਗਏ ਸੀ ਇਸ ਪੂਰੇ ਸੈੱਟ ਦੇ ਵਿੱਚੋਂ ਤਿੰਨ ਦੇ ਤਿੰਨ ਸਵਾਲ ਫਿਰ ਉਹ ਵਿਦਿਆਰਥੀ ਦੇ ਨਹੀਂ ਸੀ ਹੋਏ ਤਾਂ ਵੈਂ ਡਾਇਗ੍ਰam ਇਹਦੇ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰੂਗੀ ਤੇ ਇਹਦੇ ਨਾਲ ਨਾਲ ਇਹ ਤਾਂ ਹੋ ਗਿਆ ਪਿਛਲੇ ਸਾਲ ਦਾ ਨੈਪ تحصیلਦਾਰ ਦਾ ਪੇਪਰ ਤੇ 2018 ਦਾ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਪਰ ਜਿਹੜਾ ਪਿਛਲੇ ਸਾਲ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ 2022 ਦੇ ਵਿੱਚ ਹੋਇਆ 11 ਸਤੰਬਰ ਨੂੰ ਉਹਦੇ ਵਿੱਚ ਪਾਈ ਚਾਰਟ ਦੇ ਵਿੱਚ ਬੱਚੇ ਤੁਹਾਡਾ ਡਬਲ ਪਾਈ ਚਾਰਟ ਦੇ ਉੱਤੇ ਬੇਸਡ ਕੁਐਸਚਨ ਸੀਗਾ ਮੈਂ ਦਾਅਵੇ YouTube ਤੇ ਹੁਣ ਤੁਸੀਂ ਬੈਠੇ ਇਹ ਸੈਸ਼ਨ ਨੂੰ ਦੇਖ ਰਹੇ ਹੋ ਇਹ ਸੈਸ਼ਨ ਦੇ ਚੱਲਦਿਆਂ ਹੁਣੇ ਚਾਹੇ ਸੈਸ਼ਨ ਖਤਮ ਹੋਣ ਸਰ YouTube ਤੇ ਘੱਟੋ ਘੱਟ ਪੰਜਾਬ ਵਾਲੇ ਚੈਨਲਾਂ ਤੇ ਟੱਕਰਾਂ ਮਾਰ ਲਓ ਜੇ ਕਿਸੇ ਨੇ ਡਬਲ ਪਾਈ ਚਟ ਚੱਜ ਨਾਲ ਪੜਾਇਆ ਹੋਵੇ ਤਾਂ ਡਬਲ ਪਾਈ ਚਟ ਪੀਪੀਐਸਸੀ ਦਾ ਕੋਆਪਰੇਟਿਵ ਇਨਸਪੈਕਟਰ ਦੇ ਵਿੱਚ ਪੁੱਛਿਆ ਗਿਆ ਸਵਾਲ ਹੈਗਾ ਜਿਹਦੇ ਵਿੱਚ ਤਿੰਨ ਕੇ ਚਾਰ ਸਵਾਲ ਪੁੱਛੇ ਗਏ ਸੀ ਮੈਂ ਇਸ ਸੈਸ਼ਨ ਦੇ ਵਿੱਚ ਸ਼ਾਇਦ ਉਹ ਸਵਾਲ ਲੈ ਕੇ ਵੀ ਆਇਆਂਗਾ ਦਿਖਾਉਂਗਾ ਤੁਹਾਨੂੰ ਉਹ ਸਵਾਲ ਕੁਝ ਆ ਵੈਂ ਡਾਇਗਰਾਮ ਵਾਲਾ ਸਵਾਲ ਵੀ ਦਿਖਾਉਂਗਾ ਤਾਂ ਬੱਚੇ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਕਿ ਸਬਜੈਕਟ ਵਾਈਜ਼ ਵੀ ਜੇ ਤੁਸੀਂ ਪੜ੍ਹਨਾ ਇਕੱਠਾ ਇੱਕ ਥਾਂ ਤੋਂ ਸਿਲੇਬਸ ਕਰਦੇ ਹੋ ਬਹੁਤ ਚੰਗੀ ਗੱਲ ਹੈ ਸਬਜੈਕਟ ਵਾਈਜ਼ ਤੁਸੀਂ ਤਿਆਰੀਆਂ ਕਰਦੇ ਹੋ ਬਹੁਤ ਚੰਗੀ ਗੱਲ ਹੈ ਪਰ ਤੁਸੀਂ ਕੋਈ ਨਿਆਣੇ ਨਹੀਂ ਹੋਗੇ ਤੁਸੀਂ ਕੋਈ 7ਵੀਂ 8ਵੀਂ ਚ ਪੜਨ ਵਾਲੇ ਬੱਚੇ ਨਹੀਂ ਹੈਗੇ ਤੁਸੀਂ ਮੈਚ्योर ਵਿਦਿਆਰਥੀ ਹੋਗੇ ਇੰਨੀ ਕੁ ਸਮਝ ਰੱਖਦੇ ਹੋ ਕਿ ਭਾਈ ਜਿਹੜੇ ਪੇਪਰ ਨੂੰ ਤੁਸੀਂ ਹੱਥ ਪਾਇਆ ਹੈਗਾ ਉਹਨੂੰ ਕੱਢਣ ਦੇ ਲਈ ਇੰਨੀ ਕੁ ਟੱਕਰ ਮਾਰਨ ਦੀ ਲੋੜ ਹੈ ਤੇ ਜਦੋਂ ਅਸੀਂ ਟੀਚਰ ਦੇ ਆਸਰੇ ਤਿਆਰੀਆਂ ਕਰਦੇ ਆ ਤਾਂ ਸਾਨੂੰ ਸਾਡੇ ਟੀਚਰਾਂ ਦੀ ਇੰਨੀ ਕੁ ਪਛਾਣ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਵੀ ਥਾਂ ਤੋਂ ਚਾਹੇ ਹਿਸਟਰੀ ਜੀਓਗ੍ਰਾਫੀ ਪੋਲੀਟਿਕ ਇਕਨੋਮਿਕਸ এনवायरमेंट ਸਟੈਟਿਕ ਜੀਕੇ ਪੰਜਾਬ ਜੀਕੇ ਜਾਂ ਮੈਥ ਜਾਂ ਰੀਜ਼ਨਿੰਗ ਦੀ ਗੱਲ ਕਰੀਏ ਜਿਹੜੇ ਮਰਜ਼ੀ ਸਬਜੈਕਟ ਦੀ ਗੱਲ ਕਰੀਏ ਅਸੀਂ ਆਪਣਾ ਆਪ ਉਸ ਅਧਿਆਪਕ ਦੇ ਅਗੇ ਸਮਰਪਣ ਕਰੀਏ ਜਿਹੜਾ ਅ ਆਪ ਦਾ ਪੇਪਰ ਕੱਢ ਸਕੀਏ ਅਸੀਂ ਪਟਵਾਰੀ ਦਾ ਪੇਪਰ ਕੱਢ ਸਕੀਏ ਐਕਸਰਸਾਈਜ਼ ਜਾਂ ਵੀਡੀਓ ਦਾ ਪੇਪਰ ਕੱਢ ਸਕੀਏ ਤਾਂ ਉਸ ਕਿਸਮ ਦੀ ਤਿਆਰੀ ਤੁਹਾਡੀ ਖੁਦ ਦੀ ਤਾਂ ਹੋਊਗੀ ਜੇ ਟੀਚਰ ਇਹ ਕਪੈਸਿਟੀ ਰੱਖਦਾ ਤਾਂ ਬੱਚੇ ਡਬਲ ਪਾਈ ਚੜ ਦਾ ਕੁਐਸਚਨ ਦੇਖਿਆ ਗਿਆ ਸੀ ਤਾਂ ਡੀਆਈ ਸਾਰੀ ਵੀ ਸਾਰੀ ਮੈਂ ਡੈਫੀਨੇਟਲੀ ਇੱਕ ਗੱਲ ਕਹਿਣਾਗਾ ਕਿ ਮੇਰੀ ਇਹ ਸਮਝ ਬਣੀ ਹੈ ਕਿ ਮੇਰੀ ਕੋਈ ਸਮਝ ਸਮਾਨ ਚੋਂ ਨਹੀਂ ਬਣੀ ਹੈ ਕਿ ਮੇਰੀ ਪਿਛਲੇ ਸਾਲਾਂ ਦੇ ਮਤਲਬ ਜਿਹੜੇ ਕੁਐਸਚਨ ਪੇਪਰ ਆਏ ਨੇ ਉਹਨਾਂ ਦਾ ਐਨਾਲਿਸਿਸ ਕਰਕੇ ਬਣੀ ਆ ਉਹ ਤੁਹਾਡੀ ਵੀ ਬਣ ਸਕਦੀ ਹੈ ਕਿਸੇ ਹੋਰ ਟੀਚਰ ਦੀ ਕਿਸੇ ਹੋਰ ਸਟੂਡੈਂਟ ਦੀ ਬਣ ਸਕਦੀ ਹੈ ਕਿ ਇਸ ਵਾਰ ਵੀ ਜੋ ਤੁਹਾਡਾ 120 ਨੰਬਰਾਂ ਦਾ ਪੇਪਰ ਆਉਣਾ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ 80 ਕੁਐਸਚਨ ਤੁਹਾਡੇ ਜੀਐਸ ਦੇ ਹੋਣਗੇ ਤੇ 40 ਕੁਐਸਚਨ ਤੁਹਾਡੇ ਮੈਥ ਪਲੱਸ ਰੀਜ਼ਨਿੰਗ ਦੇ ਹੋਣਗੇ ਜਿਹਦੇ ਵਿੱਚ ਨਾਲ ਡੀਆਈ ਵੀ ਹੋਊਗੀ ਤਾਂ 40 ਦੇ ਵਿੱਚੋਂ ਪਿਛਲੇ ਸਾਲ ਜਿਹੜਾ ਤੁਹਾਡਾ ਪੇਪਰ ਆਇਆ ਸੀਗਾ ਉਹਦੇ ਵਿੱਚ 26 ਸਵਾਲ ਮੈਥ ਡੀਆਈ ਦੇ ਸੀ ਤੇ 14 ਸਵਾਲ ਤੁਹਾਡੇ ਰੀਜ਼ਨਿੰਗ ਦੇ ਸੀ ਤਾਂ ਇਸ ਵਾਰ ਵੀ ਉਮੀਦ ਕਰਦੇ 25 ਦੇ ਕਰੀਬ ਸਵਾਲ ਤੁਹਾਡੇ ਮੈਥ ਦੇ ਵਿੱਚੋਂ ਹੋਣਗੇ ਨਾਲ ਡੀਆਈ ਹੋਊਗੀ 15 ਦੇ ਕਰੀਬ ਸਵਾਲ ਤੁਹਾਡੇ ਰੀਜ਼ਨਿੰਗ ਦੇ ਵਿੱਚ ਹੋਣਗੇ ਤਾਂ ਪਿਛਲੇ ਸਾਲ ਦੇ ਜਿਹੜੇ 26 ਸਵਾਲ ਸੀ ਉਹ ਸਭ ਨੂੰ ਪਤਾ ਕਿ ਧੂਆਂ ਕੱਟ ਸਵਾਲ ਸੀ ਕੋਈ ਇਹੋ ਜਿਹੇ ਸਵਾਲ ਨਹੀਂ ਸੀ ਹੈਗੇ ਕਿ ਅੱਛਾ ਕੁਐਸਚਨ ਪੜਿਆ ਦੇਖ ਲਿਆ ਕਰ ਲਿਆ ਜਾਂ ਕੁਐਸਚਨ ਪੜਿਆ ਥੋੜਾ ਜਿਹਾ ਓਖਾ ਲੱਗਿਆ ਚਲੋ ਅੱਧਾ ਮਿੰਟ ਵੱਧ ਲਾ ਕੇ ਕਰ ਲਿਆ ਇਹੋ ਜਿਹੇ ਸਵਾਲ ਨਹੀਂ ਸੀ ਹੈਗੇ ਚੰਗੇ ਭਲੇ ਜਵਾਬਾਂ ਦਾ ਜਲੂਸ ਨਿਕਲਿਆ ਸੀਗਾ ਉਸ ਉਹਨਾਂ ਸਵਾਲਾਂ ਨੂੰ ਕਰਦੇ ਹੋਏ ਅੱਜ ਤੱਕ ਮਤਲਬ ਜਦੋਂ ਪਿਛਲੀ ਮਈ ਤੋਂ ਅਗਲਾ ਅਪ੍ਰੈਲ ਚੜ ਚੱਲਿਆ 11ਵਾਂ ਮਹੀਨਾ ਚੜ ਚੱਲਿਆ ਅੱਜ ਤੱਕ ਵਿਦਿਆਰਥੀ ਉਸ ਪੇਪਰ ਦੇ ਡਾਊਟਸ ਲੈ ਕੇ ਆਉਂਦੇ ਆ ਵੀ ਸਰ ਆਹ ਸਵਾਲ ਜੀ ਦੱਸੋ ਕਿਵੇਂ ਜੇ ਕਰੀਏ ਜੇ ਸਰ ਆਹ ਸਵਾਲ ਜੀ ਕਰਤਾ ਲਿਆ ਸੀ ਦੁਬਾਰੇ ਸਮਝਾਓ ਕਿਵੇਂ ਜੇ ਕਰੀਏ ਤਾਂ ਲਿਟਰਲੀ ਇੰਨੇ ਕੋਖੇ ਸਵਾਲ ਪੁੱਛੇ ਗਏ ਸੀ ਤੇ ਇਹ ਤਾਂ ਅਸੀਂ ਸਿਰਫ 26 ਸਵਾਲਾਂ 'ਚ ਟੱਕਰਾਂ ਮਾਰ ਰਹੇ ਹਾਂਗੇ ਜਿਹੜੇ ਉਸ ਪੇਪਰ 'ਚ ਪੁੱਛੇ ਗਏ ਸੀ ਜੇ ਅਸੀਂ ਉਸ ਪੱਧਰ ਦੇ ਹੋਰ ਸਵਾਲਾਂ ਦੀ ਗੱਲ ਕਰੀਏ ਤਾਂ ਇਹ ਜੇ ਹਜ਼ਾਰਾਂ ਸਵਾਲ ਬਣ ਸਕਦੇ ਨੇ ਜਿਨ੍ਹਾਂ ਦੀ ਇਸ ਵਾਰ ਪੌਸਿਬਿਲਿਟੀ ਹੈ ਕਿ ਨੈਬ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕਿ ਸਵਾਲ ਕਿਸ ਕਿਸਮ ਦੇ ਪੁੱਛੇ ਜਾਣਗੇ 40 ਦੇ ਵਿੱਚੋਂ ਜੇ 25 ਸਵਾਲ ਮੈਥ ਦੇ ਨੇ ਤਾਂ 25 ਦੇ ਵਿੱਚੋਂ ਪਤਾ ਨਹੀਂ ਕਿੰਨੇ ਕਿ ਸਵਾਲ ਤੰਗ ਕਰਨਗੇ ਤੁਹਾਨੂੰ ਤਾਂ ਇਸ ਕਰਕੇ ਸਾਰੀ ਚੀਜ਼ ਦਾ ਐਨਾਲਿਸਿਸ ਕਰਨਾ ਜ਼ਿਆਦਾ ਇੰਪੋਰਟੈਂਟ ਆ ਮੈਂ ਪਿਛਲੇ ਸਾਲ ਦੇ ਪੇਪਰ ਦੀ ਗੱਲ ਦੱਸ ਦਿੰਦਾ ਕਿ ਥੋੜਾ ਮੋਟਾ-ਮੋਟਾ ਜਿਹਾ ਆਈਡੀਆ ਲੱਗ ਜਾਊਗਾ ਕਿ ਜਿਹੜਾ ਸਾਰੇ ਦਾ ਸਾਰਾ ਸਿਲੇਬਸ ਆ ਉਹਦੇ ਵਿੱਚ ਜਿਹੜੀ ਮੈਂ ਨੰਬਰ ਸਿਸਟਮ ਦੀ ਗੱਲ ਕੀਤੀ ਸੀ ਬੱਚੇ ਕੁੱਲ 26 ਸਵਾਲ ਨੇ ਇਹ ਤੁਹਾਡੇ ਡੀਆਈ ਮਿਲਾ ਕੇ ਅਖੀਰ ਤੇ ਮੈਂ ਡੀਆਈ ਲਿਖੀ ਹੋਈ ਆ ਡੀਆਈ ਮਿਲਾ ਕੇ ਤੁਹਾਡੇ ਕੁੱਲ 26 ਸਵਾਲ ਨੇ 26 ਦੇ ਵਿੱਚੋਂ ਪੰਜ ਸਵਾਲ ਤੁਹਾਡੇ ਨੰਬਰ ਸਿਸਟਮ ਦੇ ਵਿੱਚੋਂ ਨੇ ਜਿਹਦੇ ਵਿੱਚ ਇੱਕ ਸਵਾਲ ਤੁਹਾਡਾ ਐਲਸੀਐਮ ਐਚਸੀਐਫ ਦਾ ਸੀਗਾ ਕਿਸੇ ਵਿਦਿਆਰਥੀ ਨੇ ਭਲੇਖਾਣੀ ਖਾਣਾ ਕਿ ਉਹ ਰੈਕਟੈਂਗੂਲਰ ਰੂਮ ਵਾਲਾ ਜਿਹੜਾ ਸਵਾਲ ਸੀ ਉਹ ਮੈਨਸੂਰੇਸ਼ਨ ਦਾ ਸੀ ਬੱਚੇ ਮੈਨਸੂਰੇਸ਼ਨ ਦੇ ਵਿੱਚੋਂ ਕੋਈ ਸਵਾਲ ਨਹੀਂ ਸੀ ਪੁੱਛਿਆ ਗਿਆ ਉਹ ਐਲਸੀਐਮ ਐਚਸੀਐਫ ਦਾ ਸਵਾਲ ਸੀਗਾ ਨੰਬਰਸ ਦੇ ਉੱਤੇ ਬੇਸਡ ਜਿਹੜੀ ਤੁਹਾਡੀ ਅੰਡਰਸਟੈਂਡਿੰਗ ਹੈ ਉਹਦੇ ਵਿੱਚੋਂ ਸਵਾਲ ਸੀਗੇ ਤੁਹਾਡੇ ਕੁਝ ਮਿਸਲੇਨੀਅਸ ਕੁਐਸਚਨਸ ਜਿਹੜੇ ਡਿਜ਼ਾਈਨ ਕਰਨੇ ਅੱਜ ਕੱਲ ਪੀਪੀਐਸਸੀ ਨੇ ਸ਼ੁਰੂ ਕੀਤੇ ਆ ਉਹ ਕੁਝ ਸਵਾਲ ਸੀਗੇ ਜਿਹਦੇ ਵਿੱਚ ਸੜਕ ਦੇ ਕਿਨਾਰੇ ਕਿੰਨੇ ਦਰਖਤ ਨੇ ਜਿਹੜੇ ਇਕੁਅਲ ਡ ਕੁਝ ਨੰਬਰਾਂ ਨੂੰ ਲਗਾਤਾਰ ਮਲਟੀਪਲਾਈ ਕੀਤਾ ਉਹਦੇ ਪਿੱਛੇ ਕਿੰਨੇ ਜ਼ੀਰੋਜ਼ ਲੱਗਣਗੇ ਇਹੋ ਜਿਹੇ ਸਵਾਲ ਪੇਜਾਂ ਦੀ ਗਿਣਤੀ ਕੀਤੀ ਪੇਜਾਂ ਦੀ ਨੰਬਰਿੰਗ ਦੇ ਉੱਤੇ ਕੁਐਸਚਨ ਬਿਲਡ ਹੁੰਦੇ ਇਹੋ ਜਿਹੇ ਸਵਾਲ ਤਾਂ ਇਹੋ ਜਿਹੇ ਕਾਫੀ ਸਵਾਲ ਕਿਊਬਿਕ ਮੀਟਰ ਨੂੰ ਲੀਟਰਾਂ ਦੇ ਵਿੱਚ ਕਨਵਰਟ ਕਰਨਾ ਲੀਟਰਾਂ ਨੂੰ ਕਿਊਬਿਕ ਮੀਟਰ ਚ ਕਨਵਰਟ ਕਰਨਾ ਇਹੋ ਜਿਹੇ ਸਵਾਲ ਥਰਡਸ ਐਂਡ ਇੰਡੈਸਿਸ ਦੇ ਸਵਾਲ ਤਾਂ ਤਮਾਮ ਇਹੋ ਜਿਹੇ ਕੁਝ ਮਿਸਲੀਨੀਅਸ ਟੌਪਿਕਸ ਬਣਦੇ ਨੇ ਜੋ ਸਿਵਿਲਜ਼ ਵਾਲੇ ਹੁਣ ਕਹੜੇ ਹੱਥੀ ਲੈਂਦੇ ਤੇ ਦੋ ਦੋ ਚਾਰ ਚਾਰ ਦੋ ਦੋ ਚਾਰ ਚਾਰ ਸਵਾਲ ਪੁੱਛਦੇ ਆ ਤਾਂ ਨੰਬਰ ਸਿਸਟਮ ਦੇ ਪੰਜ ਸਵਾਲ ਦੇਖੇ ਗਏ ਸੀਗੇ ਪਰਸੈਂਟੇਜ ਦੇ ਬੱਚਿਓ ਪੰਜ ਸਵਾਲ ਮੋਡਰੇਟ ਸੀਗੇ ਮੈਂ ਨਾਲ ਲੈਵਲ ਵੀ ਲਿਖਿਆ ਪਰਸੈਂਟੇਜ ਦੇ ਦੋ ਸਵਾਲ ਸੀਗੇ ਜਿਹਦੇ ਵਿੱਚ ਇੱਕ ਤਾਂ ਬਹੁਤ ਸੌਖਾ ਸੀਗਾ ਦੂਜਾ ਥੋੜਾ ਜਿਹਾ ਮੋਡਰੇਟ ਸੀਗਾ ਰੇਸ਼ੀਓ ਦਾ ਬਹੁਤ ਸੌਖ ਪਿਛਲੇ ਸਾਲ 22 ਮਈ ਨੂੰ ਪੇਪਰ ਹੋਇਆ ਸੀਗਾ ਮੈਂ 21 ਮਈ ਨੂੰ ਇੱਕ ਦਿਨ ਪਹਿਲਾਂ ਜਿਹੜਾ YouTube ਤੇ ਮੈਰਾਥਨ ਲਿਆ ਸੀ ਉਹਦੇ ਵਿੱਚ ਉਹੀ ਕੁਐਸਚਨ ਕਰਾਇਆ ਸੀ ਤੇ ਅਗਲੇ ਦਿਨ ਉਹ ਕੁਐਸਚਨ ਪੇਪਰ ਦੇ ਵਿੱਚ ਸੀਗਾ ਇੱਜ ਦਾ ਕੁਐਸਚਨ ਸਾਡਾ ਇੱਕ ਕੁਐਸਚਨ ਸੀ ਉਹ ਮੋਡਰੇਟ ਕੁਐਸਚਨ ਸੀ ਬੱਚੇ ਉਹਨੂੰ ਆਪਾਂ ਇਜ਼ੀ ਕੁਐਸਚਨ ਨਹੀਂ ਕਹਿੰਦੇ ਤੇ ਅਸੀਂ ਉਹ ਪੇਡ ਬੈਚ ਦੇ ਵਿੱਚ ਕੀਤਾ ਹੋਇਆ ਕੁਐਸਚਨ ਸੀਗਾ ਜਿਹਦੇ ਵਿੱਚ ਮੈਂ ਕੁਐਸਚਨ ਦਿਖਾਉਂਗਾ ਵੀ ਆਪਾਂ ਇੱਥੇ ਸਮਾਂ ਨਹੀਂ ਖਰਾਬ ਕਰਦੇ ਪਾਰਟਨਰਸ਼ਿਪ ਮੈਂ ਪਹਿਲਾਂ ਹੀ ਦੱਸਿਆ ਕੋਈ ਸਵਾਲ ਨਹੀਂ ਸੀ ਪੁੱਛਿਆ ਗਿਆ ਸਿੰਪਲ ਤੇ ਕੰਪਾਊਂਡ ਇੰਟਰਸਟ ਦਾ ਇੱਕ ਸਵਾਲ ਸੀ ਤੇ ਉਹ ਬਹੁਤ ਸੌਖਾ ਸੀਗਾ ਕੰਪਾਊਂਡ ਚੋ ਕੁਐਸਚਨ ਨਹੀਂ ਸੀ ਆਇਆ ਸਿੰਪਲ ਇੰਟਰਸਟ ਦੇ ਵਿੱਚੋਂ ਕੁਐਸਚਨ ਆਇਆ ਸੀਗਾ ਮੈਂ ਦਿਖਾ ਵੀ ਦਊਂਗਾ ਅਦਰਵਾਈਜ਼ ਕੁਝ ਵਿਦਿਆਰਥੀਆਂ ਨੂੰ ਯਾਦ ਵੀ ਹੋਊਗਾ ਕਿ ਬੰਦੇ ਦੇ 6 ਸਾਲਾਂ ਚ ਪੈਸੇ ਹੋਗਾ ਉਹਦੇ ਉੱਤੇ ਆਪਾਂ ਰੇਟ ਆਫ ਇੰਟਰਸਟ ਕੈਲਕੂਲੇਟ ਕਰਨਾ ਸੀਗਾ ਇਹੋ ਜਿਹਾ ਸਵਾਲ ਸੀਗਾ ਤੇ ਉਹ ਸੌਖਾ ਸਵਾਲ ਸੀਗਾ ਫਿਰ ਅੱਗੇ ਆਉਂਦੇ ਸੀਗੇ ਟਾਈਮ ਐਂਡ ਵਰਕ ਵਰਗੇ ਚੈਪਟਰ ਜਿਹਦੇ ਵਿੱਚ ਨਾਲ ਤੁਹਾਡਾ ਚੇਨ ਰੂਲ ਵੀ ਆ ਜਾਂਦਾ ਤੇ ਪਾਈਪਸ ਐਂਡ ਸਿਸਟਮ ਵੀ ਆ ਜਾਂਦਾ ਉਹਦੇ ਵਿੱਚੋਂ ਬੱਚੇ ਸਵਾਲ ਤਾਂ ਇੱਕੋ ਹੀ ਪੁੱਛਿਆ ਗਿਆ ਸੀਗਾ ਮੈਂ ਦੱਸਦਾ ਕਿਹੜਾ ਸਵਾਲ ਪੁੱਛਿਆ ਗਿਆ ਸੀਗਾ ਕਿਉਂਕਿ ਟਾਈਮ ਐਂਡ ਵਰਕ ਲਿਖਿਆ ਤਾਂ ਕੱਲਾ ਹੋਇਆ ਨਾਲ ਚੇਨ ਰੂਲ ਵੀ ਆ ਜਾਂਦਾ ਹੈ ਪਾਈਪਸ ਐਂਡ ਸਿਸਟਮ ਵੀ ਆ ਜਾਂਦਾ ਹੈ ਉਹਦੇ ਵਿੱਚੋਂ ਸਵਾਲ ਮੋਡਰੇਟ ਸੀਗਾ ਈਜ਼ੀ ਨਹੀਂ ਸੀ ਮੋਡਰੇਟ ਸੀ ਪਰ ਨਾਲ ਟ੍ਰਿੱਕੀ ਵੀ ਸੀਗਾ ਤਾਂ ਇਹ ਇੰਪੋਰਟੈਂਟ ਨਹੀਂ ਹੈਗਾ ਕਿ ਉਹ ਸਵਾਲ ਮੋਡਰੇਟ ਸੀਗਾ ਬਹੁਤਾ ਸੌਖਾ ਨਹੀਂ ਸੀ ਬਹੁਤਾ ਚਲੋ ਔਖਾ ਵੀ ਨਹੀਂ ਸੀ ਮੋਡਰੇਟ ਸੀ ਇਹ ਇੰਪੋਰਟੈਂਟ ਨਹੀਂ ਇੰਪੋਰਟੈਂਟ ਹੈ ਕਿ ਉਹ ਟ੍ਰਿੱਕੀ ਸੀਗਾ ਤੇ ਜਿਹੜੇ ਟ੍ਰਿੱਕੀ ਸਵਾਲ ਹੁੰਦੇ ਨੇ ਉਹ ਤੁਹਾਡਾ ਜਲੂਸ ਕਰਦੇ ਨੇ ਟ੍ਰਿੱਕੀ ਇਸ ਕਰਕੇ ਸੀਗਾ ਹੂੰ ਤਾਂ ਸਵਾਲ ਦਿਖਾ ਦੂੰਗਾ ਮੈਂ ਇੱਥੇ ਹੀ ਦੱਸ ਦੇਣਾ ਟ੍ਰਿੱਕੀ ਇਸ ਕਰਕੇ ਸੀਗਾ ਕਿ ਇਸ ਕੁਐਸਚਨ 'ਚ ਗਲਤੀ ਕਰਨ ਦੇ ਬਹੁਤ ਜ਼ਿਆਦਾ ਚਾਂਸਸ ਸੀ ਤੇ ਵਿਦਿਆਰਥੀਆਂ ਨੇ ਉਹ ਗਲਤੀ ਕੀਤੀ ਵੀ ਗਲਤੀ ਕਰਕੇ ਗਲਤ ਆਨਸਰ ਕੱਢਿਆ ਵੀ ਤੇ ਉਹ ਗਲਤ ਆਨਸਰ ਆਪਸ਼ਨਾਂ ਦੇ ਵਿੱਚ ਪਿਆ ਸੀਗਾ ਇਸ ਕਰਕੇ ਇਹ ਕੁਐਸਚਨ ਬਹੁਤ ਟ੍ਰਿੱਕੀ ਸੀਗਾ ਬੇਸਿਕਲੀ ਸਵਾਲ ਤਾਂ ਟ੍ਰਿੱ ਪਰ ਜੋ ਉਸ ਸਵਾਲ ਦੇ ਵਿੱਚ ਤੁਹਾਡਾ ਗਲਤੀ ਦੇ ਨਾਲ ਗਲਤ ਆਨਸਰ ਆਇਆ ਉਹ ਆਪਸ਼ਨਰ ਦੇ ਵਿੱਚ ਐਗਜ਼ਾਮੀਨਰ ਨੇ ਪਾਇਆ ਹੋਇਆ ਸੀਗਾ ਸੋ ਇਸ ਕਰਕੇ ਤੇ ਸਵਾਲ ਤੁਹਾਡਾ ਬੱਚੇ ਪਾਈਪਸ ਐਂਡ ਸਿਸਟਮ ਦੇ ਵਿੱਚੋਂ ਆਇਆ ਸੀਗਾ ਆਲਟਰਨੇਟ ਆਵਰਸ ਦੇ ਉੱਤੇ ਜਦੋਂ ਪਾਈਪਾਂ ਕੰਮ ਕਰਦੀਆਂ ਨੇ ਜਿਦੇ ਵਿੱਚ ਕੁਝ ਭਰਨ ਵਾਲੀਆਂ ਨੇ ਕੁਝ ਖਾਲੀ ਕਰਨ ਵਾਲੀਆਂ ਨੇ ਤਿੰਨ ਪਾਈਪਾਂ ਸੀਗੀਆਂ ਉਸ ਸਵਾਲ ਦੇ ਵਿੱਚ ਐਕਸ ਵਾਈ ਤੇ ਜ਼ੈਡ ਪਹਿਲੇ ਘੰਟੇ 'ਚ ਐਕਸ ਤੇ ਵਾਈ ਦੂਜੇ 'ਚ ਕੱਲੀ ਵਾਈ ਤੀਜੇ 'ਚ ਵਾਈ ਜ਼ੈਡ ਚੌਥੇ 'ਚ ਕੱਲੀ ਜ਼ੈਡ ਇਸ ਤਰ੍ਹਾਂ ਕੁਝ ਪਾਈਪਾ ਕੰਮ ਕਰਦੀਆਂ ਸੀਗੀਆਂ ਤਾਂ ਉਹ ਸਵਾਲ ਥੋੜਾ ਜਿਹਾ ਟ੍ਰਿੱਕੀ ਸੀਗਾ ਫੇਰ ਆਗੇ ਬੱਚੇ ਤੁਹਾਡੇ ਪ੍ਰੋਫਿਟ ਲਾਸ ਦੇ ਪ੍ਰੋਫਿਟ ਲਾਸ ਦੇ ਦੋ ਸਵਾਲ ਸੀ ਦੋਨਾਂ ਨੇ ਵਿਦਿਆਰਥੀਆਂ ਦਾ ਜਲੂਸ ਕੱਢਿਆ ਸੀਗਾ ਦੋ ਦੇ ਵਿੱਚੋਂ ਇੱਕ ਸਵਾਲ ਤਾਂ ਥੋੜਾ ਜਿਹਾ ਲੋੜ ਤੋਂ ਵੱਧ ਹੀ ਔਖਾ ਸੀਗਾ ਇੱਕ ਸਵਾਲ ਮੈਨੂੰ ਲੱਗਦਾ ਤੁਹਾਡੇ ਵਿੱਚੋਂ ਕੁਝ ਵਿਦਿਆਰਥੀਆਂ ਨੂੰ ਯਾਦ ਹੋਊਗਾ ਜਿਹੜਾ ਉਹ ਗਰੇਪਸ ਬਨਾਨਾਸ ਵਾਲਾ ਸਵਾਲ ਸੀਗਾ ਉਹ ਤਾਂ ਹੋ ਸਕਦਾ ਕੁਝ ਵਿਦਿਆਰਥੀਆਂ ਨੇ ਕੱਢ ਲਿਆ ਹੋਵੇ ਪਰ ਜਿਹੜਾ x y ਤੇ z ਦੇ cp x y ਤੇ z ਦੇ sp ਦੇ ਉੱਤੇ ਕੁਐਸਚਨ ਸੀਗਾ ਤੇ ਜਿਹਦੇ ਵਿੱਚ y ਦਾ ਤੁਸੀਂ ਪ੍ਰੋਫਿਟ ਤੇ cp ਦੀ ਰੇਸ਼ਿਓ ਦੱਸਣੀ ਸੀ ਉਹ ਬੱਚੇ ਤੁਹਾਡਾ ਬਹੁਤ ਡਿਫਿਕਲਟ ਕੁਐਸਚਨ ਸੀਗਾ ਤੇ ਨਾਲ ਨਾਲ ਲੈਂਥੀ ਵੀ ਸੀਗਾ ਤਾਂ ਪ੍ਰੋਫਿਟ ਲਾਸ ਦੇ ਦੋ ਸਵਾਲ ਪੁੱਛੇ ਗਏ ਸੀ ਕਿ ਦੋਨੇ ਹੀ ਲੈਂਥੀ ਦੋਨੇ ਹੀ ਡਿਫਿਕਲਟ ਸੀਗੇ ਤੇ ਇਸ ਕਰਕੇ ਇਹੋ ਜੇ ਕੁਝ ਸਵਾਲਾਂ ਕਰਕੇ ਸੀਗਾ ਕਿ ਆਪਾਂ ਪੂਰੇ ਦੇ ਪੂਰੇ ਪੇਪਰ ਨੂੰ ਹੀ ਕਿਹਾ ਵੀ ਪਾਈ ਹੱਥ ਖੜੇ ਕਰਾ ਤੇ ਪੇਪਰ ਨੇ ਐਵਰੇਜ ਚ ਕੋਈ ਸਵਾਲ ਨਹੀਂ ਮਿਕਸਚਰ ਅਲੀਗੇਸ਼ਨ ਦੇ ਵਿੱਚ ਕੋਈ ਸਵਾਲ ਨਹੀਂ ਹਾਲਾਂਕਿ ਪੇਪਰ 'ਚ ਕੋਈ ਸਵਾਲ ਪਿਛਲੇ ਸਾਲ ਨਹੀਂ ਸੀ ਹੈਗਾ ਇਹਦਾ ਮਤਲਬ ਇਹ ਨਹੀਂ ਕਿ ਇਸ ਸਾਲ ਵੀ ਨਹੀਂ ਹੋਗਾ ਇਸ ਸਾਲ ਆਪਾਂ ਚੰਗੀ ਤਰ੍ਹਾਂ ਤਿਆਰੀ ਕਰਾਂਗੇ ਜੇ ਇੱਕ ਅੱਧਾ ਸਵਾਲ ਪੁੱਛਿਆ ਗਿਆ ਘੱਟੋ ਘੱਟ ਚੰਗੀ ਤਰ੍ਹਾਂ ਕਰ ਸਕਾਂਗੇ ਟਾਈਮ ਸਪੀਡ ਡਿਸਟੈਂਸ ਬੱਚੇ ਧਿਆਨ ਨਾਲ ਸੁਣਿਓ ਟਾਈਮ ਸਪੀਡ ਡਿਸਟੈਂਸ ਜਿਹਦੇ ਵਿੱਚ ਤੁਹਾਡਾ ਟ੍ਰੇਨਸ ਵਾਲਾ ਹਿੱਸਾ ਵੀ ਜੁੜ ਜਾਂਦਾ ਹੈ ਬੋਟਸ ਐਂਡ ਸਟ੍ਰੀਮਸ ਵਾਲਾ ਹਿੱਸਾ ਵੀ ਜੁੜ ਜਾਂਦਾ ਹੈ ਇਹ ਸਾਰੇ ਹਿੱਸੇ ਚੋਂ ਸਭ ਤੋਂ ਜ਼ਿਆਦਾ ਚਾਰ ਸਵਾਲ ਪੁੱਛੇ ਗਏ ਸੀ ਨੰਬਰ ਸਿਸਟਮ ਤੋਂ ਬਾਅਦ ਸਭ ਤੋਂ ਜ਼ਿਆਦਾ ਇੱਕੋ ਚੈਪਟਰ ਚੋਂ ਜੇ ਸਵਾਲ ਪੁੱਛੇ ਗਏ ਸੀ ਉਹ ਬੱਚੇ ਤੁਹਾਡਾ ਟਾਈਮ ਸਪੀਡ ਡਿਸਟੈਂਸ ਸੀ ਪਰ ਮੈਂ ਇੱਕ ਗੱਲ ਦੱਸਦਾ ਕਿ ਇਹਨਾਂ ਚਾਰਾਂ ਸਵਾਲਾਂ ਚੋਂ ਇੱਕ ਸਵਾਲ ਸੌਖਾ ਸੀਗਾ ਇੱਕ ਸਵਾਲ ਸੌਖਾ ਸੀਗਾ ਤੇ ਉਹ ਸੌਖਾ ਸਵਾਲ ਇਸ ਕਰਕੇ ਸੀ ਕਿਉਂਕਿ ਉਹ ਐਲੀਗੇਸ਼ਨ ਦੇ ਨਾਲ ਸੋਲਵ ਹੋਣਾ ਸੀਗਾ ਤਾਂ ਚਾਰਾਂ ਚੋਂ ਇੱਕ ਸਵਾਲ ਤੁਹਾਡਾ ਐਲੀਗੇਸ਼ਨ ਦੇ ਨਾਲ ਸੋਲਵ ਹੋਣਾ ਸੀ ਉਹ ਸੌਖਾ ਸੀ ਬਾਕੀ ਤਿੰਨ ਸਵਾਲ ਥੋੜੇ ਜਿਹਾ ਟਿਪੀਕਲ ਸੀਗੇ ਟਿਪੀਕਲ ਵੀ ਸੀ ਤੇ ਥੋੜੇ ਜਿਹਾ ਇੰਟਰਸਟਿੰਗ ਸਟੇਟਮੈਂਟਸ ਵੀ ਬਣਿਆ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਇੱਕ ਦੋ ਕੁ ਸਵਾਲ ਮੈਂ ਦਿਖਾਉਂਗਾ ਵੀ ਤੇ ਪ੍ਰੋਬੈਬਿਲਟੀ ਦਾ ਸੌਖਾ ਕੁਐਸਚਨ ਪੁੱਛਿਆ ਗਿਆ ਸੀਗਾ ਪਰਮਿਊਟੇਸ਼ਨ ਕੰਬੀਨੇਸ਼ਨ ਦਾ ਮੋਡਰੇਟ ਕੁਐਸਚਨ ਪੁੱਛਿਆ ਗਿਆ ਸੀਗਾ ਹਾਲਾਂਕਿ ਕੁਝ ਵਿਦਿਆਰਥੀ ਇਹ ਕਹਿੰਦੇ ਸੀ ਵੀ ਸਾਰੇ ਮੋਡਰੇਟ ਨਹੀਂ ਹੈਗਾ ਥੋੜਾ ਹਾਈ ਲੈਵਲ ਦਾ ਕੁਐਸਚਨ ਹੈਗਾ ਡਿਫਿਕਲਟ ਕੁਐਸਚਨ ਹੈ ਪਰ ਕਿਉਂਕਿ ਆਪਣੇ ਪੜੇ ਹੋਏ ਚੋਆ ਸੀ ਪੇਡ ਬੈਚ ਦੇ ਕੀਤੇ ਹੋਏ ਸਵਾਲਾਂ ਦੇ ਵਿੱਚੋਂ ਆਇਆ ਸੀ ਇਸ ਕਰਕੇ ਆਪਾਂ ਉਹਨੂੰ ਮੋਡਰੇਟ ਦੀ ਕੈਟਾਗਰੀ ਚ ਰੱਖਿਆ ਕਿ ਇਹੋ ਜਿਹੇ ਸਵਾਲ ਆਪਾਂ ਐਕਸਪੈਕਟ ਕੀਤੇ ਸੀ ਆਪਾਂ ਡਿਫਿਕਲਟ ਸਿਰਫ ਉਹਨਾਂ ਸਵਾਲਾਂ ਨੂੰ ਕਹਿ ਰਹੇ ਹਾਂਗੇ ਜਿਹੜੇ ਸਵਾਲ ਆਪਾਂ ਸੋਚੇ ਵੀ ਨਹੀਂ ਸੀ ਜਿਵੇਂ ਪ੍ਰੋਫਿਟ ਲਾਸ ਦੇ ਵਿੱਚ ਐਕਸ ਵਾਈ ਜ਼ेड ਵਾਲਾ ਸਵਾਲ ਸੀ ਉਹ ਸੋਚਿਆ ਵੀ ਨਹੀਂ ਸੀ ਯਾਰ ਸਾਲ ਇਹ ਕਿੱਥੋਂ ਸਵਾਲ ਪਾ ਦੇਣਗੇ ਐਸੇ ਤਾਂ ਔਖੇ ਨੇ ਪਰ ਅਸੀਂ ਪੇਡ ਬੈਚ ਦੇ ਵਿੱਚ ਆਮ ਤੌਰ ਤੇ ਕਰਦੇ ਹਾਂ ਤੇ ਸਾਨੂੰ ਉਮੀਦ ਹੈ ਕਿ ਕਿਸੇ ਔਖੇ ਪੇਪਰ ਦੇ ਵਿੱਚ ਜਿਹੜੇ ਸਵਾਲ ਜਿਹੜੇ ਪੇਪਰ ਚ ਔਖੇ ਸਵਾਲ ਹੋਣਗੇ ਉੱਥੇ ਕਦੇ ਪੁੱਛੇ ਜਾ ਸਕਦੇ ਤਾਂ ਉਹਨਾਂ ਸਵਾਲਾਂ ਨੂੰ ਅਸੀਂ ਮੋਡਰੇਟ 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 ਕਹਿ ਰਹੇ ਹਾਂਗੇ ਟਾਈਮ ਸਪੀਡ ਡਿਸਟੈਂਸ ਦੇ ਸਵਾਲ ਥੋੜੇ ਜਿ ਮੋਡਰੇਟ ਸੀਗੇ ਕੋਈ ਸੌਖਾ ਸਵਾਲ ਨਹੀਂ ਸੀ ਹੈਗਾ ਨਾਲ ਨਾਲ ਟ੍ਰਿਕੀ ਕੁਐਸਚਨ ਵੀ ਸੀਗੇ ਬੱਚੇ ਮੈਂਸੂਰੇਸ਼ਨ ਦੇ ਵਿੱਚੋਂ ਕੋਈ ਸਵਾਲ ਨਹੀਂ ਪੁੱਛਿਆ ਗਿਆ ਕਿਸੇ ਬੱਚੇ ਨੇ ਕਨਫਿਊਜ਼ ਨਹੀਂ ਹੋਣਾ ਰੈਕਟੈਂਗੂਲਰ ਰੂਮ ਵਾਲਾ ਕੁਐਸਚਨ ਮੈਂ ਦੱਸ ਚੁੱਕਿਆ ਕਿ ਉਹ ਐਲਸੀਐਮ ਐਚसीएफ ਦੇ ਵਿੱਚੋਂ ਐਚसीएफ ਦੇ ਨਾਲ ਕਰਨ ਵਾਲਾ ਸਵਾਲ ਸੀਗਾ ਆਪਾਂ ਉਹੋ ਜਿਹਾ ਮਿਲਦੇ ਜੁਲਦੇ ਸਵਾਲ ਥੋੜੇ ਜੇ ਵੱਧ ਕੀਤੇ ਸੀਗੇ ਮਤਲਬ ਉਹ ਕੁਐਸਚਨ ਦੇ ਵਿੱਚ ਤਾਂ ਕੋਈ ਬਹੁਤੀ ਚੀਜ਼ ਪੁੱਛੀ ਵੀ ਨਹੀਂ ਸੀ ਗਈ ਆਪਾਂ ਉਸ ਤੋਂ ਜ਼ਿਆਦਾ ਡੀਪ ਲੈਵਲ ਦਾ ਉਹ ਕੁਐਸਚਨ ਕੀਤਾ ਸੀਗਾ ਤੇ ਮੇਰੇ ਖਿਆਲ ਚ ਪੇਪਰ ਤੋਂ ਇੱਕ ਦੋ ਦਿਨ ਪਹਿਲਾਂ ਹੀ ਕੀਤਾ ਸੀਗਾ ਤਾਂ ਉਹ ਮੈਂਸੂਰੇਸ਼ਨ ਦੇ ਵਿੱਚੋਂ ਨਹੀਂ ਸੀ ਉਧਰੋਂ ਸੀਗਾ ਡਾਟਾ ਇੰਟਰਪ੍ਰੀਟੇਸ਼ਨ ਸਭ ਤੋਂ ਅਖੀਰ ਤੇ ਆ ਉਹਦੇ ਵਿੱਚੋਂ ਬੱਚੇ 7 ਕੁਐਸਚਨ 1 4 ਕੁਐਸਚਨਾਂ ਦਾ ਸੈੱਟ 1 3 ਕੁਐਸਚਨਾਂ ਦਾ ਸੈੱਟ ਤਾਂ ਇਹ ਸੱਤ ਕੁਐਸਚਨ ਜਿਹਦੇ ਵਿੱਚ ਦੋ ਸੈੱਟ ਬਣ ਕੇ ਆਏ ਸੀ ਤੁਹਾਡੇ ਇੱਕ ਚਾਰ ਕੁਐਸਚਨਾਂ ਦਾ ਸੈੱਟ ਜਿਹੜਾ ਤੁਹਾਡਾ ਕੇਸ ਸਟੱਡੀਜ਼ ਦੇ ਵਿੱਚੋਂ ਵੈਨ ਡਾਇਗਰਾਮ ਦਾ ਸੀਗਾ ਜਿਹੜਾ ਮੈਂ ਪਿਛਲੀ ਸਲਾਈਡ ਤੇ ਸਿਲੇਬਸ ਦੇ ਵਿੱਚ ਦੱਸਿਆ ਸੀ ਕਿ ਕੇਸ ਸਟੱਡੀਜ਼ ਦੇ ਵਿੱਚੋਂ ਵੈਨ ਡਾਇਗਰਾਮ ਦੇ ਉੱਤੇ ਬੇਸਡ ਕੁਐਸਚਨ ਆਇਆ ਸੀਗਾ ਚਾਰ ਕੁਐਸਚਨਾਂ ਦਾ ਸੈੱਟ ਆਇਆ ਸੀਗਾ ਤੇ ਜਿਨ੍ਹਾਂ ਨੇ ਵੈਨ ਡਾਇਗਰਾਮ ਦੀ ਤਿਆਰੀ ਨਹੀਂ ਸੀ ਕੀਤੀ ਲੱਖ ਡੀਆਈ ਕੀਤੀ ਹੋਵੇ ਜਿਨ੍ਹਾਂ ਨੇ ਵੈਨ ਡਾਇਗਰਾਮ ਦੀ ਤਿਆਰੀ ਨਹੀਂ ਸੀ ਕੀਤੀ ਚਾਹਤਦਾ ਰਹਿ ਗਿਆ ਸੀਗਾ ਕੁਝ ਨਹੀਂ ਸੀ ਹੋਇਆ ਤੇ ਤਿੰਨ ਕੁਐਸਚਨਾਂ ਦਾ ਸੈੱਟ ਬੱਚੇ ਤੁਹਾਡਾ ਆਪਣੇ ਬਾਰ ਗ੍ਰਾਫ ਦੇ ਵਿੱਚੋਂ ਆਇਆ ਸੀ ਮਲਟੀਪਲ ਗ੍ਰਾਫਸ ਮਲਟੀਪਲ ਬਾਰਸ ਵਾਲਾ ਗ੍ਰਾਫ ਸੀਗਾ ਤੇ ਉਹ ਬਹੁਤ ਜ਼ਿਆਦਾ ਲੈਂਥੀ ਕੈਲਕੂਲੇਸ਼ਨ ਵਾਲਾ ਸੀਗਾ ਆ ਜਿਹੜਾ ਲੈਂਥੀ ਲਿਖਿਆ ਬੇਸਿਕਲੀ ਉਹਦੇ ਵਿੱਚ ਕੈਲਕੂਲੇਸ਼ਨ ਬਹੁਤ ਜ਼ਿਆਦਾ ਸੀਗੀ ਤੇ ਜਿਹੜਾ ਚਾਰ ਕੁਐਸਚਨ ਵਾਲਾ ਸੈੱਟ ਸੀਗਾ ਇਹ ਤਾਂ ਬਹੁਤ ਸਿੱਧੀ ਜੀ ਗੱਲ ਹੈ ਜਿਨੇ ਕੇਸ ਸਟੱਡੀਜ਼ ਦੀ ਤਿਆਰੀ ਕੀਤੀ ਸੀ ਇਸ ਪੱਧਰ ਦੀ ਉਹਦੇ ਲਈ ਉਹ ਕੁਐਸਚਨ ਡੂਏਬਲ ਸੀਗਾ ਹਾਲਾਂਕਿ ਮੋਡਰੇਟ ਸੀਗਾ ਇਹ ਨਹੀਂ ਹੈਗਾ ਕਿ ਬਹੁਤ ਤਿਆਰੀ ਤੋਂ ਬਾਅਦ ਬਹੁਤ ਸੌਖੇ ਤਰੀਕੇ ਨਾਲ ਬਹੁਤ ਛੇਤੀ ਹੋ ਗਿਆ ਉਹਨੇ ਟਾਈਮ ਵੀ ਲਿਆ ਸਾਡਾ ਉਹਨੇ ਸਾਡਾ ਦਿਮਾਗ ਵੀ ਲਵਾਇਆ ਸੋ ਇਸ ਕਰਕੇ ਉਹ ਮੋਡਰੇਟ ਲੈਂਥੀ ਕੈਲਕੂਲੇਸ਼ਨ ਵਾਲੀ ਸਾਰੀ ਦੀ ਸਾਰੀ ਡੀਆਈ ਹੈਗੀ ਸੀ ਤਾਂ ਇਹੇ ਬੱਚੇ ਤੁਹਾਡਾ 2022 ਦਾ ਨੈਪ تحصیلدار ਦੇ ਪੇਪਰ ਚ ਜਿਹੜੇ ਮੈਥ ਦੇ 26 ਸਵਾਲ ਸੀਗੇ ਉਹਨਾਂ ਦਾ ਨਿਚੋੜ ਹੈਗਾ ਮੋٹے ਰੂਪ ਦੇ ਵਿੱਚ ਮੈਂ ਇੱਕ ਗੱਲ ਕਹਿਣਾਗਾ ਤੁਸੀਂ ਚਾਹੇ ਸੈਲਫ ਸਟੱਡੀ ਕਰੋ ਤੁਸੀਂ ਚਾਹੇ ਕ੍ਰੈਸ਼ ਕੋਰਸ ਕਰੋ ਤੁਸੀਂ ਚਾਹੇ ਹੁਣ ਕਿਸੇ ਦਾ ਫੁੱਲ ਸਿਲੇਬਸ ਲੈ ਕੇ ਮੂੰ ਚਾ ਕੇ ਤਿਆਰੀ ਕਰਨ ਲੱਗ ਜਿਵੇਂ ਮਰਜੀ ਤਿਆਰੀ ਕਰੋ ਤੁਹਾਡੇ ਕੋਲ 2.5 ਮਹੀਨੇ ਦਾ ਸਮਾਂ ਹੈ ਤੁਸੀਂ ਜੇ ਮੈਥ ਦੀ ਗੱਲ ਕਰੀਏ ਜਿਹੜੇ ਵਿਦਿਆਰਥੀ ਮੈਥ ਨੂੰ ਥੋੜਾ ਜਿਆਦਾ ਸੀਰੀਅਸਲੀ ਲੈਣਗੇ ਪਿਛਲੇ ਸੈਸ਼ਨਾਂ ਦੇ ਵਿੱਚ ਤੁਸੀਂ ਥੋੜੀ ਜੀ ਦੇਖੀ ਹੈ ਇਹ ਗੱਲ ਕਿ ਬਾਕੀ ਚੈਨਲਾਂ ਤੇ ਵੀ ਮੈਂ ਸੁਣਿਆ ਕਿ ਟੀਚਰਜ਼ ਇੰਨੀ ਕਿੰਪੋਰਟੈਂਸ ਦੱਸ ਰਹੇ ਨੇ ਕਿ ਕਿਹੜੇ 2 ਜਾਂ 3 ਸਬਜੈਕਟ ਨੇ ਜਿੰਨਾ ਦਾ ਤੁਹਾਨੂੰ ਜ਼ਿਆਦਾ ਧਿਆਨ ਰੱਖਣਾ ਪਊਗਾ ਉਹਨਾਂ ਦੇ ਵਿੱਚ ਇੱਕ ਮੈਥ ਸਬਜੈਕਟ ਹੈਗਾ ਆਪਾਂ ਅਲੱਗ ਤੋਂ ਡਿਟੇਲ ਚ ਗੱਲ ਕਰ ਲਾਂਗੇ ਕਿ ਮੈਥ ਦੀ ਜ਼ਿਆਦਾ ਇੰਪੋਰਟੈਂਸ ਕਿਉਂ ਆ ਜਿਹੜੇ ਵਿਦਿਆਰਥੀ ਸਿਵਲਜ਼ ਦੀ ਤਿਆਰੀ ਕਰਦੇ ਰਹੇ ਨੇ ਤੇ ਉਹਨਾਂ ਨੇ ਨੈਬ ਦਾ ਪੇਪਰ ਭਰਿਆ ਉਹ ਜੀਐਸ ਬਹੁਤ ਚੰਗੀ ਤਰ੍ਹਾਂ ਕਰ ਲੈਂਦੇ ਆ ਪਰ ਮੈਥ ਰੀਜ਼ਨਿੰਗ 'ਚ ਜਮ੍ਹਾਂ ਹੀ ਖਾਲੀ ਰਹਿ ਜਾਂਦੇ ਨੇ ਮੈਥ ਰੀਜ਼ਨਿੰਗ ਦੇ ਵਿੱਚ 40 ਦੇ ਵਿੱਚੋਂ 10 10 12 12 ਵੀ ਨਹੀਂ ਹੁੰਦੇ ਪਰ ਜਿਹੜੇ ਵਿਦਿਆਰਥੀ ਹੋਰ ਪੀਟ ਪੀਐਸਬੀ ਦੇ ਇਮਤਿਹਾਨਾਂ ਦੀ ਨੈਬ ਕੋਆਪਰੇਟਿਵ ਇਨਸਪੈਕਟਰ ਇਧਰ ਉਧਰ ਦੇ ਬੈਂਕ ਐਸਐਸਸੀ ਵਾਲੇ ਇਮਤਿਹਾਨਾਂ ਦੀ ਤਿਆਰੀ ਕਰਦੇ ਨੇ ਉਹ 40 ਦੇ ਵਿੱਚੋਂ ਤਾਂ 25 28 ਤੱਕ ਪਹੁੰਚ ਜਾਂਦੇ ਨੇ ਪਰ ਉਹ GS ਚੋਂ ਨਿੱਕ ਪਿੱਛੇ ਰਹਿ ਜਾਂਦੇ ਨੇ ਸੋ ਸਾਰੀ ਦੀ ਸਾਰੀ ਲੜਾਈ ਕਿੱਥੇ ਆ ਜਾਂਦੀ ਹੈ ਕਿ ਜਿਹੜੇ 40 ਸਵਾਲ ਨੇ ਇਹ ਤੁਹਾਡਾ ਮਤਲਬ ਪੇਸ ਬਣਾਉਣਗੇ ਜਿਹੜੇ ਵਿਦਿਆਰਥੀ ਰੀਜ਼ਨਿੰਗ ਵੱਲ ਦੇਖਦੇ ਆ ਉਹ ਸਾਰੇ ਇੱਕੋ ਜਿਹੇ ਤਰੀਕੇ ਨਾਲ ਦੇਖਦੇ ਆ ਰੀਜ਼ਨਿੰਗ ਸਾਰਿਆਂ ਨੂੰ ਇੱਕੋ ਜੀ ਲੱਗਦੀ ਆ ਕਰ ਲੈਂਦੇ ਆ ਜਾਂ ਨਹੀਂ ਕਰਦੇ ਤਾਂ ਰੀਜ਼ਨਿੰਗ ਦਾ ਕੋਈ ਅਹਜਾ ਸਵਾਲ ਨਹੀਂ ਹੁੰਦਾ ਜਿਹੜਾ ਆਪਾਂ ਕਹੀਏ ਕਿ ਇੰਨਾ ਕ ਵਿਦਿਆਰਥੀ ਤਾਂ ਹੋ ਗਿਆ ਇੰਨਾ ਤਾਂ ਨਹੀਂ ਹੋਇਆ ਰੀਜ਼ਨਿੰਗ ਸਾਰੇ ਲਈ ਡੂਏਬਲ ਹੁੰਦੀ ਆ ਮੈਥ ਵੱਡੀ ਲੀਕ ਖਿੱਚ ਦਿੰਦਾ ਬੀ ਇਹਨਾਂ ਤੋਂ ਨਹੀਂ ਹੋਊਗਾ ਇਹਨਾਂ ਤੋਂ ਹੋਊਗਾ ਸੋ ਇਸ ਕਰਕੇ ਜਿਹੜੇ ਉਸ ਲੀਕ ਨੂੰ ਟੱਪ ਗਏ ਕਿ ਮੈਥ ਦੇ ਸਵਾਲ ਕਰ ਲੈ 40 ਦੇ ਵਿੱਚੋਂ ਜ਼ਿਆਦਾ ਅਟੈਂਪਟ ਕਰ ਲੈ ਜੀਐਸ ਵਨ ਲਾਈਨਰ ਆਵੇ ਟਿਪੀਕਲ ਕੁਐਸ਼ਨਸ ਆ ਜਾਣ ਕਮਾਫਰਾ ਕੇ ਕੁਐਸ਼ਨ ਆ ਜਾਣ ਔਖੇ ਸਵਾਲ ਆ ਜਾਣ ਡੀਪ ਕੁਐਸ਼ਨਸ ਆ ਜਾਣ ਜੀਐਸ ਤਾਂ ਥਿਉਰੀ ਹੈ ਤੁਹਾਨੂੰ ਚੰਗੀ ਤਰ੍ਹਾਂ ਕਰਨੀ ਹੀ ਪੈਣੀ ਹੈ ਜੇ ਤੁਸੀਂ ਸਿਵਲਜ਼ ਵਾਲੇ ਬੱਚਿਆਂ ਨੂੰ ਬੀਟ ਕਰਨਾ ਹੈਗਾ ਇਸ ਰਿਜ਼ਲਟ ਦੇ ਵਿੱਚ ਤਾਂ ਤੁਹਾਨੂੰ ਆਪਦਾ 40 ਦੇ ਵਿੱਚੋਂ ਮੈਕਸਿਮਮ ਸਕੋਰ ਕਰਨਾ ਪੈਣਾ ਤੇ ਜਿਹੜੇ ਜੀਐਸ ਵਾਲੇ ਜਿਹੜੇ ਯੂਪੀਐਸਸੀ ਵਾਲੇ ਸਿਵਲਜ਼ ਵਾਲੇ ਵਿਦਿਆਰਥੀ ਨੇ ਉਹ ਆਪਦਾ ਜੀਐਸ ਦੇ ਵਿੱਚ ਤਾਂ ਠੀਕ ਪਰਫਾਰਮ ਕਰਨਗੇ ਜੇ ਉਹਨਾਂ ਨੇ ਆਪਦੀ ਸੀਟ ਪੱਕੀ ਕਰਨੀ ਹੈ ਨੈਪ ਤਹਿਸੀਲਦਾਰ ਦੀ ਤਾਂ ਉਹ ਆਪਦਾ 40ਆਂ ਦੇ ਵਿੱਚ ਇੰਨਾ ਕੁ ਜ਼ੋਰ ਲਾਉਣ ਕਿ ਥੋੜੇ ਜਿਹਾ ਨੰਬਰ ਇਹਦੇ ਵਿੱਚੋਂ 25 ਵੱਲ ਨੂੰ 28 ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਨ ਬਾਕੀ ਵਿਦਿਆਰਥੀ 32 35 ਵੱਲ ਜਾਣ ਦੀ ਕੋਸ਼ਿਸ਼ ਕਰਨ ਥੋੜਾ ਜਿਹਾ ਸਕਿਉਰ ਫੀਲ ਕਰੋਗੇ ਕਿ ਹਾਂ ਸ਼ਾਇਦ ਪੇਪਰ ਕਲੀਅਰ ਹੋ ਜਾਊਗਾ ਤਾਂ ਆਹਾ ਬੱਚੇ ਆਪਣਾ ਮੈਥ ਦਾ ਲੈਵਲ ਰਹਾ ਸੀਗਾ ਇਸ ਤੋਂ ਬਾਅਦ ਮੈਂ ਜਿਹੜਾ ਆ ਤੁਹਾਡਾ 60 ਦਿਨਾਂ ਦਾ ਕ੍ਰੈਸ਼ ਕੋਰਸ ਪਿਛਲੇ ਦਿਨਾਂ ਦੇ ਵਿੱਚ ਇੰਟਰੋਡਿਊਸ ਹੋਇਆਗਾ ਇਹਦੇ ਬਾਰੇ ਮੋਟੀ ਮੋਟੀ ਜੀ ਜਾਣਕਾਰੀ ਦੇ ਦੇਣਾ ਥੋੜੀ ਵੈਸੇ ਡਿਟੇਲ ਚ ਦਊਗਾ ਫਹਾਣੀ ਵੱਡਦਾ ਹੈਗਾ ਕਿ ਇਹਦੇ ਵਿੱਚ ਤੁਹਾਨੂੰ ਵੈਸੇ ਦਵਿੰਦਰ ਸਰ ਨੇ ਵੀ ਆਪਦੇ ਸੈਸ਼ਨ ਦੇ ਵਿੱਚ ਦੱਸਿਆ ਸੀਗਾ ਕਿ 60 ਦਿਨਾਂ ਦਾ ਜਿਹੜਾ ਇਹ ਕ੍ਰੈਸ਼ ਕੋਰਸ ਹੈ ਉਹਦੇ ਵਿੱਚ ਮੈਥ ਦੀਆਂ 30 ਕਲਾਸਾਂ ਹੋਣਗੀਆਂ ਡੇਡ ਡੇਡ ਘੰਟੇ ਦੀਆਂ ਕਲਾਸਾਂ ਨੇ ਸਵੇਰੇ 9 ਤੋਂ 10:30 ਦੀ ਇੱਕ ਸਲੋਟ ਆ 1:30 ਤੋਂ 12 ਦੀ ਦੂਜੀ स्लॉट ਹੈ ਤੇ ਦੂਜੀ स्लॉट ਦੇ ਵਿੱਚ ਮੈਥ ਦੇ ਕਲਾਸਾਂ ਸ਼ੁਰੂ ਹੋਣਗੀਆਂ ਪਹਿਲੇ ਦਿਨ ਤੋਂ ਹੀ 5 April ਤੋਂ ਹੀ ਤਾਂ ਇਹ 1.5-1.5 ਘੰਟੇ ਦੀਆਂ ਪਹਿਲੀਆਂ 30 ਕਲਾਸਾਂ ਮੈਥ ਦੀਆਂ ਹੋਣਗੀਆਂ ਉਹਨਾਂ 30 ਕਲਾਸਾਂ ਦਾ ਮੋٹے ਰੂਪ ਦੇ ਵਿੱਚ ਜਿਹੜਾ ਐਸਟੀਮੇਟ ਮੈਂ ਲਾ ਰਹਾਗਾ ਉਹ ਇਹ ਹੈ ਕਿ ਜਿਹੜਾ ਨੰਬਰ ਸਿਸਟਮ ਨੰਬਰ ਸਿਸਟਮ ਦੇ ਵਿੱਚ ਜਿੰਨੇ ਤੁਹਾਡੇ ਟੌਪਿਕਸ ਕਵਰ ਹੋ ਜਾਂਦੇ ਨੇ ਉਹ ਚਾਹੇ ਕੁਝ ਤੁਹਾਡੇ ਛੋਟੇ ਚੈਪਟਰਸ ਜਾਂ ਟੌਪਿਕਸ ਕਵਰ ਹੁੰਦੇ ਆ ਉਹ ਚਾਹੇ ਤੁਹਾਡੇ ਕੁਝ ਮਿਸਲੇਨੀਅਸ ਕੁਐਸ਼ਨਸ ਕਵਰ ਹੁੰਦੇ ਆ ਉਹ ਜਾਂ ਤੁਹਾਡੇ ਜਿਹੜੇ ਅੱਜ ਕੱਲ ਕੁਐਸ਼ਨਸ ਫਾਰਮੂਲੇਟ ਹੋਣ ਲੱਗੇ ਉਹ ਕਵਰ ਹੁੰਦੇ ਆ ਤਾਂ ਇਹ ਮੈਂ 2 ਤੋਂ 3 ਕਲਾਸਾਂ ਲਵਾਂਗਾ ਉਹਦੇ ਵਿੱਚ ਇਹ ਸਾਰਾ ਕਵਰ ਕਰਵਾਉਂਗਾ ਇਹਦੇ ਵਿੱਚ ਤੁਹਾਡੀ ਬੋਡਮਾਸ ਵੀ ਆ ਜੂਗੀ ਇਹਦੇ ਵਿੱਚ ਤੁਹਾਡੇ ਐਲਜੈਬਰਿਕ ਐਕਸਪ੍ਰੈਸ਼ਨ ਆ ਜਾਣਗੇ ਇਹਦੇ ਵਿੱਚ ਤੁਹਾਡੇ ਰਿਮੇਂਡਰ ਥਿਊਰਮ ਆ ਜੂ ਇਹਦੇ ਵਿੱਚ ਤੁਹਾਡੀ ਡਿਵੀਜ਼ਿਬਿਲਟੀ ਲਿਖਿਆ ਹੋਇਆ ਡਿਵੀਜ਼ਿਬਿਲਟੀ ਰੂਲ ਇਹ ਕੁਝ ਟਾਈਪਸ ਆ ਜਾਣਗੇ ਇਹਦੇ ਵਿੱਚ ਤੁਹਾਡੇ ਡਿਜੀਟਸ ਨੂੰ ਇੰਟਰਚੇਂਜ ਕਰਨ ਵਾਲੇ ਜਿਹੜੇ ਨੰਬਰ ਪੀਪੀਐਸਸੀ ਵੱਲੋਂ ਪੁੱਛ ਕਰਾਂਗੇ ਇਸ ਤੋਂ ਬਾਅਦ ਪਰਸੈਂਟੇਜ ਤੇ ਰੇਸ਼ੀਓ ਦੋਨਾਂ ਤੇ ਇੱਕ ਇੱਕ ਕਲਾਸ ਲਾਵਾਂਗੇ ਤਾਂ ਦੋ ਕਲਾਸਾਂ ਇਹਨਾਂ ਦੀਆਂ ਹੋ ਜਾਣਗੀਆਂ ਇੱਕ ਕਲਾਸ ਪਰਸੈਂਟੇਜ ਦੀ ਇੱਕ ਕਲਾਸ ਰੇਸ਼ੀਓ ਦੀ ਉਸ ਤੋਂ ਬਾਅਦ ਬੱਚੇ ਤੁਹਾਡਾ ਏਜਿਸ ਤੇ ਪਾਰਟਨਰਸ਼ਿਪ ਪੂਰਾ ਡਿਟੇਲ ਚ ਕਰਾਂਗੇ ਵੈਸੇ ਜਿਹੜੀ ਤੁਹਾਡੀ ਪੇਪਰ ਦੇ ਲੈਵਲ ਦੀ ਮੈਂ ਤਿਆਰੀ ਕਰਾਉਣੀ ਆ ਇਹ 2 ਘੰਟਿਆਂ ਦੇ ਵਿੱਚ ਦੋਨੇ ਚੈਪਟਰ ਮੈਂ ਇੱਕ ਇੱਕ ਘੰਟੇ ਚ ਕਰਾ ਸਕਦਾਗਾ ਤਾਂ ਜਾਂ ਤਾਂ ਆਪਾਂ ਜਿਹੜੀ ਆਪਣੀ 1.5 ਘੰਟੇ ਦੀ ਕਲਾਸ ਹੋਊਗੀ 10:30 ਤੋਂ 12 ਉਹਨੂੰ ਮੈਂ ਕਿਸ ਦਿਨ 1.5 ਦੀ ਜਗ੍ਹਾ 2 ਘੰਟੇ ਖਿੱਚ ਕੇ ਇੱਕ ਕਲਾਸ ਚ ਕਵਰ ਕਰਾ ਦੂੰਗਾ ਜੇ ਇੱਕ ਚ ਨਾ ਹੋਇਆ ਤਾਂ ਬੜੇ ਆਰਾਮ ਨਾਲ ਦੂਜੇ ਦਿਨ ਦੀ ਕਲਾਸ ਲੈ ਕੇ ਦੋ ਕਲਾਸਾਂ ਚ ਕਵਰ ਕਰ ਲਾਂਗੇ ਤਾਂ ਉਸ ਤੋਂ ਬਾਅਦ ਏਜਿਸ ਪਾਰਟਨਰਸ਼ਿਪ ਕਰਕੇ ਸਿੰਪਲ ਇੰਟਰਸਟ ਨੂੰ ਇੱਕ ਕਲਾਸ ਕੰਪਾਊਂਡ ਇੰਟਰਸਟ ਨੂੰ ਇੱਕ ਕਲਾਸ ਦੋ ਕਲਾਸਾਂ ਇਹ ਦੀ ਲਾਵਾਂਗੇ 1.5 1.5 ਘੰਟੇ ਯਾਨੀ ਕਿ 3 ਦੀਆਂ ਨੇ ਇਸ ਤੋਂ ਬਾਅਦ ਬੱਚੇ ਤੁਹਾਡਾ ਟਾਈਮ ਐਂਡ ਵਰਕ ਟਾਈਮ ਐਂਡ ਵਰਕ ਦੇ ਵਿੱਚ ਜਿਹੜੀ ਜ਼ਿਆਦਾ ਇੰਪੋਰਟੈਂਟ ਚੀਜ਼ ਪਿਛਲੇ ਸਮੇਂ ਚ ਨਿਕਲ ਕੇ ਆਈ ਹੈ ਦੋਹਾਂ ਸਾਲਾਂ ਦੇ ਵਿੱਚ ਉਹ ਹੈ ਚੇਨ ਰੂਲ ਤੇ ਨਾਲ ਹੀ ਤੁਹਾਡਾ ਪਾਈਪਸ ਐਂਡ ਸਿਸਟਮ ਇਹ ਬੱਚੇ ਮੈਂ ਦੋ ਤੋਂ ਤਿੰਨ ਕਲਾਸਾਂ ਦੇ ਵਿੱਚ ਕਰਾਉਂਗਾ ਤਿੰਨ ਘੰਟੇ ਦੇ ਵਿੱਚ ਤਾਂ ਇਹਦੀ ਪ੍ਰੈਕਟਿਸ ਘੱਟੋ-ਘੱਟ ਹੀ ਹੋਣੀ ਹੈ ਜੇ ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਲੱਗਦਾ ਹੋਇਆ ਤਾਂ ਆਪਾਂ ਤੀਜੀ ਕਲਾਸ ਵੀ ਲਵਾਂਗੇ ਤਾਂ ਦੋ ਤੋਂ ਤਿੰਨ ਕਲਾਸਾਂ ਇਹਦੀਆਂ ਹੋਣਗੀਆਂ ਇਸ ਤੋਂ ਬਾਅਦ ਬੱਚੇ ਐਵਰੇਜ ਦੀ ਇੱਕ ਕਲਾਸ ਹੋਊਗੀ ਮਿਕਸਚਰ ਐਲੀਗੇਸ਼ਨ ਜੇ ਇੱਕ ਕਲਾਸ ਚ ਨਿਬੜਦਾ ਹੋਇਆ ਤਾਂ ਇੱਕ ਚ ਨਹੀਂ ਤਾਂ ਆਪ ਦੋ ਕਲਾਸਾਂ ਇਹਦੀ ਲਵਾਂਗੇ ਤਾਂ ਕੁੱਲ ਮਿਲਾ ਕੇ ਦੋ ਤੋਂ ਤਿੰਨ ਕਲਾਸਾਂ ਇਹਦੀ ਹੋ ਗਈਆਂ ਕਿਉਂਕਿ ਇੱਕ ਐਵਰੇਜ ਦੀ ਕਲਾਸ ਤਾਂ ਹੋਣੀ ਹੀ ਹੋਣੀ ਹੈ ਮਿਕਸਚਰ ਐਲੀਗੇਸ਼ਨ ਦੀ ਜਾਂ ਇੱਕ ਤਾਂ ਹੋਊਗੀ ਦੋ ਵੀ ਹੋ ਸਕਦੀਆਂ ਨੇ ਇਸ ਤੋਂ ਬਾਅਦ ਬੱਚੇ ਆਪਣਾ ਪ੍ਰੋਫਿਟ ਲਾਸ ਹੈ ਦੋ ਕਲਾਸਾਂ ਦੇ ਵਿੱਚ ਚੰਗੀ ਤਰ੍ਹਾਂ ਕਵਰ ਕਰ ਲਾਂਗੇ ਪ੍ਰੋਫਿਟ ਲਾਸ ਤੋਂ ਬਾਅਦ ਪ੍ਰੋਫਿਟ ਲਾਸ ਦੋ ਕਲਾਸਾਂ ਯਾਨੀ ਕਿ ਤਿੰਨ ਘੰਟੇ ਮੈਂ ਪ੍ਰੋਫਿਟ ਲਾਸ ਪੂਰੇ ਦਾ ਪੂਰਾ ਚੈਪਟਰ ਜਿਹੜਾ ਪੇਡ ਬੈਚ ਦੇ ਵਿੱਚ ਕਰਾਇਆ ਹੈਗਾ ਉਹ ਮੇਰੇ ਖਿਆਲ 'ਚ 7 ਘੰਟੇ ਦਾ ਸੈਸ਼ਨ ਹੈਗਾ ਮਤਲਬ 7 ਘੰਟੇ ਦੀ ਪੂਰੀ ਦੀ ਪੂਰੀ ਕਲਾਸ ਹੈ ਜਿਹੜੀ ਪੇਡ ਬੈਚ ਦੇ ਵਿੱਚ ਜ਼ੀਰੋ ਤੋਂ ਲੈ ਕੇ ਹਰ ਲੈਵਲ ਦਾ ਸਵਾਲ ਕਰਾਇਆ ਜਿਦੇ ਵਿੱਚ ਪਿਛਲੇ ਸਾਲ ਦੇ ਨੈਬ ਦੇ ਲੈਵਲ ਨੂੰ ਧਿਆਨ ਵਿੱਚ ਰੱਖਿਆ ਸੀਗਾ ਕਿ ਉਸ ਪੇਡ ਬੈਚ ਦੇ ਵਿੱਚ ਕੁਝ ਵਿਦਿਆਰਥੀ ਉਹ ਸੀਗੇ ਜਿਨ੍ਹਾਂ ਨੇ ਨੈਬ ਤੇ ਫੋਕਸ ਕੀਤਾ ਸੀ ਕੋਆਪਰੇਟਿਵ ਇਨਸਪੈਕਟਰ ਤੇ ਫੋਕਸ ਕੀਤਾ ਸੀ ਅਗਲੇ ਸਮੇਂ 'ਚ ਜਿਹੜੇ ਪੀਪੀਐਸਸੀ ਦੇ ਇਮਤਿਹਾਨ ਹੋਣੇ ਸੀ ਉਹਨਾਂ ਤੇ ਫੋਕਸ ਸੀਗਾ ਸੋ ਇਸ ਕਰਕੇ ਉਹ ਪੂਰਾ ਪੂਰਾ ਜਿਹੜਾ ਚੈਪਟਰ ਹੈ ਉਹ 6-7 ਘੰਟੇ 7 ਘੰਟੇ ਦਾ ਚੈਪਟਰ ਹੈ ਤਾਂ ਆਪਾਂ 3-4 ਘੰਟੇ 'ਚ ਉਹਦੀ ਪੂਰੀ ਦੀ ਪੂਰੀ ਪ੍ਰੈਕਟਿਸ ਕਰਾਂਗੇ ਐਮਸੀਕਿਊਜ਼ ਚੰਗੀ ਤਰ੍ਹਾਂ ਕਰਾਂਗੇ ਉਸ ਤੋਂ ਬਾਅਦ ਬੱਚੇ ਤੁਹਾਡਾ ਟਾਈਮ ਸਪੀਡ ਡਿਸਟੈਂਸ ਜਿਹਦੇ ਨਾਲ ਟ੍ਰੇਨ ਇਸ ਤੋਂ ਬਾਅਦ ਇੱਕ ਕਲਾਸ ਪ੍ਰੋਬੈਬਿਲਟੀ ਦੀ ਇੱਕ ਪਰਮਿਊਟੇਸ਼ਨ ਕੰਬੀਨੇਸ਼ਨ ਦੀ ਤਾਂ ਦੋ ਕਲਾਸਾਂ ਬੱਚੇ ਇਹਦੀਆਂ ਹੋਣਗੀਆਂ ਤੁਹਾਡੀਆਂ ਮੈਨਸੂਰੇਸ਼ਨ 2D ਤੇ ਮੈਨਸੂਰੇਸ਼ਨ 3D ਘੱਟੋ-ਘੱਟ ਤਿੰਨ ਕਲਾਸਾਂ ਚੌਥੀ ਕਲਾਸ ਲੱਗ ਸਕਦੀ ਆ ਤਾਂ ਤਿੰਨ ਕਲਾਸਾਂ ਦਾ ਮਤਲਬ ਸਾਢੇ 4 ਘੰਟੇ ਚੌਥੀ ਕਲਾਸ ਲੱਗ ਸਕਦੀ ਆ ਮਤਲਬ 5 ਤੋਂ 6 ਘੰਟੇ ਜਿਹਦੇ ਵਿੱਚ ਸਿਰਫ ਮੈਨਸੂਰੇਸ਼ਨ 2D ਤੇ 3D ਹੀ ਕਵਰ ਹੋਊਗੀ ਬੱਚੇ ਮੈਨਸੂਰੇਸ਼ਨ 2D ਤੇ 3D ਪੇਡ ਬੈਚ ਦੇ ਵਿੱਚ ਮੈਂ 6+6 12 ਘੰਟਿਆਂ ਚ ਕਰਾਈ ਆ ਤਾਂ ਇਹ 12 ਘੰਟਿਆਂ ਦਾ ਸਿਲੇਬਸ ਹੈ ਹਾਲਾਂਕਿ ਪਿਛਲੇ ਸਾਲ ਨੈਬ ਦੇ ਪੇਪਰ ਦੇ ਵਿੱਚ ਇੰਨਾ ਚ ਸਵਾਲ ਨਹੀਂ ਸੀ ਪੁੱਛਿਆ ਗਿਆ ਪਰ ਕੋਆਪਰੇਟਿਵ ਇਨਸਪੈਕਟਰ ਚ ਪੁੱਛਿਆ ਗਿਆ ਸੀਗਾ ਪਟਵਾਰੀ ਦੇ ਪੇਪਰ ਦੀ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਪਟਵਾਰੀ ਦੇ ਪੇਪਰ ਚ ਬਹੁਤ ਜ਼ਿਆਦਾ ਸਵਾਲ ਪੁੱਛੇ ਗਏ ਸੀ ਕਿ ਪਹਿਲੇ ਪੇਪਰ ਚ 12 ਸਵਾਲ ਸੀਗੇ ਦੂਜੇ ਪੇਪਰ ਚ 6 ਸਵਾਲ ਪਤਾ ਨਹੀਂ 7 ਸਵਾਲ ਸੀਗੇ ਹੁਣ ਪਟਵਾਰੀ ਦਾ ਪੇਪਰ ਦੁਬਾਰਾ ਹੋਣਾ ਉਹਦੇ ਵਿੱਚ ਕਾਫੀ ਸਵਾਲ ਕਿਉਂਕਿ ਮੈਨਸੂਰੇਸ਼ਨ ਸਪੈਸ਼ਲਿਸਟਸ ਸਾਡੇ ਸਪੈਸੀਫਿਕਲੀ ਮੈਂਸ਼ਨ ਹੁੰਦੀ ਆ ਸੋ ਪਟਵਾਰੀ ਦੇ ਪੇਪਰਾਂ ਦੇ ਵਿੱਚ ਹੋਰ ਪੀਟਰੀ ਪੀਐਸਬੀ ਦੇ ਇਮਤਿਹਾਨਾਂ ਦੇ ਵਿੱਚ ਮੈਨਸੂਰੇਸ਼ਨ ਜ਼ਿਆਦਾ ਹੁੰਦੀ ਆ ਕੁਦਰਤੀ ਪਿਛਲੇ ਸਾਲ ਨੈਬ ਦੇ ਪੇਪਰ ਚ ਸਵਾਲ ਨਹੀਂ ਸੀ ਪੁੱਛਿਆ ਗਿਆ ਪਰ ਆਪਾਂ ਚੈਪਟਰ ਦੀ ਤੋਂ ਤੁਰ ਤੱਕ ਤਿਆਰੀ ਕਰਾਂਗੇ ਜਿੱਥੋਂ ਮਰਜੀ ਪੁੱਛੇ ਜਾਣ ਜਿਸ ਮਰਜੀ ਲੈਵਲ ਤੇ ਪੁੱਛੇ ਜਾਣ ਆਪਾਂ ਚੰਗੀ ਤਰ੍ਹਾਂ ਤਿਆਰੀ ਕਰ ਸਕੀਏ ਤਿੰਨ ਕਲਾਸਾਂ ਅਖੀਰ ਤੇ ਬੱਚੇ ਸਾਰੀ ਦੀ ਸਾਰੀ ਜਿਹੜੀ ਡੀਆਈ ਹੈ ਉਹ ਮੈਂ ਤਿੰਨ ਤੋਂ ਚਾਰ ਕਲਾਸਾਂ ਦੇ ਵਿੱਚ ਕਵਰ ਕਰਾਉਣ ਦੀ ਕੋਸ਼ਿਸ਼ ਕਰੂੰਗਾ ਤਿੰਨ ਤੋਂ ਚਾਰ ਕਲਾਸਾਂ ਦੇ ਵਿੱਚ ਮੋٹے ਰੂਪ ਦੇ ਵਿੱਚ ਮੈਂ ਤੁਹਾਡੀ ਪ੍ਰੈਕਟਿਸ ਤਾਂ ਸਾਰੀ ਹੀ ਕਰਾ ਦੂੰਗਾ ਜਿਹਦੇ ਵਿੱਚ ਮੈਂ ਖਾਸ ਧਿਆਨ ਦੇਵਾਂਗਾ ਕਿ ਜਦੋਂ ਡਾਟਾ ਟੇਬਲ ਤੇ ਬਾਰ ਗ੍ਰਾਫ ਕਰਾਂਗੇ ਉਦੋਂ ਇਮੇਜਸ ਨੂੰ ਸਮਝੀਏ ਕੈਲਕੂਲੇਸ਼ਨ ਤੇ ਧਿਆਨ ਦਈਏ ਤੇ ਕਿਹੋ ਜਿਹੇ ਸਵਾਲ ਫਾਰਮੂਲੇਟ ਹੁੰਦੇ ਆ ਉਹਨਾਂ ਤੇ ਧਿਆਨ ਦਈਏ ਤੇ ਫਿਰ ਉਸ ਤੋਂ ਬਾਅਦ ਲਾਈਨ ਚਾਰਟ ਕਰੀਏ ਪਾਈ ਚਾਰਟ ਦੇ ਵਿੱਚ ਡਬਲ ਪਾਈ ਚਾਰਟ ਕਰੀਏ ਮਿਕਸਡ ਚਾਰਟ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰੀਏ ਮਿਸਿੰਗ ਡੀਆਈ ਦੇ ਉੱਤੇ ਬੇਸਡ ਕੁਐਸਚਨ ਹਾਲਾਂਕਿ 2021 ਵਾਲੇ ਐਕਸਰਸਾਈਜ਼ ਦੇ ਪੇਪਰ 'ਚ ਸੌਖਾ ਜਿਹਾ ਸਵਾਲ ਆ ਗਿਆ ਸੀਗਾ ਉਸ ਤੋਂ ਅੱਗੇ ਪਿੱਛੇ ਕਦੇ ਪੰਜਾਬ ਦੇ ਪੇਪਰ 'ਚ ਮਿਸਿੰਗ ਡੀਆਈ ਨਹੀਂ ਦੇਖੀ ਗਈ ਐਸਐਸਸੀ 'ਚ ਨਹੀਂ ਦੇਖੀ ਗਈ PCS ਦੇ ਵਿੱਚ PPSC ਦੇ ਕਿਸੇ ਹੋਰ ਇਮਤਿਹਾਨ ਦੇ ਵਿੱਚ UPSC ਦੇ ਵਿੱਚ ਨਹੀਂ ਦੇਖੀ ਗਈ ਮਿਸਿੰਗ DI ਸਿਰਫ ਬੈਂਕ ਦੇ ਪੇਪਰਾਂ 'ਚ ਦੇਖੀ ਗਈ ਹੈ ਪਰ ਆਪਾਂ ਇੰਨੀ ਕੁ ਤਿਆਰੀ ਕਰਾਂਗੇ ਵੀ ਕੱਲ ਨੂੰ ਜੇ ਨੈਬ ਦੇ ਪੇਪਰ 'ਚ ਮਿਸਿੰਗ DI ਦਾ ਇੱਕ ਦਾ ਸਵਾਲ ਆ ਗਿਆ ਆਪਾਂ ਨੂੰ ਦੇਖਣਾ ਹੁੰਦਾ ਹੋਵੇ ਕਿ ਭਾਈ ਇਹਨੂੰ ਹੱਲ ਕਿਵੇਂ ਕਰਨਾ ਹੈਗਾ ਤੇ ਕੇਸ ਸਟੱਡੀਜ਼ ਜਿਹਦੇ ਵਿੱਚ ਵੈਨ ਡਾਇਗ੍ਰam ਖਾਸ ਕਰਕੇ ਉਹ ਚੰਗੀ ਤਰ੍ਹਾਂ ਕਰਾਂਗੇ ਤਾਂ ਤਿੰਨ ਤੋਂ ਚਾਰ ਕਲਾਸਾਂ ਇਹਦੀਆਂ ਹੋਣਗੀਆਂ ਇਹ ਬੱਚੇ ਆਪਾਂ ਸਾਰੇ ਦਾ ਸਾਰਾ ਸਿਲੇਬਸ ਕਰਾਂਗੇ ਕਿੰਨੀਆਂ ਕਿ ਕਲਾਸਾਂ ਬਣ ਗਈਆਂ 3 ਤੋਂ 2 5 ਤੱਕ 6 ਤੋਂ 2 8 ਤੋਂ 2 10 ਤੋਂ 3 13 13 ਤੋਂ 6 19 ਤੋਂ 3 22 ਤੋਂ 4 26 ਤਾਂ ਕੁੱਲ 26 ਕਲਾਸਾਂ ਬਣ ਗਈਆਂ ਤਾਂ ਇੱਕ ਥੱਲੇ ਇੱਕ ਉੱਤੇ 26-27 ਕਲਾਸਾਂ ਦੇ ਵਿੱਚ ਮੈਂ 30 ਕਲਾਸਾਂ ਦਾ ਟਾਰਗੇਟ ਲਿਆ ਸੀ ਅਖੀਰ ਤੇ ਬੱਚੇ ਤੁਹਾਨੂੰ ਸੈਕਸ਼ਨ ਟੈਸਟ ਦਿੱਤੇ ਜਾਣਗੇ ਸੈਕਸ਼ਨ ਟੈਸਟ ਦੇ ਵਿੱਚ ਇਹ ਹੋਊਗਾ ਕਿ ਤੁਹਾਡਾ ਥੋੜਾ ਜਿਹਾ ਸਿਲੇਬਸ ਕਰਾਉਣ ਤੋਂ ਬਾਅਦ ਲਾਈਕ ਹਫ਼ਤੇ 8-10 ਦਿਨ ਦਾ ਸਿਲੇਬਸ ਕਰਾਉਣ ਤੋਂ ਬਾਅਦ 8-10 ਦਿਨਾਂ ਦੇ ਵਿੱਚ ਤੁਹਾਡੇ ਜਿਹੜੇ 5-7 ਚੈਪਟਰ ਹੋ ਜਾਣਗੇ ਉਹਨਾਂ ਦਾ ਟੈਸਟ ਫਿਰ ਹਫ਼ਤੇ ਜਾਂ 8-10 ਦਿਨ ਦਾ ਸਿਲੇਬਸ ਕਰਾਉਣ ਤੋਂ ਬਾਅਦ ਉਹ ਚ ਜਿਹੜੇ ਚੈਪਟਰ ਹੋਗੇ ਉਹਦਾ ਟੈਸਟ ਤਾਂ ਤੁਹਾਡਾ ਮੌਕ ਜਿਹੜੇ ਤੁਹਾਡੇ ਮੌਕ ਟੈਸਟ ਲਏ ਜਾਣਗੇ ਉਹਦੇ ਵਿੱਚ ਸੈਕਸ਼ਨ ਟੈਸਟ ਲਏ ਜਾਣਗੇ ਤੇ ਜਿਹੜਾ ਤੁਹਾਡਾ ਮਤਲਬ ਮੌਕ ਟੈਸਟ ਅਲੱਗ ਤੋਂ ਨੇ ਉਹ ਮਿਲ ਨਹੀਂ ਮਿਲਨੇ ਨੇ ਤਾਂ ਬੱਚੇ ਇਹ ਸੈਕਸ਼ਨ ਟੈਸਟ ਤੁਹਾਡੇ ਸਬਜੈਕਟ ਸਪੈਸੀਫਿਕ ਹੋਣਗੇ ਮੈਥ ਦੇ ਹੀ ਹੋਣਗੇ ਜਿੰਨਾ ਸਿਲੇਬਸ ਕਰ ਲਿਆ ਉਹਦੇ ਵਿੱਚੋਂ ਹੋਣਗੇ ਤੁਹਾਡੀ ਪ੍ਰੈਕਟਿਸ ਦੇ ਲਈ ਇਹਦੇ ਵਿੱਚ ਮੈਂ ਸ਼ੀਟਾਂ ਦਵਾਂਗਾ ਸੈਕਸ਼ਨ ਟੈਸਟ ਹੋਣਗੇ ਪਲੱਸ ਪ੍ਰੈਕਟਿਸ ਸ਼ੀਟਸ ਦੀਆਂ ਪੀਡੀਐਫ ਫਾਈਲਸ ਵੀ ਮੈਂ ਦਊਂਗਾ ਜਿਹੜੀ ਕਿ ਤੁਸੀਂ ਆਪਦੀ ਤਿਆਰੀ ਦੇ ਲਈ ਯੂਜ਼ ਕਰ ਸਕਦੇ ਹੋ ਹਾਲਾਂਕਿ ਮੈਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਇਹ ਗੱਲ ਲਈ ਮੋਟੀਵੇਟ ਕਰਦਾ ਕਿ ਭਾਈ ਟੀਚਰ ਵੱਲਣਾ ਚਾਹ ਕੇ ਕੀ ਕਰੋਗੇ ਟੀਚਰ ਨੇ 10 ਸਵਾਲ ਦੇਤੇ ਤੇ ਅਸੀਂ ਉਹੀ ਪ੍ਰੈਕਟਿਸ ਕਰਨੇ ਆ ਤੁਹਾਡੇ ਕੋਲ 36 ਕਿਤਾਬਾਂ ਹੋਣ ਗਿਆ ਕਰੇ ਤੁਹਾਡੇ ਕੋਲ YouTube ਤੇ 3600 ਰਿਸੋਰਸਸ ਨੇ ਜਿੱਥੋਂ ਤੁਸੀਂ ਕੁਐਸਚਨਅਰਸ ਡਾਊਨਲੋਡ ਕਰ ਸਕਦੇ ਹੋਗੇ ਤਾਂ ਤੁਸੀਂ ਕੁਐਸਚਨਅਰਸ ਜੇ ਕਿਤੋਂ ਵੀ ਮਿਲਦੇ ਆ ਕੋਈ ਵੀ ਘਰੇ ਕਿਤਾਬ ਪਈ ਆ ਉੱਥੋਂ ਵੀ ਪ੍ਰੈਕਟਿਸ ਕਰੋ ਟੀਚਰ ਤੇ ਇਸ ਗੱਲ ਲਈ ਨਿਰਭਰ ਨਾ ਰਹੋ ਵੀ ਟੀਚਰ ਨੇ 10 ਸਵਾਲ ਦੇਤੇ ਟੀਚਰ ਵਾਲੇ ਸਵਾਲਾਂ ਦੀ ਪ੍ਰੈਕਟਿਸ ਕਰੋ ਬੱਚੇ ਟੀਚਰ ਦੇ ਆ ਪ੍ਰੈਕਟਿਸ ਸ਼ੀਟਸ ਵਾਲੀਆਂ ਜਿਹੜੀਆਂ ਪੀਡੀਐਫਸ ਨੇ ਇਹ ਇੰਨੇ ਇੰਪੋਰਟੈਂਟ ਨਹੀਂ ਹੈਗੀਆਂ ਜਿੰਨੇ ਇੰਪੋਰਟੈਂਟ ਇਹ ਸਾਰੇ ਐਮਸੀਕਿਊਜ਼ ਨੇ ਇਹ ਜਿਹੜੇ ਸਾਰੇ ਦੇ ਸਾਰੇ ਐਮਸੀਕਿਊਜ਼ ਨੇ ਇਹ ਟੀਚਰ ਦੇ ਜ਼ਿਆਦਾ ਇੰਪੋਰਟੈਂਟ ਨੇ ਤਾਂ ਮੈਂ ਇਹ ਸਾਰੇ ਦੇ ਸਾਰੇ ਵਿਦ ਸੋਲੂਸ਼ਨ ਜਿਹੜੀਆਂ ਨੋਟੇਸ਼ਨਸ ਹੋਣਗੀਆਂ ਜਿਹੜੇ ਕਾਟੇ ਜਮਾਰੇ ਹੋਏ ਨੇ ਇਹਦੇ ਸਮੇਤ ਤੁਹਾਨੂੰ ਪੀਡੀਐਫ ਬਣਾ ਕੇ ਪ੍ਰੋਵਾਈਡ ਕਰਵਾਉਂਗਾ ਇਹ ਉਹਦੇ ਵਿੱਚ ਮਿਲਣਗੇ ਤੁਹਾਨੂੰ ਇਹਦੇ ਨਾਲ ਨਾਲ ਆ ਪ੍ਰੈਕਟਿਸ ਸ਼ੀਟਾਂ ਮੈਂ ਦਊਂਗਾ ਕਿ ਤੁਸੀਂ ਕੁਐਸਚਨਰੀ ਵੈਸੇ ਪ੍ਰੈਕਟਿਸ ਕਰ ਲੋ ਤਾਂ ਇਹ ਮੋٹے ਰੂਪ ਦੇ ਵਿੱਚ ਆਪਣਾ ਸੈਸ਼ਨ ਪਲਾਨ ਰਹੂਗਾ ਕਿ ਜਿਹਦੇ ਵਿੱਚ ਆਪਾਂ ਜਿਹੜਾ ਅਗਲੇ 60 ਦਿਨ ਦਾ ਇਹ ਕੋਰਸ ਪਲਾਨ ਹੋਇਆ ਜਿਹਦੇ ਵਿੱਚ ਆਪਾਂ ਮੈਥ ਦੇ 30 ਸੈਸ਼ਨ ਰੱਖਾਂਗੇ ਤਾਂ 30 ਸੈਸ਼ਨਾਂ ਦੀਆਂ ਕਲਾਸਾਂ ਕਿਵੇਂ ਜੇ ਰਹਿਣਗੀਆਂ ਚੈਪਟਰ ਵਾਈਜ਼ ਕਿਹੜੀ ਚੀਜ਼ ਤੇ ਕਿੰਨਾ ਜ਼ੋਰ ਤੇ ਪਿਛਲੇ ਸਮੇਂ ਦੇ ਵਿੱਚ ਕਿਹੋ ਜਿਹੇ ਕੁਐਸਚਨ ਆਏ ਨੇ ਤੇ ਅਗਲੇ ਸਮੇਂ 'ਚ ਕਿਹੋ ਜਿਹੇ ਐਕਸਪੈਕਟਿਡ ਨੇ ਉਹਨੂੰ ਧਿਆਨ 'ਚ ਰੱਖ ਕੇ ਆਪਾਂ ਜਿਹੜਾ ਜ਼ੋਰ ਲਾਉਣਾ ਹੈਗਾ ਤਾਂ 5 ਅਪ੍ਰੈਲ ਨੂੰ ਇਹ ਸੈਸ਼ਨ ਸਟਾਰਟ ਹੋ ਰਿਹਾ ਹੈਗਾ ਜਿਹੜੇ ਵਿਦ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਜੇ ਤੁਸੀਂ ਡਿਸਕ੍ਰਿਪਸ਼ਨ ਖੋਲੋਗੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਖੋਲੋਗੇ ਉੱਥੇ ਸਭ ਤੋਂ ਉੱਪਰ ਹੀ ਦਿਖ ਜੂਗਾ ਨੈਪ ਤਹਿਸੀਲਦਾਰ ਦਾ ਇਹ ਕ੍ਰੈਸ਼ ਕੋਰਸ ਤੁਸੀਂ ਉਹ ਤੇ ਕਲਿੱਕ ਕਰਕੇ ਸਿੱਧੀ ਵੀ ਪੇਮੈਂਟ ਕਰ ਸਕਦੇ ਹੋ ਨਹੀਂ ਤਾਂ ਜਿਹੜਾ ਤੁਹਾਡੇ ਕੋਲ ਸਕਸੈਸ ਟਰੀ ਦਾ ਨੰਬਰ ਹੈ 9353000041 ਤੁਸੀਂ ਉਸ ਨੰਬਰ ਤੇ ਅੱਗੇ ਪਿੱਛੇ ਵੀ ਮੈਂ ਇਹ ਨੰਬਰ ਤੁਹਾਡੇ ਕੋਲ ਸਾਂਝਾ ਕੀਤਾ ਹੈਗਾ ਤੁਸੀਂ ਇਸ ਵੀਡੀਓ ਦੇ ਹੇਠਾਂ ਵੀ ਇਹ ਨੰਬਰ ਦੇਖ ਸਕਦੇ ਹੋਗੇ ਤਾਂ ਉਸ ਨੰਬਰ ਤੇ ਵੀ ਤੁਸੀਂ ਸੰਪਰਕ ਕਰਕੇ ਇਹ ਕੋਰਸ ਲੈ ਸਕਦੇ ਹੋਗੇ ਪਿਛਲੇ ਸਾਲ ਜਿਹੜਾ ਨੈਬ ਦਾ ਪੇਪਰ ਹੋਇਆ ਸੀ ਮੈਂ ਇੱਕ ਗੱਲ ਵਿਦਿਆਰਥੀਆਂ ਦੇ ਵਿੱਚ ਇੰਨੀ ਕੁ ਜ਼ਰੂਰ ਕਹਿਣਾ ਹੁੰਦਾ ਕਿ ਪਿਛਲੇ ਸਾਲ ਜੋ ਨੈਬ ਦਾ ਪੇਪਰ ਹੋਇਆ ਸੀ ਆਪਾਂ ਮੋਟਾ-ਮੋਟਾ ਜਿਹਦਾ ਲੈਵਲ ਡਿਸਕਸ ਕੀਤਾ ਉਹ ਪਿਛਲੇ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਪੰਜਾਬ ਦੇ ਪੀਪੀਐਸਸੀ ਦੇ ਪੀ ਟ੍ਰਿਪਲ ਐਸ ਬੀ ਦੇ ਪੰਜਾਬ ਤੋਂ ਬਾਹਰ ਕੇਂਦਰ ਦੇ ਹੋਰ ਸਟੇਟਾਂ ਦੇ ਜਿਹੜੇ ਕੁਝ ਇਮਤਿਹਾਨ ਹੋਏ ਸੀ ਉਹਨਾਂ ਦੇ ਵਿੱਚ ਪਿਛਲੇ 2-3 ਸਾਲਾਂ ਦੇ ਸਭ ਤੋਂ ਔਖੇ ਪੇਪਰਾਂ ਚੋਂ ਪੇਪਰ ਸੀਗਾ ਤੇ ਖਾਸ ਕਰਕੇ ਉਹਦੇ ਵਿੱਚ ਮੈਥ ਔਖਾ ਸੀਗਾ ਕਰੰਟ ਔਖਾ ਸੀ ਜੀਐਸ ਦੇ ਕੁਐਸਚਨ ਥੋੜੇ ਜਿਹਾ ਟੇਡੇ ਫਾਰਮੂਲੇਟ ਹੋਏ ਸੀ ਤਾਂ ਕੁਝ ਔਖੇ ਪੇਪਰਾਂ ਚ ਔਖਾ ਪੇਪਰ ਸੀ ਤੇ ਉਹੀ ਪੇਪਰ ਜਦੋਂ ਸਾਡਾ ਹੁਣ ਦੁਬਾਰਾ ਹੋ ਰਿਹਾ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਸੌਖਾ ਤਾਂ ਨਹੀਂ ਪਹੁੰਣਗੇ ਜੇਤੂ ਆਣੀ ਕੱਢਣਗੇ ਤਾਂ ਤੁਹਾਨੂੰ ਇੰਨਾ ਰਿਲੈਕਸ ਵੀ ਨਹੀਂ ਰਹਿਣ ਦੇਣਗੇ ਕਿ ਤੁਸੀਂ ਸਵਾਲ ਦੇਖਿਆ ਅਨਸਰ ਕਰਤਾ ਸਵਾਲ ਦੇਖਿਆ ਅਨਸਰ ਕਰਤਾ ਇੰਨਾ ਰਿਲੈਕਸ ਵੀ ਨਹੀਂ ਰਹਿਣ ਦੇਣਗੇ ਤਾਂ ਪੇਪਰ ਤੁਹਾਡੇ ਲਈ ਚੈਲੈਂਜਿੰਗ ਹੋਊਗਾ ਪੇਪਰ ਤੁਹਾਡੇ ਲਈ ਚੁਣੌਤੀ ਪੇਸ਼ ਕਰੂਗਾ ਤੁਸੀਂ ਜੇ ਬਹੁਤ ਚੰਗੀ ਤਿਆਰੀ ਕੀਤੀ ਹੋਊਗੀ ਤਾਂ ਤੁਸੀਂ ਉਸ ਚੁਣੌਤੀ ਦਾ ਸਾਹਮਣਾ ਕਰੋਗੇ ਤੁਸੀਂ ਉਸ ਚੈਲੰਜ ਨੂੰ ਫੇਸ ਕਰੋਗੇ ਨਹੀਂ ਫਿਰ ਵਿਦਿਆਰਥੀਆਂ ਦੇ ਲਈ ਉਹੋ ਜਿਹਾ ਨਤੀਜਾ ਹੋਊਗਾ ਕਿ ਨੈਬ ਦਾ ਪੇਪਰ ਦੇਣ ਤੋਂ ਬਾਅਦ ਹੁਣ ਜੀ ਸਰ ਪਟਵਾਰੀ ਦਾ ਕ੍ਰੈਸ਼ ਕੋਰਸ ਲਾ ਲਈਏ ਹੁਣ ਜੀ ਐਕਸਾਈਜ਼ ਦਾ ਕ੍ਰੈਸ਼ ਕੋਰਸ ਲਾ ਲਈਏ ਸਰ ਮੇਰੀ ਤਿਆਰੀ ਸੈਟ ਜੀ ਨਹੀਂ ਹੋਈ ਹੈ ਕਿ ਮੈਨੂੰ ਫੁੱਲ ਸਿਲੇਬਸ ਹੀ ਦੱਸ ਦੋ ਮੈਥ ਦਾ ਕਿੱਥੋਂ ਜੇ ਕਰਾਂ ਕਿਵੇਂ ਜੇ ਕਰਾਂ ਤਾਂ ਅਖੀਰ ਨੂੰ ਉੱਥੇ ਫਸਣਾ ਹੈਗਾ ਹਾਲਾਂਕਿ ਉਹ ਮਾੜੇ ਵਿਦਿਆਰਥੀ ਨਹੀਂ ਹੈਗੇ ਜੇ ਕਿਸੇ ਦਾ ਪੇਪਰ ਨਹੀਂ ਕਲੀਅਰ ਹੋਇਆ ਤਾਂ ਅਸੀਂ ਇਹੀ ਦੇਖਦੇ ਹੁੰਦੇ ਆ ਅਸੀਂ ਇਹੀ ਐਨਾਲਿਸਿਸ ਕਰਦੇ ਹੁੰਦੇ ਆ ਕਿ ਯਾਰ ਪੀਪਰ ਨਹੀਂ ਕਲੀਅਰ ਹੋ ਰਿਹਾ ਇਸ ਤਿਆਰੀ ਦੇ ਸਿਰ ਤੇ ਤਾਂ ਦੁਬਾਰਾ ਹੀ ਤਿਆਰੀ ਕਰ ਲੈਣੇ ਆ ਕੋਈ ਸਬਜੈਕਟ ਨਵੇਂ ਸਿਰੇ ਤੋਂ ਹੀ ਕਰ ਲੈਣੇ ਆ ਇਹ ਚੰਗੀ ਗੱਲ ਹੁੰਦੀ ਹੈ ਇਹ ਐਨਲਿਸਿਸ ਕਰਨਾ ਵੀ ਪਰ ਜਦੋਂ ਤੁਹਾਡੇ ਕੋਲ ਮੌਕਾ ਹੈ ਤੇ ਖਾਸ ਕਰਕੇ ਉਹਨਾਂ ਵਿਦਿਆਰਥੀ ਕੋਲ ਜਿਨ੍ਹਾਂ ਨੇ ਨੈਬ ਦਾ ਪਿਛਲੇ ਸਾਲ ਦਾ ਪੀਪਰ ਦੇਖਿਆ ਤੇ ਹੁਣ ਦੁਬਾਰਾ ਦੇਣ ਬੈਠਣਗੇ ਤਾਂ ਉਹ ਵਿਦਿਆਰਥੀਆਂ ਨੂੰ ਮੈਂ ਕਹਿੰਨਾ ਕਿ ਦੋ ਟਾਈ ਮਹੀਨੇ ਦਾ ਜਿਹੜਾ ਸਮਾਂ ਹੈਗਾ ਉਸ ਸਮੇਂ ਨੂੰ ਸਾਂਭੋ ਮਾੜਾ ਜਾ ਪਿਛਲੇ ਸਾਲ ਦੇ ਪੀਪਰ ਦੇ ਕੁਝ ਸਵਾਲ ਮੈਂ ਦਿਖਾ ਦਿੰਨਾਗਾ ਉਹ ਆਪਾਂ ਵੀ YouTube ਤੇ ਕੀਤੇ ਸੀ ਪੇਡ ਬੈਚ ਦੇ ਵਿੱਚ ਕੀਤੇ ਸੀਗੇ ਕ੍ਰੈਸ਼ ਕੋਰਸ ਦੇ ਵਿੱਚ ਕੀਤੇ ਸੀਗੇ ਕੁਝ ਉਹ ਸਵਾਲ ਬਹੁਤ ਔਖਾ ਕੋਈ ਕੁਸ਼ਣ ਨਹੀਂ ਸੀ ਆਇਆ ਆ ਪਰਸੈਂਟੇਜ ਦਾ ਸਿੰਪਲ ਇੱਕ ਕੁਸ਼ਣ ਆਇਆ ਸੀਗਾ ਬਿਲਕੁਲ ਸੇਮ ਕੁਸ਼ਣ ਪੇਡ ਬੈਚ ਦੇ ਵਿੱਚ ਆ ਪੇਪਰ ਮਈ ਦਾ ਆ 6 ਅਪ੍ਰੈਲ ਦੇ ਪੇਡ ਬੈਚ ਦੇ ਵਿੱਚ ਬਿਲਕੁਲ ਸਿਮਿਲਰ ਕੁਸ਼ਣ ਕੀਤਾ ਹੋਇਆਗਾ ਇਸ ਤੋਂ ਬਾਅਦ ਏਜਸ ਦਾ ਕੁਸ਼ਣ ਮੈਂ ਕਿਹਾ ਸੀਗਾ ਕਿ ਕੋਈ ਸੌਖਾ ਕੁਸ਼ਣ ਨਹੀਂ ਸੀ ਹੋਏਗਾ ਜਦੋਂ ਇੱਕ ਬੰਦਾ ਦੂਜੇ ਨੂੰ ਕਹਿੰਦਾ ਕਿ ਮੈਂ ਤੇਰੀ ਪ੍ਰੈਜ਼ੈਂਟ ਉਮਰ ਤੋਂ ਡੇਢ ਗੁਣਾ ਜਾਂ 2 ਗੁਣਾ ਉਮਰ ਦਾ ਸੀ ਜਦੋਂ ਤੂੰ ਜੰਮਿਆ ਸੀ ਜਾਂ ਜਦੋਂ ਤੇਰੀ ਇੰਨੀ ਉਮਰ ਸੀ ਜਿਹੜੇ ਆ ਸਟੇਟਮੈਂਟ ਬੇਸਡ ਜਿਸ ਦੇ ਵਿੱਚ ਕੁਐਸਚਨ ਬਣਨ ਲੱਗੇ ਇਹੇ ਕੁਐਸਚਨ ਬੱਚੇ ਸਾਡਾ ਨੈਬ ਦੇ ਪੇਪਰ ਦੇ ਵਿੱਚ ਆਇਆ ਸੀਗਾ ਤੇ ਇਹ ਬਿਲਕੁਲ ਹੀ ਸੇਮ ਕੁਐਸਚਨ ਆਪਾਂ ਹਾਲਾਂਕਿ ਇਹ ਤਾਂ ਮੈਂ YouTube ਤੇ 28 April ਨੂੰ ਕਰਾਇਆ ਇਹ 22 May ਨੂੰ ਮਹੀਨੇ ਬਾਅਦ ਹੋਊਗਾ ਪੇਪਰ ਤਾਂ YouTube ਤੇ ਵੀ ਕਰਵਾਇਆ ਤਾਂ ਇਹੋ ਜਿਹੇ ਕੁਐਸਚਨ ਲਗਾਤਾਰ ਆਪਾਂ ਕਰਦੇ ਰਹੇਾਂਗੇ ਇਸ ਤੋਂ ਬਿਨਾ ਬੱਚੇ ਆਹਾ ਸਾਡਾ ਵੈਨ ਡਾਇਗਰਾਮ ਵਾਲਾ ਜਿਹੜਾ ਕੁਐਸਚਨ ਸੀ ਕੇਸ ਸਟੱਡੀਜ਼ ਦੇ ਵਿੱਚੋਂ ਡੀਆਈ ਦੇ ਵਿੱਚ ਕੇਸ ਸਟੱਡੀਜ਼ ਦੇ ਵਿੱਚੋਂ ਵੈਨ ਡਾਇਗਰਾਮ ਵਾਲਾ ਜਿਹੜਾ ਕੁਐਸਚਨ ਸੀਗਾ ਜਿਹਦੇ ਵਿੱਚ ਤਿੰਨ ਵੈਨ ਡਾਇਗਰਾਮਸ ਬਣੀਆਂ ਸੀਗੀਆਂ ਤੇ ਉਹ ਵੈਨ ਡਾਇਗਰਾਮਸ ਨੂੰ ਸੋਲਵ ਕਰਕੇ ਇਹ ਚਾਰ ਸਵਾਲ 11 ਤੋਂ ਲੈ ਕੇ 14 ਤੱਕ ਚਾਰ ਸਵਾਲ ਪੁੱਛੇ ਗਏ ਸੀਗੇ ਇਹੇ ਬੱਚੇ ਬਿਲਕੁਲ ਮਿਲਦਾ ਜੁਲਦਾ ਸਵਾਲ ਮੈਂ 13 ਮਈ ਨੂੰ 22 ਮਈ ਨੂੰ ਪੇਪਰ ਹੋਣੇ 9 ਦਿਨਾਂ ਬਾਅਦ 13 ਮਈ ਨੂੰ YouTube ਤੇ ਬਿਲਕੁਲ ਸਿਮਿਲਰ ਕੁਐਸਚਨ ਕਰਾਇਆ ਸੀਗਾ ਹਲੇ ਸ਼ਾਇਦ YouTube ਤੇ ਤੁਸੀਂ ਜਦੋਂ ਇਹ ਵੀਡੀਓ ਦੇਖ ਰਹੇ ਹੋ ਚੰਗੀ ਤਰ੍ਹਾਂ ਸਟੇਟਮੈਂਟ ਆ ਸ਼ਾਇਦ ਨਾ ਪੜੀ ਜਾਂਦੀ ਆ ਹੁਣ ਮੈਂ ਇਹ Telegram ਚੈਨਲ ਤੇ ਪਾ ਦੂੰਗਾ ਤੁਸੀਂ ਇਹਦੀ ਸਟੇਟਮੈਂਟ ਪੜ ਲਓ ਇੱਕ ਇੱਕ ਲਾਈਨ ਤੁਸੀਂ ਇਹਦੀ ਸਟੇਟਮੈਂਟ ਪੜ ਲਓ ਇੱਕ ਇੱਕ ਲਾਈਨ ਤੁਸੀਂ ਇਹਦਾ ਸੋਲੂਸ਼ਨ ਦੇਖ ਲਓ ਇਹ ਵੀ ਮੈਂ YouTube ਤੇ ਕਰਾਇਆ ਤੁਸੀਂ ਇਹਦਾ ਸੋਲੂਸ਼ਨ ਦੇਖ ਲਓ ਜਿਹੜਾ ਹੱਪਿਆ ਹੈਗਾ ਪੇਡ ਮੈਚ ਦੇ ਵਿੱਚ ਬਹੁਤ ਡਿਟੇਲ ਚ ਕਰਾਇਆ ਹੈਗਾ ਤਾਂ ਨੈਪ ਤਹਿਸੀਲਦਾਰ ਦੇ ਪੇਪਰ PPCS ਵੱਲੋਂ ਕਿਸੇ ਵੀ ਪੇਪਰ 'ਚ ਜਦੋਂ ਤੁਸੀਂ ਬੈਠਣਾ ਹੈ DI ਨੂੰ ਸੀਰੀਅਸ ਲਏ ਬਿਨਾ ਅਸੀਂ ਨਹੀਂ ਬੈਠਣਾ ਹੈਗਾ ਇਸ ਗੱਲ ਦਾ ਧਿਆਨ ਰੱਖਣਾ ਹੈਗਾ ਤੇ DI ਦੀਆਂ ਪਰਤਾਂ ਫਰੋਲ ਕੇ ਸਵਾਲ ਪੁੱਛੇ ਜਾਂਦੇ ਨੇ PPCS ਵੱਲੋਂ P T Plus B DI ਨੂੰ ਜਾਂ ਤਾਂ ਹੱਥ ਨਹੀਂ ਪਉਂਦਾ ਨਹੀਂ ਸੌਖਾ ਜਿਹਾ ਸਵਾਲ ਪੁੱਛ ਲੈਂਦਾ ਪਰ PPSC ਬਿਲਕੁਲ ਵਿਚ ਵੜ ਕੇ ਸਵਾਲ ਪੁੱਛਦਾ ਹੈਗਾ 2018 ਦਾ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਦੇਖ ਲਓ 2022 ਨਾਇਬ ਦਾ ਪੇਪਰ ਦੇਖ ਲਓ ਜਿਹੜਾ ਪਿੱਛੇ ਖੁੱਲਿਆ ਹੋਇਆ ਹੈਗਾ 2022 ਹੀ ਕੋਆਪਰੇਟਿਵ ਇਨਸਪੈਕਟਰ ਦਾ ਜਿਹੜਾ ਪੇਪਰ ਹੋਇਆ ਸੀਗਾ ਉਹ ਦੇਖ ਲਓ DI ਦੇ ਚੰਗੇ ਪੱਧਰ ਦੇ ਸਵਾਲ ਪੁੱਛੇ ਗਏ ਸੀਗੇ ਉਹਨਾਂ ਦੇ ਵਿੱਚ ਇੱਕ ਸਵਾਲ ਸਾਡਾ ਕੇਸ ਸਟਡੀਜ਼ ਦਾ ਵੈਂਡਾਗ੍ਰਾਮ ਦਾ ਸੀਗਾ ਆਹ ਬੱਚੇ ਜਿਹੜਾ ਮੈਂ ਸਵਾਲ ਕਿਹਾ ਸੀਗਾ ਕਿ ਮੈਂਸੂਰੇਸ਼ਨ ਦਾ ਸਵਾਲ ਨਹੀਂ ਹੈਗਾ HCF ਦੇ ਉੱਤੇ ਬੇਸਡ ਕੁਐਸ਼ਨ ਹੈ ਬਿਲਕੁਲ ਸਿਮ ਪੇਡ ਬੈਚ ਦਾ ਇਹ ਕੁਐਸਚਨ ਹੈਗਾ ਇਸ ਤੋਂ ਬਿਨਾ ਬੱਚੇ ਇਹ ਤੁਹਾਡਾ ਕੁਐਸਚਨ ਮੈਂ ਜਿਹੜਾ ਕਿਹਾ ਸੀਗਾ ਕਿ ਰੇਸ਼ੀਓ ਦਾ ਕੁਐਸਚਨ ਸੀਗਾ ਠੀਕ ਠਾਕ ਜਿਆ ਕੁਐਸਚਨ ਸੀਗਾ ਕੋਈ ਬੜਾ ਔਖਾ ਕੁਐਸਚਨ ਨਹੀਂ ਸੀ ਹੈਗਾ ਕਿ ਬੱਚੇ ਦੇਖ ਕੇ ਹੈਰਾਨ ਜੇ ਹੋ ਜਾਣ ਕਰਨ ਯੋਗ ਕੁਐਸਚਨ ਸੀਗਾ ਇਹ ਪੇਪਰ ਦਾ ਕੁਐਸਚਨ ਸੀਗਾ ਬਿਲਕੁਲ ਮਿਲਦਾ ਜੁਲਦਾ ਕੁਐਸਚਨ ਪੇਪਰ 22 ਮਈ ਨੂੰ ਹੈ ਇਹ 17 ਮਈ ਦੀ ਵੀਡੀਓ ਹੈ ਪੇਪਰ ਤੋਂ 5 ਦਿਨ ਪਹਿਲਾਂ ਜਿਹੜਾ ਨੈਪ ਤਹਿਸੀਲਦਾਰ ਦਾ ਮੈਂ 50 ਇੰਪੋਰਟੈਂਟ ਕੁਐਸਚਨਸ ਦਾ ਮੈਰਾਥਨ ਸੈਸ਼ਨ ਲਿਆ ਸੀਗਾ 3 ਘੰਟੇ ਦਾ ਉਹਦੇ ਵਿੱਚ ਬਿਲਕੁਲ ਹੀ ਸਿਮਿਲਰ ਕੁਐਸਚਨ ਕਰਾਇਆ ਸੀਗਾ ਤਾਂ ਇਹ ਕੁਐਸਚਨ ਹੈਗਾ ਇਸ ਤੋਂ ਬਾਅਦ ਬੱਚੇ ਪ੍ਰੋਬੈਬਿਲਟੀ ਦਾ ਕੁਐਸਚਨ ਹੈਗਾ ਪ੍ਰੋਬੈਬਿਲਟੀ ਦਾ ਕੁਐਸਚਨ ਹਾਲਾਂਕਿ ਈਜ਼ੀ ਸੀਗਾ ਅਸੀਂ ਉਹਨੂੰ ਈਜ਼ੀ ਇਸ ਕਰਕੇ ਕਹਿੰਨੇ ਆ ਕਿਉਂਕਿ ਪ੍ਰੋਬੈਬਿਲਟੀ ਦੇ ਵਿੱਚ ਔਖਾ ਕੁਝ ਵੀ ਨਹੀਂ ਪੁੱਛਿਆ ਜਾ ਸਕਦਾ ਸੋ ਇਸ ਕਰਕੇ ਪ੍ਰੋਬੈਬਿਲਟੀ ਦੇ ਵਿੱਚ ਇੱਕ ਗੱਲ ਇੱਥੇ ਹਾਲਾਂਕਿ ਓਨੀ ਡਿਟੇਲ ਚ ਆਪਾਂ ਗੱਲ ਨਹੀਂ ਕਰਾਂਗੇ ਉਹ ਚੈਪਟਰ ਦੇ ਕਨਸੈਪਟ ਦੇ ਵਿੱਚ ਗੱਲ ਕਰਦੇ ਆ ਕਿ ਜਦੋਂ ਨਨ ਆਫ ਦਾ ਬੋਲਸ ਡ੍ਰੋਨ ਇਜ਼ ਬਲੂ ਦੀ ਗੱਲ ਹੁੰਦੀ ਆ ਤਾਂ ਸੀ ਨੋ ਬਲੂ ਬੋਲ ਸਾਨੂੰ ਨੀਲੀ ਗੇਂਦ ਨਹੀਂ ਚਾਹੀਦੀ ਉਹ ਤੋਂ ਕੀ ਮਤਲਬ ਕੱਢਣਾ ਹੈਗਾ ਉਹੇ ਜੇ ਕੁਐਸਚਨ ਮੈਂ ਕੁਝ YouTube ਤੇ ਇਹ ਕਰਵਾਏ ਸੀਗੇ ਪੇਡ ਬੈਚ ਦੇ ਵਿੱਚ ਕਰਾਈ ਸੀਗੇ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਮੈਂ ਇੱਕ ਗੱਲ ਕਹਿਣਾਗਾ ਕਿ ਮੈਂ ਇਹ ਚੀਜ਼ਾਂ ਇਸ ਕਰਕੇ ਪੇਸ਼ ਕਰ ਰਿਹਾ ਕਿ ਤੁਹਾਨੂੰ ਟੀਚਰ ਤੇ ਵਿਸ਼ਵਾਸ ਹੋਵੇ ਕਿ ਭਾਈ ਸਾਡੇ ਟੀਚਰ ਨੂੰ ਦੋ ਅੱਖਰ ਹੁੰਦੇ ਨੇ ਚਾਰ ਅੱਖਰ ਹੁੰਦੇ ਨੇ ਅਸੀਂ ਇੱਥੋਂ ਫਾਇਦਾ ਕੱਢ ਸਕਦੇ ਹਾਂ ਤੇ ਕੱਲ ਨੂੰ ਆਪਦਾ ਪੇਪਰ ਕਲੀਅਰ ਕਰ ਸਕਦੇ ਹਾਂ ਇਸ ਤੋਂ ਬਾਅਦ ਹੋਰ ਕੋਈ ਮਕਸਦ ਨਹੀਂ ਹੈਗਾ ਆਹ ਬੱਚੇ ਤੁਹਾਡਾ ਬਹੁਤ ਲੰਬੀ ਸਟੇਟਮੈਂਟ ਸੀਗੀ ਜਿਹੜੇ ਕੁਐਸਚਨ 'ਚ ਮੈਂ ਲਿਖਿਆ ਸੀਗਾ ਟਾਈਮ ਐਂਡ ਵਰਕ ਦੇ ਵਿੱਚ ਹਾਲਾਂਕਿ ਇਹ ਟਾਈਮ ਐਂਡ ਵਰਕ ਦਾ ਨਹੀਂ ਹੈਗਾ ਪਾਈਪਸ ਐਂਡ ਸਿਸਟਮ ਦਾ ਕੁਐਸਚਨ ਹੈ ਆਲਟਰਨੇਟ ਘੰਟੇ ਤੇ ਪਾਈਪਾਂ ਕੰਮ ਕਰਦੀਆਂ ਨੇ ਇਹ ਕੁਐਸਚਨ ਜਿਹਦੀ ਸਟੇਟਮੈਂਟ ਵੀ ਲੰਬੀ ਸੀ ਤੇ ਨਾਲ ਹੀ ਥੋੜਾ ਜਿਹਾ ਟ੍ਰਿੱਕੀ ਸੀਗਾ ਟ੍ਰਿੱਕੀ ਇਸ ਕਰਕੇ ਜਿਹੜੇ ਸਵਾਲ 'ਚ ਮੈਂ ਕਿਹਾ ਸੀਗਾ ਕਿ ਬੱਚਿਆਂ ਦੇ ਗਲਤੀ ਕਰਨ ਦੇ ਅਸਾਰ ਜ਼ਿਆਦਾ ਸੀਗੇ ਤੇ ਉਸ ਗਲਤੀ ਤੋਂ ਮਤ ਜਿਹੜਾ ਗਲਤ ਅਨਸਰ ਆਇਆ ਸੀਗਾ ਉਹ ਵੀ ਆਪਸ਼ਨਾਂ ਦੇ ਵਿੱਚ ਪਿਆ ਸੀਗਾ ਤਾਂ ਇੱਥੇ ਕਾਫੀ ਬੱਚਿਆਂ ਨੇ ਇਸ ਕੁਐਸਚਨ ਦਾ ਗਲਤ ਅਨਸਰ 20 ਘੰਟੇ ਸੈਕਿੰਡ ਆਪਸ਼ਨ ਜੇ ਤੁਹਾਨੂੰ ਦਿਖਦਾ 20 ਘੰਟੇ ਇਹ ਮਾਰਕ ਕੀਤਾ ਸੀਗਾ ਹਾਲਾਂਕਿ ਇਹਦਾ 16 ਕੰਟੈਂਸਰ ਹੋਣਾ ਸੀਗਾ ਇਹੋ ਜਿਹਾ ਕੁਐਸਚਨ ਆਲਟਰਨੇਟ ਆਰਸ ਦੇ ਮਲਟਾ ਆਲਟਰਨੇਟ ਆਰਸ ਤੇ ਜਦੋਂ ਪਾਈਪਾਂ ਜਾਂ ਬੰਦੇ ਕੰਮ ਕਰਦੇ ਆ ਉਸ ਵਾਲ ਆਪਾਂ ਕੀਤੇ ਹੋਏ ਸੀਗੇ ਇੱਕ ਕਦੋਂ ਦਾ ਸਵਾਲ ਹੈਗਾ ਇਹ 21 ਮਈ ਦਾ ਸਵਾਲ ਹੈ ਪੇਪਰ ਤੋਂ ਇੱਕ ਦਿਨ ਪਹਿਲਾਂ ਦਾ ਸਵਾਲ ਹੈ ਉਸ ਤੋਂ ਬਾਅਦ ਬੱਚੇ DI ਜਿਹੜਾ ਮੈਂ ਕਿਹਾ ਸੀਗਾ ਕਿ ਬਾਰ ਗ੍ਰਾਫ ਦੇ ਵਿੱਚ ਟ੍ਰਿਪਲ ਬਾਰ ਦੇ ਉੱਤੇ ਬੇਸਡ ਕੁਸ਼ਨ ਆਇਆ ਸੀਗਾ ਮੈਂ DI ਫੁੱਲ ਸਿਲੇਬਸ ਵਾਲਿਆਂ ਨੂੰ ਫੁੱਲ ਸਿਲੇਬਸ ਮੈਂ ਪਿਛਲੇ ਸਾਲ ਦੋ ਬੈਚ ਲਏ ਨੇ ਇੱਕ ਪਿਛਲੇ ਸਾਲ ਅਪ੍ਰੈਲ ਮਈ ਜੂਨ ਜਿਹਦੇ ਵਿੱਚ ਇਹ ਪੇਪਰ ਹੋ ਗਿਆ ਸੀਗਾ ਮਈ ਦੇ ਵਿੱਚ ਤੇ ਇੱਕ ਹੁਣ ਲਿਆ ਸੀਗਾ ਅਕਤੂਬਰ ਨਵੰਬਰ ਦਸੰਬਰ ਤੇ ਆ ਜਨਵਰੀ ਚ ਆ ਕੇ ਨਵੇੜਿਆ ਸੀਗਾ ਇਹਨਾਂ ਦੋਨਾਂ ਬੈਚਾਂ 'ਚ ਜਦੋਂ ਮੈਂ ਫੁੱਲ ਸਿਲੇਬਸ ਦੇ ਵਿੱਚ DI ਕਰਾਈ ਹੈ ਤਾਂ DI ਦੇ ਵਿੱਚ ਮੈਂ ਜਨਰਲ ਸਾਰੀ ਦੀ ਸਾਰੀ ਡੀਆਈ ਦੇ ਨਾਲ ਜਿਹੜੀਆਂ ਕੁਝ ਖਾਸ ਚੀਜ਼ਾਂ ਨੇ ਕਿ ਬਾਰ ਗ੍ਰਾਫ ਦੇ ਵਿੱਚ ਡਬਲ ਬਾਰ ਟ੍ਰਿਪਲ ਬਾਰ ਦੇ ਉੱਤੇ ਬੇਸਡ ਕੁਐਸਚਨ ਪਾਈ ਚਾਰਟ ਦੇ ਵਿੱਚ ਡਬਲ ਪਾਈ ਚਾਰਟ ਦੇ ਉੱਤੇ ਬੇਸਡ ਕੁਐਸਚਨ ਲਾਈਨ ਚਾਰਟ ਦੇ ਵਿੱਚ ਇਨਕਮ ਐਕਸਪੈਂਡੀਚਰ ਦੇ ਉੱਤੇ ਬੇਸਡ ਕੁਐਸਚਨ ਪਾਈ ਆਪਣਾ ਪਾਈ ਚਾਰਟ ਹੋ ਗਿਆ ਕੇਸ ਸਟੱਡੀਜ਼ ਦੇ ਵਿੱਚ ਵੈਨ ਡਾਇਗਰਾਮ ਦੇ ਉੱਤੇ ਕੁਐਸਚਨ ਮੈਂ ਆਪਣੇ ਡਾਟਾ ਟੇਬਲ ਦੇ ਵਿੱਚ ਮਿਸਿੰਗ ਡੀਆਈ ਦੇ ਉੱਤੇ ਕੁਐਸਚਨ ਜਿਹੜੇ ਇਹ ਕੁਐਸਚਨਸ ਬਿਲਡ ਹੁੰਦੇ ਨੇਗੇ ਇਹ ਥੋੜੇ ਜਿਹਾ ਜ਼ਿਆਦਾ ਚੰਗੀ ਤਰ੍ਹਾਂ ਕਰਨ ਵਾਲੇ ਕੁਸ਼ਚਨ ਹੁੰਦੇ ਨੇਗੇ ਤੇ ਉਹੇ ਜਿਹਾ ਕੁਸ਼ਚਨ ਟ੍ਰਿਪਲ ਬਾਰ ਵਾਲਾ ਜਿਹੜਾ ਕੁਸ਼ਚਨ ਪੇਪਰ ਦੇ ਵਿੱਚ ਆਇਆ ਸੀਗਾ ਪੇਪਰ 22 ਮਈ ਦਾ 10 ਦਿਨ ਪਹਿਲਾਂ 12 ਮਈ ਨੂੰ ਮੈਂ ਟ੍ਰਿਪਲ ਬਾਰ ਵਾਲਾ ਇਹੇ ਕੁਸ਼ਚਨ YouTube ਤੇ ਹਾਲਾਂਕਿ ਇਹ ਵੀਡੀਓ ਪਈ ਹੈਗੀ YouTube ਤੇ ਕਰਾਇਆ ਸੀਗਾ ਤਾਂ YouTube ਤੇ ਪੇਡ ਬੈਚ ਦੇ ਵਿੱਚ ਕ੍ਰੈਸ਼ ਕੋਰਸਾਂ ਦੇ ਵਿੱਚ ਲਗਾਤਾਰ ਆਪਾਂ ਇਹ ਕੰਟੈਂਟ ਡਿਸਕਸ ਕੀਤਾ ਅਗਲੇ ਸਮੇਂ 'ਚ ਕੰਟੈਂਟ ਡਿਸਕਸ ਕਰਾਂਗੇ 5 April ਤੋਂ ਜਿਹੜਾ ਆਪਣਾ ਨੈਬ ਦੇ ਪੇਪਰ ਨੂੰ ਟੈਕਲ ਕਰਨ ਦੇ ਲਈ ਜਿਹੜਾ ਇਹ ਕ੍ਰੈਸ਼ ਕੋਰਸ ਸਟਾਰਟ ਹੋ ਰਿਹਾਗਾ ਤਾਂ ਉਹਦੇ ਵਿੱਚ ਵੀ ਮੈਥ ਦਾ 30 ਦਿਨ ਦਾ ਜਿਹੜਾ ਸਟਰੈਟੈਜਿਕ ਆਪਣਾ ਪਲਾਨ ਰਹਿਣਾਗਾ ਉਹ ਮੋٹے ਰੂਪ ਦੇ ਵਿੱਚ ਇਹੀ ਰਹਿਣਾਗਾ ਇਹ ਬੱਚੇ ਤੁਹਾਡਾ ਆਪਣਾ ਸਵਾਲ ਸੀਗਾ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਕਿ ਕਿਸੇ ਜਗ੍ਹਾ ਤੋਂ ਇੱਕ ਬੰਦਾ ਭੱਜਿਆ ਇੰਨੇ ਕੁਛ ਟਾਈਮ ਬਾਅਦ ਉਸੇ ਜਗ੍ਹਾ ਤੋਂ ਉਹਦਾ ਦੋਸਤ ਤੇ ਉਹਨਾਂ ਦਾ ਕੁੱਤਾ ਉਹਦਾ ਪਿੱਛਾ ਕਰਨ ਦੇ ਲਈ ਭੱਜੇ ਕੁੱਤਾ ਦੋਨਾਂ ਬੰਦਿਆਂ ਦੇ ਵਿੱਚ ਇਸ ਤਰ੍ਹਾਂ ਅੱਗੇ ਪਿੱਛੇ ਅੱਗੇ ਪਿੱਛੇ ਭੱਜ ਰਿਹਾਗਾ ਤਾਂ ਇਹ ਨੈਬ ਦੇ ਪੇਪਰ 'ਚ ਸਵਾਲ ਆਇਆ ਸੀ ਤੇ ਬਿਲਕੁਲ ਹੀ ਸੇਮ ਸਟੇਟਮੈਂਟ ਇਹਦੀ ਡੇਟ ਨਹੀਂ ਆ ਰਹੀ ਉੱਪਰ ਜੇ ਕਹਿੰਨੇ ਹੋ ਮੈਂ ਕੱਲ ਨੂੰ ਡੇਟ ਦਾ ਪ੍ਰੂਫ ਦਿਖਾ ਦੂੰਗਾ ਇਹ 21 ਪਤਾ ਨਹੀਂ 20 ਮਈ ਦਾ ਸਵਾਲ ਹੈਗਾ 22 ਮਈ ਦੇ ਪੇਪਰ ਤੋਂ ਇੱਕ ਦੋ ਦਿਨ ਪਹਿਲਾਂ ਹੀ ਪੇਡ ਬੈਚ ਦੇ ਵਿੱਚ ਇਹ ਕਰਾਇਆ ਸੀਗਾ ਬਿਲਕੁਲ ਸੇਮ ਸਵਾਲ ਇੱਥੇ ਸਵਾਲ ਦੇ ਵਿੱਚ ਰਿਆਨ ਭੱਜਦਾ ਫਿਰ 5 ਮਿੰਟ ਬਾਅਦ ਰੋਹਿਤ ਤੇ ਉਹਦਾ ਕੁੱਤਾ ਪਿੱਛਾ ਕਰਦੇ ਆ ਆਪਾਂ ਜਿਹੜਾ ਗੀਤਾ ਉਹਦੇ ਵਿੱਚ ਰਾਮ ਭੱਜਦਾ ਤੇ 10 ਸਕਿੰਟਾਂ ਬਾਅਦ ਸ਼ਾਮ ਤੇ ਉਹਦਾ ਕੁੱਤਾ ਪਿੱਛਾ ਕਰਦਾ ਬਿਲਕੁਲ ਸੇਮ ਕੁਐਸਚਨ ਸੀਗੇ ਤਾਂ ਨੈਬ ਦੇ ਪੇਪਰ ਦੇ ਵਿੱਚ ਪਿਛਲੇ ਸਮੇਂ ਚ ਜਿਹੋ ਜਿਹੇ ਸਵਾਲ ਤੁਸੀਂ ਦੇਖੇ ਨੇ ਖਾਸ ਕਰਕੇ ਜਿਹੜਾ ਪੇਪਰ ਸਾਡਾ ਬਹੁਤ ਔਖਾ ਆਇਆ ਸੀ ਜਿਹਦੇ ਵਿੱਚ ਮੈਥ ਦੇ ਤੰਗ ਕਰਨ ਵਾਲੇ ਸਵਾਲ ਆਏ ਸੀ ਉਸ ਪੇਪਰ 'ਚ ਜਿਹੜੇ ਸਵਾਲ ਤੁਸੀਂ ਦੇਖੇ ਸੀਗੇ ਉਹ ਆਪਣੇ ਕੀਤੇ ਹੋਏ ਦੇ ਵਿੱਚੋਂ ਕੀਤੇ ਹੋਏ ਦੇ ਨਾਲ ਮਿਲਦੇ ਜੁਲਦੇ ਕੁਝ ਇਹੋ ਜਿਹੇ ਸਵਾਲ ਤੁਸੀਂ ਦੇਖੇ ਸੀਗੇ ਆਪਾਂ ਕੁਝ ਸਬੂਤ ਵੀ ਦੇਖੇ ਨੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਨੈਪ ਤਹਿਸੀਲਦਾਰ ਦਾ ਹੁਣ 18 ਜੂਨ ਨੂੰ ਦੁਬਾਰਾ ਪੇਪਰ ਹੋ ਰਿਹਾ ਉਹਦੀ ਕ੍ਰੈਸ਼ ਕੋਰਸ ਦੇ ਵਿੱਚ ਉਹਦੇ ਕ੍ਰੈਸ਼ ਕੋਰਸ ਦੇ ਵਿੱਚ ਵੀ ਆਪਾਂ ਮੈਥ ਹਾਲਾਂਕਿ ਬਾਕੀ ਸਬਜੈਕਟ ਦੇ ਟੀਚਰ ਆਪਣੀ ਆਪਣੀ ਸਟਰੈਟਜੀ ਦੱਸ ਰਹੇ ਨੇ ਕਿ ਆਪਾਂ ਕਿਵੇਂ ਤਿਆਰੀ ਕਰਾਂਗੇ ਮੈਥ ਮੋٹے ਰੂਪ ਦੇ ਵਿੱਚ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਕਰਾਂਗੇ ਕਿ ਜੇ ਪਿਛਲੇ ਸਾਲ ਦਾ ਲੈਵਲ ਰਿਪੀਟ ਵੀ ਕਰਤਾ ਪਤੰਦਰਾ ਨੇ ਅਸੀਂ ਘਟੋ ਘਟ ਉਸ ਪੇਪਰ ਨੂੰ ਚੰਗੀ ਤਰ੍ਹਾਂ ਟੈਕਲ ਕਰ ਸਕੇ 40 ਚੋਂ 25 ਕੁਐਸਚਨ ਜੇ ਮੈਥ ਦੇ ਆਗੇ ਤਾਂ ਅਸੀਂ 25ਾਂ ਦੇ ਵਿੱਚੋਂ 18-20 ਨੂੰ ਹੱਥ ਪਾ ਲਈਏ ਜੇ ਥੋੜੇ ਜਿ ਸੌਖੇ ਆਗੇ 22-23 ਨੂੰ ਹੱਥ ਪਾ ਲਈਏ ਤਾਂ ਵੀਰੇ ਅਰਾਊਂਡ ਆਪਸ ਸਕੋਰ ਕਰ ਸਕੀਏ ਤੇ ਜਿਹੜੇ 15 ਕੁਐਸਚਨ ਸਾਡੇ ਰੀਜ਼ਨਿੰਗ ਦੇ ਨੇ ਉਹਦੇ ਵਿੱਚੋਂ ਤਾਂ 10 12 ਵੈਸੀ ਹੋ ਜਾਣਗੇ ਤਾਂ ਅਸੀਂ 40 ਦੇ ਵਿੱਚੋਂ ਜੇ ਮੋਡਰੇਟ ਪੇਪਰ ਆਉਂਦਾ ਬਹੁਤਾ ਔਖਾ ਨਹੀਂ ਤੇ ਬਹੁਤਾ ਸੌਖਾ ਨਹੀਂ ਹੁੰਦਾ ਮੋਡਰੇਟ ਜਿਹਾ ਪੇਪਰ ਆਉਂਦਾ ਹੈ 30 32 ਨੂੰ ਅਸੀਂ 30 32 ਦੇ ਅੰਕੜੇ ਨੂੰ ਟੱਚ ਕਰ ਲਈਏ ਤਾਂ ਓਨੇਕ ਤਿਆਰੀ ਮੈਂ ਚੰਗੀ ਤਰ੍ਹਾਂ ਕਰਾ ਦੂੰਗਾ ਕਿਹੜੀ ਚੀਜ਼ ਤੇ ਕਿੰਨਾ ਸਮਾਂ ਲਾਉਣਾ ਹੈਗਾ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਜਿਹੜੇ ਵਿਦਿਆਰਥੀ ਇਸ ਸੈਸ਼ਨ ਨੂੰ ਲੈਣਾ ਚਾਹੁੰਦੇ ਆ ਇਸ ਸੈਸ਼ਨ ਦੀ ਜਾਣਕਾਰੀ ਮੋٹے ਰੂਪ ਚ ਸਾਰਿਆਂ ਕੋਲ ਹੋਣੀ ਹੈ ਕਿ ਦੋ स्लots ਦੇ ਵਿੱਚ ਇਹ ਸੈਸ਼ਨ ਚੱਲਣਾ ਤੁਹਾਡਾ 5 April ਤੋਂ ਸਵੇਰੇ 9 ਤੋਂ 10:30 ਡੇਢ ਘੰਟੇ ਦੀ ਇੱਕ स्लਾਟ ਹੈ ਰੋਟੀ ਪਾਣੀ ਦਾ ਵਿੱਚ ਕੋਈ ਸਮਾਂ ਨਹੀਂ ਮਿਲਣਾ 10:30 ਤੋਂ 12 ਡੇਢ ਘੰਟੇ ਦੀ ਦੂਜੀ स्लਾਟ ਹੈ ਤੇ ਜਿਹੜਾ ਆਪਣਾ ਮੈਥ ਤੇ ਰੀਜ਼ਨਿੰਗ ਵਾਲਾ ਸੈਕਸ਼ਨ ਹੈ ਉਹ ਦੂਜੀ स्लਾਟ ਚ ਚੱਲੂਗਾ ਪਹਿਲੀ स्लਾਟ ਚ ਤੁਹਾਡੀ ਸਾਰੀ ਦੀ ਸਾਰੀ GS ਚੱਲਣੀ ਹੈ ਜੀਓਗ੍ਰਾਫੀ ਹਿਸਟਰੀ ਇਕਨੋਮਿਕਸ ਹਿਸਟਰੀ ਦੇ ਵਿੱਚ ਮਾਡਰਨ ਐਂਸ਼ੀਅੰਟ ਮਿਡਲ ਸਾਰਾ ਕੁਝ ਪੋਲੀਟੀ ਚੱਲੂਗੀ ਪੰਜਾਬ ਜੀ ਕੇ ਬਹੁਤ ਇੰਪੋਰਟੈਂਟ ਰੋਲ ਪਲੇ ਕਰੂ এনवायरमेंट ਚੱਲੂ ਸਾਇੰਸ ਐਂਡ ਟੈਕਨੋਲੋਜੀ ਬਹੁਤ ਇੰਪੋਰਟੈਂਟ ਰੋਲ ਇਹ ਸਾਰੇ ਦੇ ਸਾਰੇ ਸੈਸ਼ਨਸ ਰਹਿਣਗੇ ਤੇ 10:30 ਤੋਂ 12 ਵਾਲੀ स्लੋਟ ਦੇ ਵਿੱਚ ਸਾਡਾ ਮੈਥ ਚੱਲੂਗਾ ਉਹਦੇ 30 ਦਿਨ ਲਿਖੇ ਹੋਏ ਨੇ ਮੈਂ 26 ਤੋਂ 27 ਦਿਨਾਂ ਦਾ ਪਲਾਨ ਤੁਹਾਡੇ ਨਾਲ ਸਾਂਝਾ ਕੀਤਾ ਇੱਕ ਦਿਨ ਉੱਤੇ ਇੱਕ ਦਿਨ ਥੱਲੇ ਹੋ ਸਕਦਾ ਤਾਂ ਜਿੱਦਨ ਮੈਥ ਖਤਮ ਹੋ ਗਿਆ ਰੀਜ਼ਨਿੰਗ ਵੀ ਸ਼ੁਰੂ ਕਰ ਲਾਂਗੇ ਤਾਂ 60 ਦਿਨ ਦੇ ਆਰਾਊਂਡ ਇਹ ਤੁਹਾਡਾ ਚੱਲੂਗਾ 2 ਮਹੀਨੇ ਦੇ ਵਿੱਚ ਵਿੱਚ ਉਂ ਵੀ ਸਾਡੇ ਕੋਲ ਅੱਜ ਮਾਰਚ ਲਗਭਗ ਖਤਮ ਹੋ ਗਿਆ ਅਪ੍ਰੈਲ ਤੇ ਮਈ ਦਾ ਮਹੀਨਾ ਹੈਗਾ ਅੱਧਾ ਜੂਨ ਹੈ 2.5 ਮਹੀਨੇ ਦਾ ਸਮਾਂ 2.5 ਦੇ ਵਿੱਚੋਂ 60 ਦਿਨ ਆਪਾਂ 2 ਮਹੀਨੇ ਦਾ ਸਮਾਂ ਜੇ ਕ੍ਰੈਸ਼ ਕੋਰਸ ਦੇ ਵਿੱਚ ਲਾਵਾਂਗੇ ਤਾਂ ਆਖਰੀ 15 ਦਿਨਾਂ ਦੇ ਵਿੱਚ ਇੱਕ ਤਾਂ ਸਾਨੂੰ ਚੀਜ਼ਾਂ ਨੂੰ ਬੂਸਟ ਅਪ ਕਰਨ ਦਾ ਸਮਾਂ ਮਿਲੇਗਾ ਉਹਦੇ ਵਿੱਚ ਅਸੀਂ ਆਪਣੇ ਪੱਧਰ ਤੇ YouTube ਤੇ ਮੈਰਾਥਨ ਸੈਸ਼ਨਸ ਵੀ ਲਾਵਾਂਗੇ ਤੁਹਾਡਾ ਜਿਹੜਾ 2 ਮਹੀਨਿਆਂ ਦੇ ਵਿੱਚ ਅਸੀਂ ਖੂਨ ਪੀਤਾ ਹੋਊਗਾ ਉਹਨੂੰ ਆਪਾਂ ਚੰਗੇ ਸਿਰੇ ਲਾ ਸਕੀਏ ਤਾਂ ਉਹ 15 ਦਿਨਾਂ ਦੇ ਵਿੱਚ ਆਪਾਂ ਮੈਰਾਥਨ ਸੈਸ਼ਨਸ ਹੋਣਗੇ ਹੋਰ ਕੁਝ ਸੈਸ਼ਨਸ ਹੋਣਗੇ ਪੇਪਰ ਕਿਵੇਂ अटेम्प्ट ਕਰਨਾ ਹੈਗਾ ਪੇਪਰ ਦੇ ਵਿੱਚ ਕੀ ਕੀ ਚਾਂਸਸ ਨੇ ਕਿ ਕਿਹੋ ਜਿਹੀਆਂ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ ਨੇ ਉਹ ਆਖਰੀ 15 ਦਿਨਾਂ ਦੇ ਵਿੱਚ ਆਪਾਂ ਉਹਨਾਂ ਚੀਜ਼ਾਂ ਤੇ ਵੀ ਜ਼ੋਰ ਦਵਾਂਗੇ ਪੇਪਰ ਦੇਣਾ ਕਿਵੇਂ ਹੈਗਾ ਇਸ ਚੀਜ਼ ਤੇ ਵੀ ਕੰਮ ਕਰਾਂਗੇ ਤਾਂ ਆਉਂਦੇ ਦਿਨਾਂ ਦੇ ਵਿੱਚ ਉਹ ਸੈਸ਼ਨਸ ਅਖੀਰ ਤੇ ਦੇਖਣ ਨੂੰ ਮਿਲਣਗੇ ਤੁਹਾਨੂੰ ਇਹ ਕ੍ਰੈਸ਼ ਕੋਰਸ ਜਿਹੜੇ ਵਿਦਿਆਰਥੀ ਲੈਣਾ ਚਾਹੁੰਦੇ ਨੇ ਇਹਦੀ ਫੀਸ ਇਹਦਾ ਸਮਾਂ ਤੁਹਾਡੇ ਸਾਹਮਣੇ ਹੈਗਾ ਜਾਂ ਤਾਂ ਤੁਸੀਂ ਇਸ ਵੀਡੀਓ ਦੇ ਖਤਮ ਹੁੰਦਿਆਂ ਚਾਹੇ ਚੱਲਦਿਆਂ ਹੁਣ ਦੋਆ ਮਿੰਟਾਂ ਦੇ ਵਿੱਚ ਵੈਸੇ ਖਤਮ ਹੀ ਹੋ ਜਾਣੀ ਹੈ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਭ ਤੋਂ ਪਹਿਲੀ ਲਾਈਨ ਦੇ ਵਿੱਚ ਨੈਪ ਤਹਿਸੀਲਦਾਰ ਕ੍ਰੈਸ਼ ਕੋਰਸ ਲਿਖਿਆ ਉਸ ਲਿੰਕ ਤੇ ਕਲਿੱਕ ਕਰੋ ਉੱਥੋਂ ਪੇਮੈਂਟ ਕਰਕੇ ਜਾਂ ਫਿਰ ਤੁਸੀਂ ਇਸ ਨੰਬਰ ਤੇ 9353 000041 ਇਸ ਨੰਬਰ ਤੇ ਸੰਪਰਕ ਕਰਕੇ ਮਲੇ ਕ੍ਰੈਸ਼ ਕੋਰਸ ਪਰਚੇਸ ਕਰ ਸਕਦੇ ਹੋ ਜਿਹੜੇ ਵਿਦਿਆਰਥੀ ਸਿੱਧੀ ਪੇਮੈਂਟ ਕਰਨਗੇ ਉਹ ਵੀ ਇਸ ਨੰਬਰ ਤੇ ਇਹ ਨੰਬਰ ਸੇਵ ਕਰ ਲਿਓ ਸਕਸੈਸ ਟ੍ਰੀ ਦਾ ਆਫੀਸ਼ੀਅਲ ਨੰਬਰ ਹੈ ਇਹਦੇ ਤੇ ਆਪਣਾ ਵਟਸਐਪ ਕਰ ਦਿਓ ਜਿਹੜੀ ਤੁਹਾਡੀ ਪੇਮੈਂਟ ਹੋਣੀ ਹੈ ਪੇਮੈਂਟ ਦੀ ਪੇਮੈਂਟ ਦਾ ਸਕਰੀਨਸ਼ਾਟ ਜਿਹੜਾ ਹੁੰਦਾ ਹੈਗਾ ਉਹ ਇਹ ਤੇ ਵਟਸਐਪ ਕਰ ਦਿਓ ਤੁਹਾਨੂੰ ਜਿਹੜਾ ਕਲਾਸ ਦਾ ਵਟਸਐਪ ਗਰੁੱਪ ਹੋਊਗਾ ਜਿਹਦੇ ਵਿੱਚ ਤੁਹਾਡੇ ਕਲਾਸ ਦੇ ਨੋਟਸ ਹੋਣਗੇ ਜਿਹਦੇ ਵਿੱਚ ਤੁਹਾਡੀ ਕਲਾਸ ਦੇ ਜਿਹੜੇ ਜ਼ੂਮ ਤੇ ਕਲਾਸਾਂ ਹੋਣਗੇ ਜ਼ੂਮ ਦੇ ਲਿੰਕ ਆਉਣਗੇ ਉਹ ਸਾਰਾ ਕੁਝ ਮਿਲੂਗਾ ਉਹ ਵਟਸਐਪ ਗਰੁੱਪ ਦੇ ਵਿੱਚ ਤੁਹਾਨੂੰ ਸ਼ਾਮਲ ਕਰ ਲਿਆ ਜਾਊਗਾ ਤਾਂ ਇਸ ਨੰਬਰ ਤੇ ਤੁਸੀਂ ਉੰਦੇ ਦਿਨਾਂ ਦੇ ਵਿੱਚ 5 April ਨੂੰ ਮਿਲਾਂਗੇ ਉਸ ਤੋਂ ਪਹਿਲਾਂ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਪੇਪਰ ਨੂੰ ਧਿਆਨ ਚ ਰੱਖ ਕੇ ਆਪਾਂ ਥੋੜੀ-ਬਹੁਤ ਹੋਰ ਗੱਲਬਾਤ ਕਰ ਸਕੇ ਤਾਂ ਇੱਕ ਵੀਡੀਓ ਇੱਕ ਅੱਧੀ ਵੀਡੀਓ ਹੋਰ ਬਣਾਉਣ ਦੀ ਕੋਸ਼ਿਸ਼ ਕਰਾਂਗੇ 5 April ਤੋਂ ਸੈਸ਼ਨ ਸਟਾਰਟ ਕਰਾਂਗੇ ਉਹਦੇ ਵਿੱਚ ਮਿਲਦੇ ਆਂ ਬੱਚੇ ਧੰਨਵਾਦ